ਜਿਹੜੀ ਸੰਗਤ ਦੇ ਨਾਲ ਇਤਿਹਾਸ ਸਾਂਝਾ ਕਰਨ ਦੀ ਵੀਰਾਂ ਵੱਲੋਂ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ। ਕੱਲ੍ਹ ਦੇ ਪ੍ਰਕਰਨ ਤੋਂ ਅੱਗੇ ਸ਼ੁਰੂ ਕਰਦੇ ਹਾਂ 18ਵੀਂ ਸਦੀ ਦਾ ਇਤਿਹਾਸ। ਜਿਸ ਤਰ੍ਹਾਂ ਗਿਆਨੀ ਜੀ ਨੇ ਤੁਹਾਡੇ ਨਾਲ ਸ਼ਬਦ ਸਾਂਝਾ ਕੀਤਾ ਕਹਿ, ਜਿਸ ਦੀ ਉਹਨਾਂ ਨੇ ਬੜੀ ਸੁੰਦਰ ਉਦਾਹਰਨ ਦਿੱਤੀ, ਕਰਤੇ ਕੀ ਮਿੱਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ। ਜਿਹੜਾ ਸਾਡਾ 18ਵੀਂ ਸਦੀ ਦਾ ਇਤਿਹਾਸ ਹੈ ਉਹ ਇੱਕ ਨਿਸ਼ਾਨੇ 'ਤੇ ਟਿਕਿਆ ਹੋਇਆ ਹੈ। ਤੁਸੀਂ ਕਹਿ ਸ਼ਬਦ ਦੇ ਅਰਥ ਸਮਝ ਲੈਣੇ, ਜਾਂ ਉਸ ਪਰਮਾਤਮਾ ਦੀ ਮਿੱਤ ਨੂੰ ਜਾਂ ਤਾਂ ਗੁਰੂ ਸੂਰਮਾ ਜਾਣਦਾ ਹੈ ਜਾਂ ਅਕਾਲ ਪੁਰਖ ਖੁਦ ਜਾਣਦਾ ਹੈ, ਪਰ ਸਿੱਖ ਦਾ 18ਵੀਂ ਸਦੀ ਦਾ ਇਤਿਹਾਸ ਵੀ ਇੱਕ ਕੈ ਸ਼ਬਦ 'ਤੇ ਟਿਕਿਆ ਹੋਇਆ ਹੈ। ਕੈ ਰਾਜ ਕਰੇ ਹੈ ਕੈ ਲੜ ਮਰੇ ਹੈ, ਜਾਂ ਰਾਜ ਕਰਾਂਗੇ ਜਾਂ ਲੜ ਕੇ ਮਰਾਂਗੇ, ਤੀਸਰਾ ਰਾਜ ਕੋਈ ਨਹੀਂ। ਕੱਲ੍ਹ ਅਸੀਂ ਸਾਰਿਆਂ ਨੇ ਇੱਕ ਵਿਚਾਰ ਕੀਤੀ ਸੀ ਕਿ 30 ਮਾਰਚ 1726 ਨੂੰ ਕੌਮ ਦਾ ਮਰਦ ਸ਼ੇਰ ਬਾਬਾ ਤਾਰਾ ਸਿੰਘ ਵਾ 10 ਗ੍ਰੰਥੀ ਦੇ ਵਿੱਚੋਂ ਹੁਕਮਨਾਮਾ ਲੈਂਦਾ ਹੈ ਸ਼ਹਾਦਤ ਤੋਂ ਪਹਿਲਾਂ, ਜੋ ਕਹੋ ਕਾਲ ਤੇ ਭਾਜ ਕਰ ਬਾਚੀਅਤ, ਤੋ ਕਹੋ ਕਿੰਟ ਕਹੋ ਭਾਜ ਕਰ ਜਾਈਏ। ਆਪਣੇ ਹੱਥੀ ਸਿੰਘਾਂ ਨੂੰ ਸ਼ਹੀਦ ਹੋਣ ਵਾਸਤੇ ਮੈਦਾਨੇ ਜੰਗ 'ਚ ਭੇਜਦੇ ਨੇ, ਆਪ ਇਸ਼ਨਾਨ ਕਰਨ ਦੇ ਵਾਸਤੇ ਉਹਨਾਂ ਨੂੰ ਪਾਣੀ ਦਿੰਦੇ ਨੇ, ਅਤੇ ਜਦੋਂ ਸਿੰਘ ਕਹਿੰਦੇ ਨੇ ਭਾਈ ਤਾਰਾ ਸਿੰਘ ਜੀ ਤੁਹਾਡੀ ਸੇਵਾ ਵਾਸਤੇ ਤੁਹਾਡੇ ਇਸ਼ਨਾਨ ਦੇ ਵਾਸਤੇ ਪਾਣੀ ਲਾਈਏ, ਅਤੇ ਭਾਈ ਤਾਰਾ ਸਿੰਘ ਦਾ ਜਵਾਬ ਹੈ ਦੇਹੇ ਪਵਿੱਤਰ ਹੋਏ ਸ਼ਸਤਰ ਲਗਾਏ, ਦੇਹੇ ਪਵਿੱਤਰ ਹੋਏ ਸ਼ਸਤਰ ਲਗਾਏ। ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮੈਦਾਨੇ ਜੰਗ 'ਚ ਸਿੰਘ ਜੂਝਦੇ ਨੇ, ਸ਼ਹਾਦਤਾਂ ਪ੍ਰਾਪਤ ਕਰ ਜਾਂਦੇ ਨੇ। ਉਸ ਪਿੰਡ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਗੋਲੀਆਂ ਚੱਲਣ ਦੀ, 40 ਤੋਪਾਂ ਚੱਲਣ ਦੀ, ਰਹਿਕਲੇ ਚੱਲਣ ਦੀ ਆਵਾਜ਼ ਆਉਂਦੀ ਹੈ, ਅਤੇ ਜ਼ਿਮੀਂਦਾਰ ਪਰਿਵਾਰ ਦੇ 2 ਬੱਚੇ ਲਾਗਲੇ ਪਿੰਡ ਦੇ ਰਹਿਣ ਵਾਲੇ ਖੇਤਾਂ ਦੇ ਵਿੱਚ ਰੂੜੀ ਪਾਉਣ ਦੇ ਵਾਸਤੇ ਗੱਡਾ ਲੈ ਕੇ ਖੇਤਾਂ 'ਚ ਆਏ ਨੇ। ਇੱਕ ਭਰਾ ਕਹਿੰਦਾ ਇੰਜ ਲੱਗਦਾ ਹੈ ਇਹਨਾਂ ਤੋਪਾਂ ਦੇ ਗੋਲਿਆਂ ਦੀ ਆਵਾਜ਼ ਤੋਂ ਕਿ ਭਾਈ ਤਾਰਾ ਸਿੰਘ ਮਾਂ ਨੂੰ ਘੇਰਾ ਪੈ ਗਿਆ। ਭਰਾਵਾ ਤੂੰ ਘਰ ਜਾ ਕੇ ਮਾਂ ਨੂੰ ਦੱਸ ਦੇਵੀਂ, ਇਹਨੂੰ ਕਹਿੰਦੇ ਨੇ ਰਣ ਦੇਖ ਸੂਰੈ ਚਿੱਤ ਉਲਾਸ, ਜਾ ਕੇ ਮੇਰੀ ਮਾਂ ਨੂੰ ਦੱਸ ਦੇਵੀਂ ਕਿ ਮੈਂ ਸ਼ਹੀਦ ਹੋਣ ਚੱਲਿਆ। ਅਤੇ ਦੂਜਾ ਭਰਾ ਕਹਿੰਦਾ ਵੀਰਾ ਤੂੰ ਸ਼ਹੀਦ ਹੋਵੇਂ ਅਤੇ ਮੈਨੂੰ ਪਿੱਛੇ ਛੱਡ ਜਾਵੇਂ, ਇਹ ਤਾਂ ਫਿਰ ਕੋਈ ਇਨਸਾਫ ਨਾ ਹੋਇਆ, ਮੈਂ ਵੀ ਤੇਰੇ ਨਾਲ ਜਾਣਾ। ਭਰਾ ਕਹਿੰਦਾ ਸ਼ਹੀਦੀ ਵਾਸਤੇ ਜਾਣਾ, ਛੋਟਾ ਭਰਾ ਕਹਿ ਰਿਹਾ ਮੈਂ ਵੀ ਸ਼ਹੀਦੀ ਵਾਸਤੇ ਜਾਣਾ ਹੈ, ਅਤੇ ਦੋਵੇਂ ਭਰਾ ਕਹਿੰਦੇ ਨੇ ਜੇ ਦੋਵਾਂ 'ਚੋਂ ਇੱਕ ਜਿੰਦਾ ਚਲਾ ਗਿਆ ਤਾਂ ਮਾਂ ਕਹੇਗੀ ਇੱਕ ਤਾਂ ਸ਼ਹਾਦਤ ਵਾਸਤੇ ਗੁਰੂ ਦੀ ਗੋਦ 'ਚ ਗਿਆ ਸੀ, ਤੂੰ ਕਿਹੜਾ ਮੂੰਹ ਲੈ ਕੇ ਘਰ ਆਇਆ। ਪਰਿਵਾਰਾਂ ਦੇ ਵਿੱਚ ਸਿੱਖੀ ਦਾ ਵਿਰਸਾ ਵੇਖਿਓ। ਦੋਵੇਂ ਭਰਾ ਚਲੇ ਜਾਂਦੇ ਨੇ, 21 ਸਿੰਘਾਂ ਤੋਂ ਬਾਅਦ ਸ਼ਹੀਦ ਹੋਣ ਵਾਲੇ ਇਹ 2 ਭਰਾ ਇਕੱਲੇ ਮੈਦਾਨੇ ਜੰਗ 'ਚ ਚਲੇ ਜਾਂਦੇ ਨੇ। ਜਾਂਦੇ ਨੂੰ ਮੈਦਾਨੇ ਜੰਗ ਦੇ ਵਿੱਚ ਬਾਕੀ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਨੇ, 2 ਸਿੰਘ ਘਰੋਂ ਖੇਤਾਂ ਦੇ ਵਿੱਚ ਰੂੜੀ ਪਾਉਣ ਦੇ ਵਾਸਤੇ ਗੱਡਾ ਲੈ ਕੇ ਆਏ ਨੇ, ਪਰ ਰਣ ਦੇਖ ਸੂਰੇ ਚਿੱਤ ਉਲਾਸ, ਸ਼ਹੀਦੀ ਦਾ ਚਾਅ ਲੈ ਜਾਂਦਾ ਉਹਨਾਂ ਨੂੰ ਮੈਦਾਨੇ ਜੰਗ ਦੇ ਵਿੱਚ, ਸ਼ਹੀਦ ਹੁੰਦੇ ਨੇ। ਇਹ ਖਬਰ ਲਾਗੇ ਦੇ ਪਿੰਡ ਕੈਰੋਂ ਪਿੰਡ 'ਚ ਪਹੁੰਚਦੀ ਹੈ। ਕੈਰੋਂ ਪਿੰਡ ਦਾ ਇੱਕ ਨੌਜਵਾਨ ਸਾਹਿਬ ਸਿੰਘ ਨੌਜਵਾਨਾਂ ਨੂੰ ਇਕੱਠਿਆਂ ਕਰਦਾ, ਉਹ ਗੁਰੂ ਕਿਉਂ ਸਿੱਖੋ ਕੀ ਅੱਜ ਸਾਡੇ ਵਿੱਚੋਂ ਅਣਖ, ਦ੍ਰਿੜਤਾ, ਬਹਾਦਰੀ, ਦਲੇਰੀ ਸਾਰੀ ਖਤਮ ਹੋ ਗਈ? ਕੀ ਅੱਜ ਸਾਡੀਆਂ ਰਗਾਂ ਦੇ ਵਿੱਚੋਂ ਉਹ ਖੂਨ ਖਤਮ ਹੋ ਗਿਆ ਜਿਹੜਾ ਖੂਨ ਗੁਰੂ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੇ ਸਿਰ ਸਾਡੀ ਝੋਲੀ 'ਚ ਪਾ ਕੇ ਸਾਨੂੰ ਦਾਨ ਦਿੱਤਾ ਸੀ, ਜਦੋਂ ਗੁਰਦੇਵ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੋਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ। ਕੈਰੋਂ ਪਿੰਡ ਦੇ ਕਈ ਨੌਜਵਾਨ ਤਿਆਰ ਹੋ ਗਏ, ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਸੀ ਕਾਨੂੰਨ ਸ਼ੰਭ ਦੇ ਵਿੱਚ ਪਹੁੰਚਿਆ ਕੁਝ ਹੋਰ ਨੌਜਵਾਨਾਂ ਨੂੰ ਲੈ ਕੇ। ਕਾਨੂੰਨ ਸ਼ੰਭ ਦੇ ਵਿੱਚ ਖਾਲਸੇ ਪੰਥ ਦੇ ਕੁਝ ਜਰਨੈਲ ਤੇ ਖਾਲਸਾ ਪੰਥ ਬੈਠਾ। ਮੈਂ ਕੱਲ ਵੀ ਗੱਲ ਸਾਂਝੀ ਕੀਤੀ ਸੀ, 1721 ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਕੌਮ ਦੇ ਵਿੱਚ ਬੰਦਈ ਖਾਲਸਾ ਤੇ ਤੱਤ ਖਾਲਸਾ ਦਾ ਬਖੇੜਾ ਪੈਦਾ ਹੋਇਆ, ਉਸ ਨੂੰ ਭਾਈ ਮਨੀ ਸਿੰਘ ਨੇ ਖਤਮ ਕੀਤਾ, ਔਰ ਉਸ ਤੋਂ ਬਾਅਦ ਸਮੂਹਿਕ ਰੂਪ ਤੇ ਖਾਲਸੇ ਨੇ ਆਪਣੇ ਜਰਨੈਲ ਨੂੰ ਚੁਣਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ, ਉਹ ਸੀ ਬਾਬਾ ਦਰਬਾਰਾ ਸਿੰਘ। ਔਰ ਖਿਆਲ ਕਰਿਓ 18ਵੀਂ ਸਦੀ ਦੇ ਵਿੱਚ
ਬਾਬਾ ਦਰਬਾਰਾ ਸਿੰਘ ਤੋਂ ਲੈ ਕੇ ਬਾਬਾ ਦੀਪ ਸਿੰਘ ਤੱਕ ਜਿਨ੍ਹਾਂ ਜਰਨੈਲਾਂ ਨੇ ਕੌਮ ਦੀ ਵਾਗਡੋਰ ਸੰਭਾਲੀ ਹੈ, ਕਹਿ ਸਕਦੇ ਹਾਂ ਕਿ ਇਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਕੂਲ ਦੇ ਪੜ੍ਹੇ ਹੋਏ ਸੀ। ਉਸ ਸਕੂਲ ਦੇ ਜਿਸ ਸਕੂਲ ਦੀ ਪਹਿਲੀ ਸ਼ਰਤ ਇਹ ਸੀ, ਸੀਸ ਕੀ ਹੈ ਫੀਸ ਹੋਈ ਸਿੰਘਨ ਕੀ ਰੀਸ ਪਾਛੇ, ਆਓ ਇਸ ਗਲੀ ਸੀਸ ਤਲੀ ਪੇ ਟਿਕਾਏਗੀ। ਪਾਛੇ ਤੁਮ ਪਾਹੁਲ ਦੀਆ, ਪਹਿਲੇ ਤੁਮ ਸੀਸ ਲੀਆ, ਹਮ ਪਾਹੁਲ ਦੇਂਗੇ ਤੋ ਕਿਆ ਦਿਓਗੇ ਗਿਨਾਏਗੇ। ਇਹ ਸਾਰੇ ਉਸ ਸਕੂਲ ਦੇ ਪੜ੍ਹੇ ਹੋਏ ਸੀ। ਕੈਰੋਂ ਪਿੰਡ ਦੇ ਨੌਜਵਾਨ ਬਾਬਾ ਦਰਬਾਰਾ ਸਿੰਘ ਦੇ ਕੋਲ ਆਏ। ਹੁਣ ਖਿਆਲ ਕਰਿਓ, ਕੌਮ ਦੇ ਸਿਰਾਂ ਦੇ ਮੁੱਲ ਪੈਂਦੇ ਹੋਣ, ਕੌਮ ਜੰਗਲਾਂ ਦੇ ਵਿੱਚ ਬਸਰ ਕਰ ਰਹੀ ਹੋਵੇ ਆਪਣੀ ਜ਼ਿੰਦਗੀ, ਸਾਗ ਬਿਨਾਂ ਲੂਣ ਤੋਂ ਖਾ ਕੇ ਕੌਮ ਗੁਜ਼ਾਰਾ ਕਰ ਰਹੀ ਹੋਵੇ, ਜਿਸ ਤਰ੍ਹਾਂ ਮੈਂ ਕੱਲ੍ਹ ਬੇਨਤੀ ਕੀਤੀ ਸੀ, ਲੱਭੇ ਸਾਗ ਖਾਹੇ ਅੱਧ ਕੱਚਾ, ਬਿਰਸ਼ਨ ਫਲ ਫੂਲ ਔਰ ਸੱਕਾ। ਜਿਹੜੀ ਕੌਮ ਘਾਹ ਖਾ ਕੇ, ਰੁੱਖਾਂ ਦੇ ਪੱਤੇ ਖਾ ਕੇ, ਰੁੱਖਾਂ ਦੇ ਸੱਕ ਖਾ ਕੇ ਗੁਜ਼ਾਰਾ ਕਰ ਰਹੀ ਹੈ, ਉਸ ਕੌਮ ਦੇ ਵਿੱਚ ਗੁਰੂ ਪਾਤਸ਼ਾਹ ਨੇ ਆਤਮਿਕ ਦ੍ਰਿੜਤਾ ਕਿੰਨੀ ਭਰ ਦਿੱਤੀ। ਪੰਥ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ, ਜਦੋਂ ਸਿੰਘਾਂ ਨੂੰ ਕੈਰੋਂ ਪਿੰਡ ਦੇ ਸਿੰਘਾਂ ਨੇ ਆ ਕੇ ਦੱਸਿਆ ਕਿ ਭਾਈ ਤਾਰਾ ਸਿੰਘ ਵਾਂ ਸ਼ਹੀਦੀ ਪ੍ਰਾਪਤ ਕਰ ਗਿਆ, ਦੁਨੀਆਂ ਦੀਆਂ ਕੌਮਾਂ ਦਾ ਇਤਿਹਾਸ ਪੜ੍ਹੋ, ਜਦੋਂ ਕਿਤੇ ਕੌਮ ਦਾ ਇੱਕ ਥੰਮ ਡਿੱਗ ਜਾਵੇ ਤਾਂ ਕੌਮ ਦੇ ਮਨੋਬਲ ਡਿੱਗਦੇ ਨੇ। ਅੱਜ ਕੌਮ ਦਾ ਇੱਕ ਥੰਮ ਬਾਬਾ ਤਾਰਾ ਸਿੰਘ ਵਾਰ ਡਿੱਗਾ ਹੈ ਅਤੇ ਲਿਖਾਰੀ ਕਹਿੰਦੇ ਨੇ, ਜਿਮ ਕਾਂਟੇ ਤੇ ਫਲੇ ਗੁਲਾਬ, ਵਧੇ ਸਿੰਘ ਜਿਉਂ ਪੜੇ ਅਜ਼ਾਬ। ਜਿਸ ਤਰ੍ਹਾਂ ਗੁਲਾਬ ਨੂੰ ਕੱਟਿਆ ਜਾਂਦਾ ਹੈ ਅਤੇ ਉਹਦੀਆਂ ਹੋਰ ਸ਼ਾਖਾਵਾਂ ਨਿਕਲਦੀਆਂ ਨੇ, ਹੋਰ ਫੁੱਲ ਲੱਗਦੇ ਨੇ, ਇਸ ਤਰ੍ਹਾਂ ਜਿਉਂ ਜਿਉਂ ਸਿੱਖਾਂ ਨੂੰ ਵੱਢਿਆ ਜਾਂਦਾ ਹੈ, ਕੱਟਿਆ ਜਾਂਦਾ ਹੈ, ਮੁਸੀਬਤਾਂ ਪੈਂਦੀਆਂ ਨੇ, ਸਿੱਖਾਂ ਦੀ ਗਿਣਤੀ ਵੱਧਦੀ। ਬਾਬਾ ਦਰਬਾਰਾ ਸਿੰਘ ਨੇ ਕੁਝ ਸਿੰਘਾਂ ਨੂੰ ਇਕੱਠਿਆ ਕੀਤਾ, ਗੁਰਮਤਾ ਕਰਕੇ ਤਿੰਨ ਮਤੇ ਪਾਸ ਕੀਤੇ ਨੇ। ਪਹਿਲਾ ਮਤਾ ਪਾਸ ਕੀਤਾ, ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾਵੇਗਾ। ਦੂਸਰਾ ਮਤਾ ਪਾਸ ਕੀਤਾ, ਸ਼ਸਤਰ ਔਰ ਘੋੜੇ ਖੋਏ ਜਾਣਗੇ। ਤੀਸਰਾ ਮਤਾ ਪਾਸ ਕੀਤਾ, ਹਕੂਮਤ ਦੇ ਮੁਖਬਰ ਸੋਧੇ ਜਾਣਗੇ। ਇਹ ਤਿੰਨ ਮਤੇ ਪਾਸ ਕਰਕੇ ਕੌਮ ਦੇ ਜਰਨੈਲ ਬਾਬਾ ਦਰਬਾਰਾ ਸਿੰਘ ਨੇ ਸਿੱਖਾਂ ਦੀਆਂ ਗਸ਼ਤੀ ਟੁਕੜੀਆਂ ਬਣਾ ਕੇ ਪੰਜਾਬ ਵੱਲ ਤੋਰ ਦਿੱਤੀਆਂ ਨੇ। ਸਭ ਤੋਂ ਪਹਿਲਾਂ ਚਵਿੰਡੇ ਦੇ ਠਾਣੇ ਤੋਂ ਮੁਲਤਾਨ ਨੂੰ ਜਾਂਦਾ ਖਜ਼ਾਨਾ ਲੁੱਟਿਆ ਗਿਆ। ਉਸ ਤੋਂ ਬਾਅਦ ਕਸੂਰ ਦਾ ਖਜ਼ਾਨਾ ਲੁੱਟਿਆ ਗਿਆ। ਉਸ ਤੋਂ ਬਾਅਦ ਮੁਲਤਾਨ ਤੋਂ ਦਿੱਲੀ ਨੂੰ ਜਾਂਦਾ ਖਜ਼ਾਨਾ ਲੁੱਟਿਆ ਗਿਆ। ਔਰ ਖਿਆਲ ਕਰਿਓ, ਸਿੱਖ ਨੇ ਉਸ ਮੈਦਾਨੇ ਜੰਗ ਦੇ ਵਿੱਚ ਖਜ਼ਾਨਿਆਂ ਨੂੰ ਲੁੱਟਦਿਆਂ ਵੀ ਆਪਣੇ ਇਖਲਾਕ ਨੂੰ ਨੀਵਾਂ ਨਹੀਂ ਹੋਣ ਦਿੱਤਾ। ਇਹਨਾਂ ਖਜ਼ਾਨਿਆਂ ਦੀ ਲੁੱਟ ਦੇ ਦੌਰਾਨ ਕਿਸੇ ਇੱਕ ਵੀ ਮਜ਼ਲੂਮ ਅਤੇ ਮਸਲੂਮ ਨੂੰ ਕਤਲ ਨਹੀਂ ਕੀਤਾ। ਬਾਬਾ ਦਰਬਾਰਾ ਸਿੰਘ ਦੀ ਅਗਵਾਈ ਵਿੱਚ ਹਰਗੋਬਿੰਦਪੁਰ ਦੇ ਨੇੜੇ ਇੱਕ ਸਰਕਾਰੀ ਖਜ਼ਾਨਾ ਲੁੱਟਿਆ ਗਿਆ। ਕਹਿਣ ਨੂੰ ਸਰਕਾਰੀ ਖਜ਼ਾਨਾ ਸੀ, ਖਜ਼ਾਨੇ ਦਾ ਇੱਕ ਰਖਵਾਲਾ ਸਿੰਘਾਂ ਦੇ ਹੱਥ ਆ ਗਿਆ। ਖਜ਼ਾਨਾ ਸਿੰਘਾਂ ਲੁੱਟ ਕੇ ਕਾਹਨੂੰ ਆਉਂਦੇ ਸ਼ੰਭ ਚ ਲੈ ਆਉਂਦੇ। ਜਦੋਂ ਉਸ ਅਹਿਲਕਾਰ ਕੋਲ ਪੁੱਛਗਿੱਛ ਕੀਤੀ, ਅਹਿਲਕਾਰ ਕਹਿੰਦਾ ਇਹ ਖਜ਼ਾਨਾ ਸਰਕਾਰੀ ਨਹੀਂ ਸੀ, ਇਹ ਤਾਂ ਸੇਠ ਪ੍ਰਤਾਪ ਚੰਦ ਦਾ ਸੀ। ਇਖਲਾਕ ਵੇਖਿਓ ਸਿੱਖ ਦਾ। ਬਾਬੇ ਦਰਬਾਰਾ ਸਿੰਘ ਨੇ ਕਿਹਾ, ਸਾਡੇ ਕੋਲ ਗਲਤੀ ਹੋਈ ਹੈ, ਅਸੀਂ ਤਾਂ ਸਰਕਾਰੀ ਖਜ਼ਾਨੇ ਲੁੱਟਣੇ ਸੀ, ਗਲਤੀ ਦੇ ਨਾਲ ਕਿਸੇ ਦਾ ਨਿੱਜੀ ਖਜ਼ਾਨਾ ਲੁੱਟਿਆ ਗਿਆ। ਆਪਣੀ ਜਾਨ ਜੋਖਮ 'ਤੇ ਪਾ ਕੇ ਸਿੰਘ ਸੇਠ ਪ੍ਰਤਾਪ ਦਾਸ ਦਾ ਖਜ਼ਾਨਾ ਵਾਪਸ ਕਰਕੇ। ਇਹ ਸਿੱਖ ਦਾ ਉਸ ਵੇਲੇ ਦਾ ਇਖਲਾਕ। ਖਜ਼ਾਨਾ ਸਿੱਖਾਂ ਨੇ ਹੁਣ ਤੱਕ ਇਸ ਕੁਝ ਮਹੀਨਿਆਂ ਦੇ ਸਮੇਂ ਦੇ ਵਿੱਚ 4 ਲੱਖ ਦੇ ਕਰੀਬ ਸਿੰਘਾਂ ਨੇ ਖਜ਼ਾਨਾ ਲੁੱਟ ਲਿਆ। ਉਸ ਤੋਂ ਬਾਅਦ ਇੱਕ ਕੰਧਾਰ ਦਾ ਨਵਾਬ ਮੁਰਤਜ਼ਾ ਖਾਨ ਦਿੱਲੀ ਦੇ ਬਾਦਸ਼ਾਹ ਸ਼ਾਹ ਮੁਹੰਮਦ ਨੂੰ ਘੋੜੇ ਵੇਚਣ ਵਾਸਤੇ ਜਾ ਰਿਹਾ ਸੀ, ਬੜੇ ਸੋਹਣੇ ਘੋੜੇ। ਇਹ ਜਿਹੜਾ ਸ਼ਾਹ ਮੁਹੰਮਦ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਸੀ, ਇਸ ਨੂੰ ਫਾਰਸੀ ਦੀਆਂ ਸਰੋਤਾਂ ਦੇ ਵਿੱਚ ਸ਼ਾਹੇ ਬੇਖਬਰ ਵੀ ਲਿਖਿਆ ਗਿਆ। ਸ਼ਾਹੇ ਬੇਖਬਰ ਸ਼ਬਦ ਇਸ ਦੇ ਵਾਸਤੇ ਵਰਤਿਆ ਗਿਆ ਹੈ ਕਿਉਂਕਿ ਇਸ ਨੇ ਰਾਜ ਪ੍ਰਬੰਧ ਦੇ ਵੱਲ ਕੋਈ ਧਿਆਨ ਨਾ ਦਿੱਤਾ। ਇਸੇ ਕਰਕੇ ਇਸ ਸਮੇਂ ਦੇ ਜਿੰਨੇ ਹਾਕਮ ਸੀ, ਨਾਜ਼ਮ ਸੀ, ਉਹਨਾਂ ਨੇ ਮਨਮਾਨੀਆਂ ਕੀਤੀਆਂ। ਜਿਸ ਤਰ੍ਹਾਂ ਸ਼ਾਇਰੇ ਮਸ਼ਰਕ ਮੁਹੰਮਦ ਇਕਬਾਲ ਆਪਣੀ ਰਚਨਾ ਜ਼ਰਬੇ ਕਲੀਮ ਦੇ ਵਿੱਚ ਲਿਖਦਾ ਹੈ ਨਾ, ਕਹਿੰਦਾ ਆ ਸ਼ੇਖ ਤੁਝੇ ਬਤਲਾਉ ਤਕਦੀਰੇ ਉਮਮ ਕਿਆ ਹੈ, ਤੇਗੋ ਸਨਾਨ ਅਵਲ ਤੌਸੋ ਰਬਾਬ ਆਖਰ। ਕਹਿੰਦਾ ਆ ਤੈਨੂੰ ਮੈਂ ਦੱਸਦਾ ਸ਼ੇਖ ਕੌਮ ਦੀ ਜ਼ਿੰਦਗੀ ਕੀ ਹੁੰਦੀ ਹੈ। ਜਿਹੜੀਆਂ ਕੌਮਾਂ ਮੈਦਾਨੇ ਜੰਗ ਦੇ ਵਿੱਚ ਤੇਗਾਂ ਦੇ ਨਾਲ ਖੂਨ ਦੇ ਨਾਲ ਇਸ਼ਨਾਨ ਕਰਨਾ ਜਾਣਦੀਆਂ ਨੇ, ਉਹ ਕੌਮਾਂ ਦੁਨੀਆਂ 'ਤੇ ਜ਼ਿੰਦੀਆਂ ਰਹਿੰਦੀਆਂ ਨੇ, ਅਤੇ ਜਿਹੜੀਆਂ ਕੌਮਾਂ ਰਾਗ ਰੰਗ ਦੇ ਵਿੱਚ ਮਸਤ ਹੋ ਕੇ ਨ੍ਰਿਤਕਾਰੀ ਕਰਦੀਆਂ ਨੇ, ਉਹ ਕੌਮਾਂ ਦੁਨੀਆਂ ਦੀ ਨਕਸ਼ੇ ਤੋਂ ਖਤਮ ਹੋ ਜਾਂਦੀਆਂ। ਸ਼ਾਹ ਮੁਹੰਮਦ ਦੇ ਵਾਸਤੇ ਘੋੜੇ ਲੈ ਕੇ ਆ ਰਿਹਾ ਸੀ ਮੁਰਤਜ਼ਾ ਖਾਨ, ਰਸਤੇ ਦੇ ਵਿੱਚ ਸਿੰਘਾਂ ਨੇ ਉਹ ਵੀ ਲੁੱਟ ਲਏ। ਮੁਰਤਜ਼ਾ ਖਾਨ ਜਿਹੜਾ ਸੀ
ਇਹ 7000 ਹੀ ਮਨਸਬਦਾਰ ਸੀ। ਕੋਈ ਛੋਟੀ ਗੱਲ ਨਹੀਂ ਸੀ, ਸਿੰਘਾਂ ਨੇ ਘੋੜੇ ਲੁੱਟ ਲਏ। ਹੁਣ ਜ਼ਕਰੀਆ ਖਾਨ, ਖਾਨ ਬਹਾਦਰ ਜ਼ਕਰੀਆ ਖਾਨ ਨੂੰ ਗੁੱਸਾ ਚੜਿਆ। ਅਜੀਬ ਗੱਲ ਹੈ, ਅਸੀਂ ਤਾਰਾ ਸਿੰਘ ਵਾਂ ਨੂੰ ਖਤਮ ਕੀਤਾ ਸੀ, ਹੁਣ ਤਾਂ ਜਗ੍ਹਾ ਜਗ੍ਹਾ ਦੇ ਉੱਪਰ ਸਿੰਘਾਂ ਦੇ ਜਥੇ ਪੈਦਾ ਹੋ ਰਹੇ ਨੇ, ਜਗ੍ਹਾ ਜਗ੍ਹਾ ਦੇ ਉੱਪਰ ਸਾਨੂੰ ਵੰਗਾਰ ਰਹੇ ਨੇ। ਪੰਥ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ, ਉਹ ਕਹਿੰਦਾ ਹੈ ਕਿ ਹੁਣ ਸਿੰਘ ਘੋੜਿਆਂ ਦੇ ਉੱਪਰ ਪਿੰਡਾਂ ਦੇ ਵਿੱਚ ਫਿਰਦੇ ਆਮ ਵੇਖੇ ਜਾਂਦੇ ਸੀ। ਪਰ ਖਿਆਲ ਕਰਿਓ, ਉਹਨਾਂ ਸਮਿਆਂ ਦੇ ਵਿੱਚ ਉਸ ਨੇ ਫਿਰ 22,000 ਫੌਜ ਦਾ ਜਥਾ ਦੇ ਕੇ ਇਸੇ ਹੀ ਕੰਧਾਰ ਦੇ ਹਾਕਮ ਮੁਰਤਜ਼ਾ ਖਾਨ, ਤਤਾਰ ਖਾਨ ਅਤੇ ਰਾਜੇ ਟੋਡਰਮੱਲ ਦੇ ਪੁੱਤਰ ਨੂੰ ਅਗਵਾਈ ਦੇ ਕੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਖਤਮ ਕਰਨ ਵਾਸਤੇ ਤੋਰਿਆ। ਸਭ ਤੋਂ ਪਹਿਲਾਂ ਇਸ ਜਥੇ ਨੇ ਆ ਕੇ ਪਤਾ ਕੀਤਾ, ਪਤਾ ਇਹ ਕੀਤਾ ਕਿ ਤਾਰਾ ਸਿੰਘ ਵਾਂ ਦੀ ਸ਼ਹਾਦਤ ਦੀ ਖਬਰ ਸਿੰਘਾਂ ਤੱਕ ਜਿਹੜੇ ਸ਼ੰਭ 'ਚ ਬੈਠੇ ਸੀ ਉਹ ਕਿਵੇਂ ਪਹੁੰਚੀ। ਜ਼ਰੂਰੀ ਸੀ ਫੌਜ ਦੇ ਵਾਸਤੇ, ਪਤਾ ਕੀਤਾ, ਪਤਾ ਲੱਗਾ ਕਿ ਕੈਰੋਂ ਪਿੰਡ ਦੇ ਨੌਜਵਾਨ ਜਿਹੜੇ ਸੀ ਉਹਨਾਂ ਨੇ ਇਹ ਖਬਰ ਪਹੁੰਚਾਈ ਹੈ। ਕੈਰੋਂ ਪਿੰਡ ਨੂੰ ਘੇਰਾ ਪਾਇਆ ਗਿਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਘਮਸਾਨ ਦਾ ਯੁੱਧ ਹੁੰਦਾ ਰਿਹਾ। ਔਰ ਉਸ ਯੁੱਧ ਦੇ ਵਿੱਚ ਇੱਕ ਭਾਈ ਸਾਹਿਬ ਸਿੰਘ ਨੂੰ ਛੱਡ ਕੇ ਕੈਰੋਂ ਪਿੰਡ ਦੇ ਸਾਰੇ ਨੌਜਵਾਨ ਸ਼ਹੀਦ ਮੈਦਾਨੇ ਜੰਗ ਦੇ ਵਿੱਚ ਜੂਝਦੇ ਹੋਏ। ਭਾਈ ਸਾਹਿਬ ਸਿੰਘ ਨੇ ਫਿਰ ਖਾਲਸੇ ਨੂੰ ਆ ਕੇ ਖਬਰ ਦਿੱਤੀ ਹੈ। ਦੂਸਰੀ ਖਾਲਸਾ ਰਾਵੀ ਦੇ ਕੰਢੇ ਪਿੰਡ ਹਵੇਲੀ ਦੇ ਵਿੱਚ ਇਕੱਠਾ ਹੋਇਆ, ਉੱਥੇ ਫਿਰ ਇਹਨਾਂ ਮੁਗਲ ਫੌਜਾਂ ਨੇ ਘੇਰਾ ਪਾਇਆ। ਉੱਥੋਂ ਸਿੰਘਾਂ ਨੇ ਮੁਗਲ ਫੌਜਾਂ ਨੂੰ ਫਿਰ ਹਾਰ ਦਿੱਤੀ ਹੈ। ਉੱਥੋਂ ਨਿਕਲਦੇ ਹੋਏ ਸਿੰਘ ਕਰਤਾਰਪੁਰ ਆ ਕੇ ਬੈਠੇ ਨੇ। ਕਰਤਾਰਪੁਰ ਆ ਕੇ ਡੇਰਾ ਲਾਇਆ ਅਤੇ ਕਰਤਾਰਪੁਰ ਨੂੰ ਤਬਾਹ ਕਰਨ ਦੇ ਵਾਸਤੇ ਤਤਾਰ ਖਾਨ ਅਤੇ ਮੁਰਤਜ਼ਾ ਖਾਨ ਨੇ ਆਲੇ ਦੁਆਲੇ ਤੋਪਾਂ ਬੀੜ ਦਿੱਤੀਆਂ ਕਿ ਪਿੰਡ ਨੂੰ ਉਡਾ ਦਿੱਤਾ ਜਾਵੇ, ਇੱਥੇ ਸਿੰਘ ਬੈਠੇ। ਗੁਰੂ ਦੀ ਕਰਨੀ, ਉਹ ਗੁਰੂ ਨਾਨਕ ਦਾ ਦਰ ਸੀ। ਰਾਤ ਇੰਨੀ ਬਾਰਿਸ਼ ਹੋਈ ਕਿ ਤੋਪਾਂ ਦੇ ਪਲੀਤਿਆਂ ਨੂੰ ਅੱਗ ਨਾ ਲੱਗ ਸਕੀ। ਜਦੋਂ ਸਿੰਘਾਂ ਨੂੰ ਪਤਾ ਲੱਗਾ ਕਿ ਅੱਜ ਇਹਨਾਂ ਦੀਆਂ ਤੋਪਾਂ, ਇਹਨਾਂ ਦੇ ਰਹਿਕਲੇ, ਇਹਨਾਂ ਦੇ ਜ਼ੰਬੂਰੇ ਬੇਅਸਰ ਹੋ ਗਏ ਨੇ, ਸਿੰਘ ਤਲਵਾਰਾਂ ਧੂ ਕੇ ਪੈ ਗਏ, ਮੁਰਤਜ਼ਾ ਖਾਨ ਭੱਜ ਗਿਆ, ਤਤਾਰ ਖਾਨ ਭੱਜ ਗਿਆ, ਟੋਡਰਮੱਲ ਦਾ ਪੁੱਤਰ ਭੱਜ ਗਿਆ। ਸਿੰਘਾਂ ਨੇ ਪਿੱਛਾ ਕੀਤਾ ਅਤੇ ਭੀਲੋਵਾਲ ਪਿੰਡ ਦੇ ਵਿੱਚ ਸਾਰੇ ਸੋਧ ਦਿੱਤੇ ਜਾ ਕੇ। ਹੁਣ ਇਹ ਕੋਈ ਛੋਟੀ ਘਟਨਾ ਨਹੀਂ ਸੀ, ਸਿੰਘਾਂ ਦਾ ਇੱਕ ਛੋਟਾ ਜਿਹਾ ਜਥਾ ਇੰਨੇ ਥੋੜ੍ਹੇ ਜਿਹੇ ਮਹੀਨਿਆਂ ਦੇ ਵਿੱਚ ਇੰਨਾ ਤਾਕਤਵਰ ਹੋ ਗਿਆ ਕਿ ਉਸਨੇ ਸਾਰੇ ਇਲਾਕੇ ਦੇ ਵਿੱਚ ਆਪਣਾ ਦਬਦਬਾ ਕਾਇਮ ਕਰ ਲਿਆ। ਸਿੰਘਾਂ ਨੇ ਪਿੰਡਾਂ ਦੇ ਵਿੱਚ ਦੁਬਾਰਾ ਅੰਮ੍ਰਿਤ ਸੰਸਕਾਰ ਸ਼ੁਰੂ ਕੀਤਾ, ਗੁਰਬਾਣੀ ਦਾ ਪ੍ਰਵਾਹ ਅਤੇ ਪ੍ਰਚਾਰ ਸ਼ੁਰੂ ਕੀਤਾ ਅਤੇ ਫਿਰ ਆਪਣੀ ਹੋਂਦ ਨੂੰ ਵਿਖਾਉਣਾ ਉਸ ਇਲਾਕਿਆਂ ਦੇ ਵਿੱਚ ਸ਼ੁਰੂ ਕੀਤਾ। ਹੁਣ ਜ਼ਕਰੀਆ ਖਾਨ ਜਿਹੜਾ ਉਹ ਸੋਚ ਰਿਹਾ ਕਿ ਸਿੰਘਾਂ ਦੇ ਉੱਪਰ ਕਿਵੇਂ ਕਾਬੂ ਪਾਇਆ ਜਾਵੇ, ਕਿਉਂਕਿ ਹੁਣ ਸਿਰ ਚੁੱਕ ਰਹੇ ਨੇ ਸਿੰਘ ਪੰਜਾਬ ਦੇ ਵਿੱਚ। ਜਗ੍ਹਾ ਜਗ੍ਹਾ ਦੇ ਉੱਪਰ ਸਿੰਘ ਆਪਣੇ ਆਪ ਨੂੰ ਜਥੇਬੰਦ ਕਰ ਰਹੇ ਨੇ ਅਤੇ ਬਿਲਕੁਲ ਜਿਸ ਤਰ੍ਹਾਂ ਗਸ਼ਤੀ ਫੌਜਾਂ ਸਿੱਖਾਂ ਦਾ ਸ਼ਿਕਾਰ ਕਰਦੀਆਂ ਸੀ, ਹੁਣ ਸਿੰਘਾਂ ਨੇ ਇਹੋ ਜਿਹੇ ਜਥੇ ਕਾਇਮ ਕਰ ਲਏ ਕਿ ਉਹਨਾਂ ਨੇ ਗੁਰੀਲਾ ਲੜਾਈ ਲੜਨੀ ਸ਼ੁਰੂ ਕਰ ਦਿੱਤੀ। ਇਸੇ ਕਰਕੇ ਕਈ ਇਤਿਹਾਸਕਾਰ ਲਿਖਦੇ ਨੇ ਕਿ ਜੇਕਰ ਲੜਾਈ ਦਾ ਢੰਗ ਸਿੱਖਣਾ ਤਾਂ ਗੁਰੀਲਾ ਲੜਾਈ ਦਾ ਢੰਗ ਸਿੱਖਾਂ ਤੋਂ ਸਿੱਖਿਆ ਜਾਵੇ। ਸਿੱਖਾਂ ਦੇ ਖਿਲਾਫ ਬਹੁਤ ਕੁਛ ਲਿਖਣ ਵਾਲਾ ਕਲਾਤ ਸ਼ਹਿਰ ਦਾ ਰਹਿਣ ਵਾਲਾ ਨਾਸਰ ਖਾਨ ਦਾ ਉਸਤਾਦ ਕਾਜ਼ੀ ਨੂਰ ਮੁਹੰਮਦ ਵੀ ਇੱਕ ਗੱਲ ਲਿਖ ਦਿੰਦਾ ਹੈ, ਸਗਾਰਾ ਮਗੋ ਸਕ ਹਸਤੰਦ ਸ਼ੇਰ ਬਾ ਮਾਦਾ ਨੇ ਮਰਦਾਂ ਚੋਂ ਸ਼ੇਰਾਂ ਦਾ ਦੇਸ਼। ਕਾਜ਼ੀ ਨੂਰ ਮੁਹੰਮਦ ਨੂੰ ਵੀ ਇਹ ਗੱਲ ਕਹਿਣੀ ਪਈ। ਸਿੱਖਾਂ ਨੇ ਹੌਲੀ ਹੌਲੀ ਆਪਣਾ ਦਬਦਬਾ ਕਰਨਾ ਕਾਇਮ ਸ਼ੁਰੂ ਕੀਤਾ ਹੈ। ਹੁਣ ਜ਼ਕਰੀਆ ਖਾਨ ਬੜਾ ਨੀਤੀਵਾਨ ਜਰਨੈਲ ਸੀ, ਉਸਨੇ ਸੋਚਿਆ ਕਿ ਸਿੱਖਾਂ ਨੂੰ ਹੁਣ ਕੇਵਲ ਸਖਤੀ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਉਸਨੇ ਇੱਕ ਚਿੱਠੀ ਲਿਖੀ ਹੈ ਦਿੱਲੀ ਦੇ ਬਾਦਸ਼ਾਹ ਦੇ ਵੱਲ, ਜਿਹੜੇ ਚਿੱਠੀ ਦੇ ਸ਼ਬਦ ਨੇ ਤੁਹਾਡੇ ਨਾਲ ਸਾਂਝੇ ਕਰਦਾ ਹੈ। ਬੇਸ਼ੱਕ ਉਹਨਾਂ ਸ਼ਬਦਾਂ ਦੇ ਵਿੱਚ ਜਿਹੜਾ ਸਾਡੇ ਵਾਸਤੇ ਸ਼ਬਦ ਵਰਤਿਆ ਗਿਆ ਹੈ ਉਹ ਕੋਈ ਇੰਨਾ ਚੰਗਾ ਨਹੀਂ, ਪਰ ਹਮੇਸ਼ਾ ਹੀ ਦੁਸ਼ਮਣ ਜਿਹੜਾ ਹੈ ਨਾ ਉਹ ਦੁਸ਼ਮਣ ਦੇ ਵਾਸਤੇ ਇਹੋ ਜਿਹੇ ਸ਼ਬਦ ਹੀ ਵਰਤਦਾ ਹੈ। ਉਹ ਕਹਿੰਦਾ ਜੇ ਦੁਸ਼ਮਣ ਗੁੜ ਦਿਓ ਮਰੇ ਕਿਉਂ ਜ਼ਹਿਰ ਪਾਈਏ। ਕਹਿੰਦਾ ਜੇ ਗੁੜ ਦੇਣ ਦੇ ਨਾਲ ਦੁਸ਼ਮਣ ਮਰਦਾ ਹੋਵੇ ਤਾਂ ਜ਼ਹਿਰ ਦੇਣ ਦੀ ਕੀ ਲੋੜ ਹੈ। ਇਹ ਗਨੀਮ ਹੈ ਬੁਰੀ ਬੁਲਾਏ ਦੇਵੋ ਟੁੱਕ ਇਨਕੋ ਪਰਚਾਏ। ਕਹਿੰਦਾ ਇਹ ਜਿਹੜੇ ਸਿੱਖ ਨੇ ਬੜੀ ਬੁਰੀ ਬੁਲਾ ਲਏ, ਇਹਨਾਂ ਦੇ ਨਾਲ ਮੈਂ ਲੜ ਕੇ ਵੇਖ ਲਿਆ ਹੈ, ਇਹਨਾਂ ਨੂੰ ਹੁਣ ਜ਼ਹਿਰ ਦੇ ਨਾਲ ਸਖਤੀ ਦੇ ਨਾਲ ਨਹੀਂ ਮਾਰਿਆ ਜਾਣਾ, ਗੁੜ ਦੇਣ ਦੀ ਲੋੜ ਹੈ। ਦੇਹੋ ਟੁੱਕ ਲਵੋ ਪਰਚਾਏ, ਜਿਸ ਤਰ੍ਹਾਂ ਕੁੱਤੇ ਨੂੰ ਟੁੱਕ ਪਾ ਕੇ ਪਰਚਾਇਆ ਜਾਂਦਾ ਹੈ ਨਾ, ਹੁਣ ਸਿੱਖਾਂ ਨੂੰ ਟੁੱਕ ਪਾ ਕੇ ਪਰਚਾਇਆ ਜਾਵੇ। ਇਹਨੇ ਜ਼ਕਰੀਆ ਖਾਨ ਨੇ ਸਿੱਖਾਂ ਦੇ ਨਾਲ ਸੰਬੰਧ ਬਣਾਉਣੇ ਸ਼ੁਰੂ ਕੀਤੇ।
ਜ਼ੰਬਰ ਪਿੰਡ ਦੇ ਵਸਨੀਕ ਭਾਈ ਸ਼ਬੇਕ ਸਿੰਘ ਦੇ ਨਾਲ, ਕਿਉਂਕਿ ਸਰਕਾਰੀ ਠੇਕੇਦਾਰ ਸੀ, ਉਹਨਾਂ ਦੇ ਨਾਲ ਸੰਬੰਧ ਪੈਦਾ ਕੀਤੇ, ਉਹਨਾਂ ਨੂੰ ਬੁਲਾਇਆ, ਬੁਲਾ ਕੇ ਬੇਨਤੀ ਕੀਤੀ। ਸ਼ਬੇਕ ਸਿੰਘ ਜੀ ਫਾਰਸੀ ਦੇ ਬੜੇ ਚੰਗੇ ਵਿਦਵਾਨ ਵੀ ਸੀ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਸਿਆਣੇ ਹੋ, ਮੈਂ ਚਾਹੁੰਦਾ ਹਾਂ ਕਿ ਜਿਹੜਾ ਪਿਛਲਾ ਕਤਲੇਆਮ ਹੋਇਆ ਹੈ ਮੈਂ ਉਸਦੀ ਤਲਾਫੀ ਮਹਿਸੂਸ ਕਰਾਂ, ਮੈਨੂੰ ਉਸਦਾ ਪਛਤਾਵਾ ਹੈ, ਪਰ ਹੁਣ ਮੈਂ ਚਾਹੁੰਦਾ ਹਾਂ ਕਿ ਜੇਕਰ ਸਿੱਖਾਂ ਨੂੰ ਇੱਕ ਛੋਟਾ ਜਿਹਾ ਰਾਜ ਦਿੱਤਾ ਜਾਵੇ, ਇੱਕ ਇਲਾਕੇ ਦੀ ਨਵਾਬੀ ਦਿੱਤੀ ਜਾਵੇ ਜਿੱਥੇ ਇਹ ਆਜ਼ਾਦੀ ਦਾ ਨਿੱਗ ਮਾਣ ਸਕਣ। ਤਿੰਨ ਥਾਵਾਂ ਦੀ ਜ਼ੰਗੀਰ, ਦੇਪਾਲਪੁਰ, ਕੰਗਣਵਾਲ ਅਤੇ ਚਬਾਲ, ਇਹਨਾਂ ਤਿੰਨਾਂ ਪਿੰਡਾਂ ਦੀ ਜ਼ਗੀਰ ਦਾ ਪਟਾ ਲਿਖਿਆ ਗਿਆ 1733 ਦੇ ਵਿੱਚ। ਹੁਣ ਇੱਕ ਗੱਲ ਖਿਆਲ ਕਰਿਓ, ਸਿੱਖਾਂ ਨੇ 1716 ਤੋਂ ਲੈ ਕੇ 1733 ਤੱਕ ਦੇ ਸਮੇਂ ਦੇ ਵਿੱਚ ਕਿੰਨੀ ਦ੍ਰਿੜਤਾ, ਕਿੰਨੀ ਬਹਾਦਰੀ ਔਰ ਕਿੰਨੀ ਸੰਗਠਨਾਤਮਕ ਯੁੱਧ ਨੀਤੀ ਦਾ ਵਿਖਾਵਾ ਕੀਤਾ ਹੋਵੇਗਾ ਕਿ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਜਿਹੜੀ ਸੋਚਦੀ ਸੀ ਕਿ ਸਿੱਖ ਖਤਮ ਕੀਤੇ ਜਾ ਰਹੇ ਨੇ, ਅੱਜ ਉਹਨਾਂ ਸਿੱਖਾਂ ਨੂੰ ਨਵਾਬੀ ਪੇਸ਼ ਕੀਤੀ ਜਾ ਰਹੀ, ਉਹਨਾਂ ਸਿੱਖਾਂ 'ਚ ਕਿੰਨੀ ਏਕਤਾ ਹੋਵੇਗੀ, ਉਹਨਾਂ 'ਚ ਕਿੰਨੀ ਦ੍ਰਿੜਤਾ ਹੋਵੇਗੀ, ਉਹਨਾਂ ਦੇ ਵਿੱਚ ਕਿੰਨਾ ਪਿਆਰ ਹੋਵੇਗਾ। ਇੰਨਾ ਜ਼ਿਆਦਾ ਪਿਆਰ ਸਿੰਘ ਰਹਿੰਦੇ ਜੰਗਲਾਂ ਦੇ ਵਿੱਚ ਨੇ, ਆਪ ਨੂੰ ਕੋਲ ਖਾਣ ਨੂੰ ਕੁਛ ਨਹੀਂ, ਅਤੇ ਜਦੋਂ ਸ਼ਾਮ ਨੂੰ ਲੰਗਰ ਬਣਾਉਂਦੇ ਨੇ ਨਾ, ਅਤੇ ਕਹਿੰਦੇ ਨੇ ਕਿ ਲੰਗਰ ਬਣਾਉਣ ਤੋਂ ਬਾਅਦ ਜਿਹੜਾ ਲਾਂਗਰੀ ਹੈ ਜ਼ੋਰ ਦੀ ਆਵਾਜ਼ ਮਾਰਦਾ ਹੈ, ਭੁੱਖਾ ਦੇਤ ਆਵਾਜ਼ਾ ਕੋਵੀ, ਆਓ ਲੰਗਰ ਤਿਆਰ ਗੁਰ ਹੋਈ। ਗੁਰੂ ਦਾ ਲੰਗਰ ਤਿਆਰ ਹੈ, ਜੇ ਕੋਈ ਭੁੱਖਾ ਹੈ ਤਾਂ ਆ ਕੇ ਖਾ ਸਕਦਾ। ਸਿੰਘ ਬਾਅਦ 'ਚ ਲੰਗਰ ਛਕਦੇ ਨੇ, ਬਾਅਦ ਮੈਂ ਲੰਗਰ ਆਪ ਖਲੇ ਹੈ, ਨਹੀਂ ਤਾਂ ਲੰਗਰ ਮਸਤ ਬਦੇ ਹੈ। ਜੇ ਬਚਦਾ ਹੈ ਤਾਂ ਖਾ ਲੈਂਦੇ ਨੇ, ਨਹੀਂ ਤਾਂ ਕਹਿੰਦੇ ਨੇ ਲੰਗਰ ਮਸਤ ਹੋ ਗਿਆ। ਪਹਿਲਾਂ ਕਿਸੇ ਆਏ ਗਏ ਅਭਿਆਗਤ ਨੂੰ ਦਿੰਦੇ ਨੇ ਜੰਗਲ ਦੇ ਵਿੱਚ, ਆਪ ਨੂੰ ਖਾਣ ਨੂੰ ਰੋਟੀ ਨਹੀਂ, ਪਰ ਜਿਹੜੇ ਗੁਰੂ ਪਾਤਸ਼ਾਹ ਨੇ ਵਿਚਾਰਧਾਰ ਦੇ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦੇ ਅਸੂਲਾਂ ਦੀ ਬਖਸ਼ਿਸ਼ ਕੀਤੀ ਸੀ, ਉਹ ਅਸੂਲ ਜੰਗਲ ਦੇ ਵਿੱਚ ਵੀ ਨਿਭਾਏ ਜਾ ਰਹੇ ਨੇ। ਜ਼ਕਰੀਆ ਖਾਨ ਸ਼ਬੇਕ ਸਿੰਘ ਨੂੰ ਕਹਿੰਦਾ ਹੈ, ਸ਼ਬੇਕ ਸਿੰਘ ਜੀ ਪਿੱਛੇ ਜੋ ਹੋ ਗਿਆ ਉਸਨੂੰ ਭੁੱਲ ਜਾਈਏ, ਤੁਸੀਂ ਖਾਲਸੇ ਨੂੰ ਨਵਾਬੀ ਦੀ ਬਖਸ਼ਿਸ਼, ਨਵਾਬੀ ਦੀ ਪੇਸ਼ਕਸ਼ ਲੈ ਕੇ ਜਾਓ। ਸਰਦਾਰ ਸ਼ਬੇਕ ਸਿੰਘ ਦਾ ਜਵਾਬ ਹੈ, ਅਸੀਂ ਮਿਲ ਵਰਤਣੀ ਸਿੰਘ ਹਾਂ, ਖਾਲਸਾ ਜਜਾਰੂ ਸੂਰਮਾ, ਕੀ ਉਹ ਮੇਰੇ ਹੱਥੋਂ ਨਵਾਬੀ ਪ੍ਰਵਾਨ ਕਰਨਗੇ? ਖਿਆਲ ਕਰਿਓ, ਸ਼ਬੇਕ ਸਿੰਘ ਨੇ ਕੌਮ ਦਾ ਕਿਤੇ ਕੋਈ ਨੁਕਸਾਨ ਨਹੀਂ ਕੀਤਾ, ਸ਼ਬੇਕ ਸਿੰਘ ਹੁਣਾਂ ਨੇ ਕਿਤੇ ਕੌਮ ਨਾਲ ਕੋਈ ਵਿਸਾਹਘਾਤ ਨਹੀਂ ਕੀਤਾ, ਸ਼ਬੇਕ ਸਿੰਘ ਹੁਣਾਂ ਨੇ ਕੌਮ ਦੇ ਨਾਲ ਕੋਈ ਧੋਖਾ ਨਹੀਂ ਕੀਤਾ। ਉਹ ਇਸ ਗੱਲ 'ਚ ਹੀ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕਰ ਰਹੇ ਨੇ ਕਿ ਮੇਰੇ ਭਰਾ ਤੇ ਜੰਗਲਾਂ ਦੇ ਵਿੱਚ ਮੈਦਾਨੇ ਜੰਗ 'ਚ ਜੂਝ ਰਹੇ ਨੇ ਅਤੇ ਮੈਂ ਆਪਣੇ ਘਰ ਪਰਿਵਾਰ 'ਚ ਬੈਠਾ। ਸਰਦਾਰ ਸ਼ਬੇਕ ਸਿੰਘ ਜਿਸ ਵੇਲੇ ਨਵਾਬੀ ਲੈ ਕੇ ਜਾਂਦੇ ਨੇ, ਇੱਕ ਪਰਾਤ ਦੇ ਵਿੱਚ 1,00,000 ਮੋਹਰਾਂ, ਹੀਰੇ ਜਵਾਹਰਾਤ ਅਤੇ ਨਵਾਬੀ ਤਿੰਨ ਪਿੰਡਾਂ ਦੀ, ਦੇਪਾਲਪੁਰ, ਕੰਗਣਵਾਲ ਅਤੇ ਝਬਾਲ ਦੀ ਨਵਾਬੀ ਦਾ ਲਿਖਿਆ ਹੋਇਆ ਪਟਾ ਲੈ ਕੇ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜਾਂਦੇ ਨੇ, ਅਤੇ ਹਰਿਮੰਦਰ ਸਾਹਿਬ ਦਾ ਦਰਵਾਜ਼ੇ 'ਚ ਖੜਾ ਸਿੰਘ ਰੋਕਦਾ ਹੈ, ਤੁਸੀਂ ਤਾਂ ਸਰਕਾਰੀ ਸਿੱਖ ਹੋ, ਤੁਸੀਂ ਤਾਂ ਸਰਕਾਰ ਦੇ ਮਿਲ ਵਰਤਣੀ ਸਿੱਖ ਹੋ, ਕਿਸ ਕੰਮ ਵਾਸਤੇ ਆਏ ਹੋ? ਅਤੇ ਕੌਮ ਦੇ ਜਰਨੈਲ ਸਰਦਾਰ ਸ਼ਬੇਕ ਸਿੰਘ ਦਾ ਹੌਸਲਾ ਪੰਥ ਪ੍ਰਕਾਸ਼ ਦੇ ਸ਼ਬਦਾਂ 'ਚ ਕਹਿੰਦਾ ਹੈ, ਹੇ ਖਾਲਸਾ ਤੁਮ ਬਖਸ਼ਣ ਯੋਗ, ਤੁਸੀਂ ਖਾਲਸੇ ਹੋ, ਤੁਸੀਂ ਬਖਸ਼ਣ ਯੋਗ ਹੋ, ਹਮ ਤਨਖਾਹੀ ਘਰ ਬਾਹਰੀ ਲੋਕ, ਅਸੀਂ ਤਾਂ ਘਰਾਂ ਦੇ ਵਿੱਚ ਰਹਿਣ ਵਾਲੇ ਤਨਖਾਹੀ ਲੋਕ ਹਾਂ, ਤੁਸੀਂ ਬਖਸ਼ਣ ਯੋਗ। ਕਿੰਨੀ ਨਿਰਮਣਤਾ, ਕਿੰਨੀ ਜ਼ਿਆਦਾ ਨਿਮਰਤਾ, ਕਿੰਨੀ ਨਿਰਮਾਣਤਾ, ਕਿੰਨਾ ਪੰਥ ਖਾਲਸੇ ਦਾ ਨਾਲ ਪਿਆਰ ਕਿ ਉਸ ਵੇਲੇ ਸਰਕਾਰੀ ਅਹਿਲਕਾਰ ਸ਼ਬੇਕ ਸਿੰਘ ਹੱਥ ਜੋੜ ਕੇ ਗੁਰੂ ਘਰ ਦੇ ਸੇਵਾਦਾਰ ਦੇ ਅੱਗੇ ਖੜਾ ਹੈ, ਹੇ ਖਾਲਸਾ ਤੁਮ ਬਖਸ਼ਣ ਯੋਗ, ਹਮ ਤਨਖਾਹੀ ਘਰ ਬਾਰੀ ਲੋਕ, ਅਸੀਂ ਤਾਂ ਤਨਖਾਹੀ ਲੋਕ ਹਾਂ, ਸਾਨੂੰ ਬਖਸ਼ ਲਓ। ਜਾ ਕੇ ਨਵਾਬੀ ਪੇਸ਼ਕਸ਼ ਕਰਨ ਦੇ ਵਾਸਤੇ ਖਾਲਸੇ ਦੇ ਸਾਹਮਣੇ ਤਜਵੀਜ਼ ਰੱਖੀ ਜਾਂਦੀ ਹੈ, ਹੱਥ ਜੋੜ ਕੇ ਖਾਲਸੇ ਦੀ ਕਚਹਿਰੀ ਦੇ ਵਿੱਚ ਖੜ੍ਹੇ ਨੇ ਸਰਦਾਰ ਸ਼ਬੇਕ ਸਿੰਘ। ਇੱਕ ਬੈਠੇ ਬੈਠੇ ਨੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਪੰਜ ਸਿੰਘ, ਜਿਨ੍ਹਾਂ ਦੇ ਵਿੱਚ ਸਰਦਾਰ ਹਰੀ ਸਿੰਘ ਹਜੂਰੀਆ, ਬਾਬਾ ਦੀਪ ਸਿੰਘ ਜੀ ਸ਼ਹੀਦ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਸਰਦਾਰ ਕਰਮ ਸਿੰਘ ਜੀ ਸ਼ਹੀਦ ਅਤੇ ਬਾਬਾ ਬੁੱਧ ਸਿੰਘ ਜੀ, ਜਿਨ੍ਹਾਂ ਦਾ ਬੇਟਾ ਸਰਦਾਰ ਚੜ੍ਹ ਸਿੰਘ ਸੀ, ਚੜ੍ਹ ਸਿੰਘ ਦਾ ਬੇਟਾ ਸਰਦਾਰ ਮਾਨ ਸਿੰਘ ਸੀ, ਅਤੇ ਮਾਨ ਸਿੰਘ ਦਾ ਬੇਟਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ।
ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਸਰਦਾਰ ਬੁੱਧ ਸਿੰਘ। ਇਹ ਸਿੰਘ ਪੰਜ ਪਿਆਰਿਆਂ 'ਚ ਬੈਠੇ ਨੇ, ਉਹਨਾਂ ਦੇ ਲਾਗੇ ਕੁਝ ਹੋਰ ਸਿੰਘ ਬੈਠੇ ਨੇ ਜਿਨ੍ਹਾਂ ਦੇ ਵਿੱਚ ਜੱਸਾ ਸਿੰਘ ਰਾਮਗੜੀਆ, ਸਰਦਾਰ ਥਰਾਜ ਸਿੰਘ, ਬਾਬਾ ਬੁੱਢਾ ਸਿੰਘ ਜੀ, ਹਰੀ ਸਿੰਘ ਭੰਗੀ, ਸਰਦਾਰ ਕਰਮ ਸਿੰਘ, ਸਰਦਾਰ ਦਰਬਾਰਾ ਸਿੰਘ, ਇਹ ਸਿੰਘ ਅਲੱਗ ਬੈਠੇ। ਇੱਕ 40 ਸਾਲ ਦਾ ਨੌਜਵਾਨ ਸਾਰੀ ਸੰਗਤ ਨੂੰ ਪੱਖਾ ਚੱਲਣ ਦਿਆ ਹੈ। ਇੱਕ ਫੱਟ ਹੱਥ 'ਤੇ ਲੱਗਾ ਹੈ, ਇੱਕ ਮੱਥੇ 'ਤੇ ਫੱਟ ਲੱਗਾ ਹੈ। ਅਜੇ ਤਾਜ਼ਾ ਮੈਦਾਨੇ ਜੰਗ 'ਚੋਂ ਕਿਤੇ ਲੜ ਕੇ ਆਇਆ ਹੈ, ਮੱਥੇ 'ਤੇ ਕਿਰਪਾਨ ਦਾ ਫੱਟ ਲੱਗਾ ਹੈ, ਗਰਮੀ ਦੇ ਦਿਨ ਨੇ, ਪਸੀਨੇ ਦੇ ਨਾਲ ਖੂਨ ਵਗਦਾ ਹੈ, ਨੌਜਵਾਨ ਪੂੰਝਦਾ ਹੈ, ਫਿਰ ਪੱਖਾ ਚੱਲੀ ਜਾਂਦਾ ਹੈ। ਸ਼ਬੇਕ ਸਿੰਘ ਨੇ ਆ ਕੇ ਬੇਨਤੀ ਕੀਤੀ, ਖਾਲਸਾ ਜੀਓ, ਮੈਂ ਜ਼ਕਰੀਆ ਖਾਨ ਦੇ ਵੱਲੋਂ ਤੁਹਾਡੇ ਵਾਸਤੇ ਨਵਾਬੀ ਲੈ ਕੇ ਆਇਆ। ਹੁਣ ਖਿਆਲ ਕਰਿਓ, ਸਿੱਖ ਦਾ ਆਚਰਣ, ਸਿੱਖ ਦਾ ਇਖਲਾਕ। ਦਰਬਾਰਾ ਸਿੰਘ ਉੱਠ ਕੇ ਖੜੇ ਹੋ ਗਏ। ਦਰਬਾਰਾ ਸਿੰਘ ਉੱਠ ਕੇ ਕਹਿੰਦੇ ਨੇ, ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਨਾਹੀ ਤਾਂ ਅਗਲੋ ਪਾਵਾ, ਨਵਾਬੀ ਸਵੀਕਾਰ ਕਰ ਲਈਏ, ਹਮਕੋ ਪਾਤਸ਼ਾਹੀ ਨਾਨਕ ਦਈ। ਗੁਰੂ ਨਾਨਕ ਨੇ ਪਾਤਸ਼ਾਹੀ ਦਿੱਤੀ, ਨਹੀਂ ਕਿਸੇ ਕੋ ਕਾਣ ਤੇ ਲਈ, ਕਿਸੇ ਦੀ ਖਰਾਬ ਦੇ ਵਿੱਚ ਪਾਤਸ਼ਾਹੀ ਲਈਏ। ਹਮ ਰਾਖਤ ਪਾਤਸ਼ਾਹੀ ਦਾਵਾ, ਅਸੀਂ ਤਾਂ ਪਾਤਸ਼ਾਹੀ ਦਾਵਾ ਰੱਖਦੇ ਹਾਂ। ਜੇ ਇਸ ਜਨਮ 'ਚ ਨਾ ਮਿਲੂ ਗਈ, ਸ਼ਹਾਦਤ ਤੋਂ ਬਾਅਦ ਗੁਰੂ ਦੇ ਦਰਬਾਰ ਦੇ ਵਿੱਚ ਤਾਂ ਪੱਕੀ ਹੈ ਨਾ। ਇਮ ਨਾਹੀ ਤੋ ਅਗਲੇ ਪਾਵਾ, ਜਿੱਥੇ ਕਹਿ ਸ਼ਬਦ ਦੀ ਗੱਲ ਭਾਈ ਸਾਹਿਬ ਨੇ ਗੱਲ ਕੀਤੀ ਸੀ, ਸਿੱਖ ਦਾ ਫਿਰ ਕਿਰਦਾਰ ਉੱਥੇ ਟਿਕਿਆ, ਕਹਿ ਰਾਜ ਕਰੇ ਹੈ, ਕਹਿ ਲੜ ਮਰੇ। ਹਮ ਰਾਖਤ ਪਾਤਸ਼ਾਹੀ ਦਾ। ਉਹ ਫਿਰ ਕਹਿੰਦਾ, ਖਾਲਸਾ ਜੀ ਨਵਾਬੀ ਸਵੀਕਾਰ ਕਰ ਲਓ। ਤੇ ਕੌਮ ਦੇ ਜਰਨੈਲ ਦਾ ਫਿਰ ਕਹਿੰਦਾ, ਪਾਤਸ਼ਾਹੀ ਛੱਡ ਲਵੇ ਨਵਾਬੀ, ਪਰਾਧੀਨ ਜਗ ਮਾਹੇ ਖਰਾਬੀ। ਪੰਥ ਪ੍ਰਕਾਸ਼ ਦੇ ਸ਼ਬਦਾਂ 'ਚ ਗੁਰਬਾਣੀ ਦਾ ਫੈਸਲਾ ਨਾ, ਪਰਾਧੀਨ ਸੁਪਨੇ ਸੁੱਖ ਨਾਹੀ। ਦਰਬਾਰਾ ਸਿੰਘ ਕੌਮ ਦਾ ਜਰਨੈਲ ਅੱਜ ਵਰਗੇ ਲੀਡਰਾਂ ਵਰਗਾ ਨਹੀਂ ਸੀ। ਅੱਜ ਤੇ ਕਿਤੇ ਕਿਸੇ ਨੇ ਪਿੰਡ ਦਾ ਪੰਚ ਬਣਨਾ ਹੋਵੇ ਤੇ ਹੱਥ ਜੋੜ ਕੇ ਲੀਡਰ ਨੂੰ ਕਹਿੰਦਾ, ਮੈਨੂੰ ਪੰਚੀ ਦੇ ਦਿਓ। ਕੋਈ ਕਹਿੰਦਾ ਸਰਪੰਚੀ ਦੇ ਦਿਓ, ਕੋਈ ਕਹਿੰਦਾ ਮੈਨੂੰ MLA ਬਣਾ ਦਿਓ। 3 ਥਾਵਾਂ ਦੀ ਜ਼ਗੀਰ ਮਿਲ ਰਹੀ ਹੈ, ਤੇ ਗੁਰੂ ਕਾ ਸਿੱਖ ਕਹਿ ਰਿਹਾ, ਗੁਰੂ ਨਾਨਕ ਨੇ ਪਾਤਸ਼ਾਹੀ ਦਿੱਤੀ ਸੀ, ਹਮ ਰਾਖਤ ਪਾਤਸ਼ਾਹੀ ਦਾਵਾ। ਇਹ ਕਿਸ ਤਰ੍ਹਾਂ ਹੋ ਸਕਦਾ ਸਿੱਖ ਖਰਾਬ ਦੇ ਵਿੱਚ ਨਵਾਬੀ ਲੈ ਲਵੇ? ਨਹੀਂ। ਬਾਕੀ ਸਿੰਘਾਂ ਦੇ ਵੱਲ ਬੜੇ ਹੰਝੂ ਭਰੇ ਨੇਤਰਾਂ ਦੇ ਨਾਲ ਸਰਦਾਰ ਸ਼ਬੇਕ ਸਿੰਘ ਨੇ ਤੱਕਿਆ, ਖਾਲਸਾ ਜੀ ਤੁਸੀਂ ਪ੍ਰਵਾਨ ਰੱਖ ਲਓ। ਇੱਕ ਆਵਾਜ਼ ਆਈ, ਹਮਰੇ ਗੁਰ ਹਮ ਦੀ ਪਾਤਸ਼ਾਹੀ, ਹਮ ਕੋ ਲੋੜ ਨਵਾਬੀ ਨਾਹੀਂ। ਨਵਾਬੀ ਦੀ ਲੋੜ ਹੀ ਨਹੀਂ ਹੈ ਸਾਨੂੰ, ਮੈਦਾਨੇ ਜੰਗ 'ਚ ਲੜਾਂਗੇ, ਜੂਝਾਂਗੇ, ਜੂਝਦੇ ਜੂਝਦੇ ਸ਼ਹੀਦ ਹੋ ਜਾਵਾਂਗੇ, ਨਵਾਬੀ ਦੀ ਲੋੜ ਨਹੀਂ। ਸਾਰੇ ਪਾਸੇ ਚੁੱਪ ਛਾ ਗਈ, ਸਾਰੇ ਚੁੱਪ ਨੇ ਅਕਾਲ ਤਖਤ ਸਾਹਿਬ ਦੇ ਉੱਪਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ 'ਚ ਬੈਠੇ ਗ੍ਰੰਥੀ ਸਿੰਘ ਉੱਚੀ ਉੱਚੀ ਪਾਠ ਕਰ ਰਹੇ ਨੇ, ਉਹਨਾਂ ਸਮੇਂ ਸਪੀਕਰ ਨਹੀਂ ਸੁਣ, ਸਾਰੀ ਸੰਗਤ ਚੁੱਪ ਵਰਤੀ ਹੈ। ਸ਼ਬੇਕ ਸਿੰਘ ਕਹਿ ਰਹੇ ਨੇ ਕਿ ਮੈਂ ਸਰਕਾਰੀ ਪਾਸਿਓਂ ਆਇਆ, ਨਵਾਬੀ ਕੋਈ ਪ੍ਰਵਾਨ ਕਰ ਲਵੇ। ਉਹਨਾਂ ਦੀ ਅੱਖਾਂ 'ਚ ਹੰਝੂ ਨੇ, ਅਤੇ ਕੌਮ ਦੇ ਜਰਨੈਲ ਜਿਹੜੇ ਨੇ ਉਹ ਸ਼ਬੇਕ ਸਿੰਘ ਨੂੰ ਕਹਿ ਰਹੇ ਨੇ, ਤੂੰ ਸਾਡਾ ਭਰਾ ਹੈ, ਪਰ ਅਸੀਂ ਨਵਾਬੀ ਨਹੀਂ ਲੈ ਸਕਦੇ। ਬਿਲਕੁਲ ਚੁੱਪ ਹੈ, ਸ਼ਾਂਤੀ ਵਰਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ 'ਤੇ ਬੈਠੇ ਸਿੱਖ ਦੀ ਆਵਾਜ਼ ਆਉਂਦੀ ਹੈ, ਟਹਿਲ ਮਹਿਲ ਤਾਂ ਕੋ ਮਿਲੇ, ਜਾ ਕੋ ਸਾਧ ਕਿਰਪਾ। ਗੁਰੂ ਦਾ ਹੁਕਮ ਆ ਗਿਆ, ਹੁਣ ਨਵਾਬੀ ਲਈ ਜਾਵੇਗੀ। ਨਵਾਬੀ ਕਿਹਨੂੰ ਦਿੱਤੀ ਜਾਵੇ? ਕਿਸੇ ਕੌਮ ਦੇ ਜਥੇਦਾਰ ਨੂੰ, ਕਿਸੇ ਆਗੂ ਨੂੰ? ਨਹੀਂ, ਟਹਿਲ ਮਹਿਲ ਤਾਂ ਕੋ ਮਿਲੇ, ਜਿਹੜਾ ਟਹਿਲ ਕਰ ਰਿਹਾ ਸੀ ਉਹ ਨੌਜਵਾਨ, ਤਾਜ਼ਾ ਲੱਗਾ ਮੱਥੇ 'ਤੇ ਫੱਟ, ਅਤੇ ਹੱਥ ਦੇ ਵਿੱਚ ਪੱਖਾ ਫੜ ਕੇ ਸੰਗਤ 'ਚ ਪੱਖਾ ਝੱਲਣ ਦੀ ਸੇਵਾ ਕਰ ਰਿਹਾ ਸੀ, ਉਹ ਸੀ ਸਰਦਾਰ ਦਲੀਪ ਸਿੰਘ ਵਿਰਕ ਦਾ ਪੁੱਤਰ ਕਪੂਰ ਸਿੰਘ। ਕਪੂਰ ਸਿੰਘ, ਸਰਦਾਰ ਕਪੂਰ ਸਿੰਘ, ਨਵਾਬ ਕਪੂਰ ਸਿੰਘ। ਕਾਲੇ ਕੇ ਪਿੰਡ ਹੈ ਪਾਕਿਸਤਾਨ ਦੇ, ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ। ਉੱਥੋਂ ਦਾ ਚੌਧਰੀ ਸੀ ਦਲੀਪਾ ਵਿਰਕ। ਦਲੀਪੇ ਵਿਰਕ ਦੇ ਵਿੱਚ, ਘਰ ਦੇ ਵਿੱਚ 1687 ਨੂੰ ਇੱਕ ਪੁੱਤਰ ਨੇ ਜਨਮ ਲਿਆ, ਪੁੱਤਰ ਦਾ ਨਾਮ ਰੱਖਿਆ ਗਿਆ ਕਪੂਰਾ। ਪੁੱਤਰ 12 ਸਾਲ ਦਾ ਹੋਇਆ 1699 ਦੀ ਵਿਸਾਖੀ। ਪਿਓ ਅਤੇ ਪੁੱਤ ਦੋਵੇਂ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਦੇ ਵਾਸਤੇ, ਖੰਡੇ ਬਾਟੇ ਦੀ ਪਾਹੁਲ ਲਈ। ਅਤੇ ਪਿਓ ਦਲੀਪਾ ਚੌਧਰੀ ਜਿਹੜਾ ਸੀ
ਅੰਮ੍ਰਿਤ ਛਕ ਕੇ ਦਲੀਪ ਸਿੰਘ ਬਣਿਆ ਤੇ ਪੁੱਤਰ ਜਿਹੜਾ ਕਪੂਰਾ ਸੀ ਉਹ ਕਪੂਰ ਸਿੰਘ ਬਣਿਆ। ਪਿੰਡ ਵਾਪਸ ਆਏ, ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਇਹ ਇੱਕ ਹੋਰ ਪਿੰਡ ਦੇ ਵਿੱਚ ਰਹੇ, ਉਸ ਪਿੰਡ ਦਾ ਨਾਂ ਸੀ ਫੈਜ਼ਲਪੁਰਾ। ਤੁਸੀਂ ਅਕਸਰ ਇਤਿਹਾਸਕ ਸਰੋਤਾਂ 'ਚ ਪੜ੍ਹੋਗੇ ਕਿ ਨਵਾਬ ਕਪੂਰ ਸਿੰਘ ਦੇ ਨਾਲ ਪਹਿਲਾਂ ਸ਼ਬਦ ਆਉਂਦਾ ਰਿਹਾ ਕਪੂਰ ਸਿੰਘ ਫੈਜ਼ਲਪੁਰੀਆ। ਜ਼ਕਰੀਆ ਖਾਨ ਦੀ ਇੱਕ ਵੱਡੀ ਭੈਣ ਸੀ ਹਲੀਮਾ। ਹਲੀਮਾ ਇੱਕ ਮੁਸਲਮਾਨ ਪਠਾਣ ਦੇ ਨਾਲ ਵਿਆਹੀ ਹੋਈ ਸੀ ਫੈਜ਼ੁੱਲਾ ਖਾਨ ਦੇ ਨਾਲ। ਫੈਜ਼ੁੱਲਾ ਖਾਨ ਨੇ ਇੱਕ ਪਿੰਡ ਵਸਾਇਆ ਸੀ ਫੈਜ਼ਲਪੁਰਾ। ਜਦੋਂ ਜ਼ਕਰੀਆ ਖਾਨ ਨੇ ਜਨਤਕ ਤੌਰ 'ਤੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਦਿੱਤਾ ਤਾਂ ਉਸਨੇ ਆਪਣੇ ਭਣਵੱਈਏ ਨੂੰ ਸੁਨੇਹਾ ਭੇਜਿਆ ਆਪਣੇ ਜੀਜੇ ਨੂੰ, ਮੈਂ ਤਾਂ ਆਪਣੇ ਇਲਾਕੇ ਦੇ ਵਿੱਚ ਸਿੱਖਾਂ ਦਾ ਖੁਰਾ ਖੋਜ ਮਿਟਾ ਦਿੱਤਾ ਹੈ, ਤੂੰ ਵੀ ਆਪਣੇ ਇਲਾਕੇ 'ਚੋਂ ਸਿੱਖਾਂ ਦਾ ਖੁਰਾ ਖੋਜ ਮਿਟਾ। ਉਸ ਇੱਕ ਪਿੰਡ ਦੇ ਵਿੱਚ 1500 ਸਿੱਖ ਜਿਹੜਾ ਸੀ ਸ਼ਹੀਦ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਸਰਦਾਰ ਕਪੂਰ ਸਿੰਘ ਦਾ ਖਾਨਦਾਨ ਸੀ। ਸਰਦਾਰ ਕਪੂਰ ਸਿੰਘ ਬਚ ਕੇ ਹਰਿਮੰਦਰ ਸਾਹਿਬ ਆ ਗਏ। ਸਰਦਾਰ ਸ਼ਾਮ ਸਿੰਘ ਅਤੇ ਭਾਈ ਮਨੀ ਸਿੰਘ ਦੀ ਸੰਗਤ ਕੀਤੀ। 41 ਸਾਲ ਦੀ ਉਮਰ ਦੇ ਵਿੱਚ ਹੁਣ 1633 ਨੂੰ ਉਹਨਾਂ ਨੂੰ ਨਵਾਬੀ ਦੀ ਬਖਸ਼ਿਸ਼ ਕੀਤੀ ਜਾ ਰਹੀ ਹੈ। ਕੌਮ ਨੇ ਫੈਸਲਾ ਲੈ ਲਿਆ, ਟਹਿਲ ਮਹਿਲ ਤਾਂ ਕੋ ਮਿਲੇ ਜਾ ਕੋ ਸਾਧ ਕਰਪਾਲ। ਇਸ ਪੱਖਾ ਝੱਲ ਰਹੇ ਨੌਜਵਾਨ ਨੂੰ ਜਿਹੜਾ ਮੈਦਾਨੇ ਜੰਗ ਦੇ ਵਿੱਚ ਕਈ ਵਾਰੀ ਬਹਾਦਰੀ ਦੇ ਕਰਤੱਵ ਵੀ ਵਿਖਾ ਚੁੱਕਾ ਸੀ, ਨਵਾਬੀ ਇਸ ਨੂੰ ਦੇਣੀ ਹੈ। ਹੱਥ ਜੋੜ ਕੇ ਖਲੋ ਗਿਆ, ਨਵਾਬੀ ਨਹੀਂ ਲੈਣੀ। ਹੁਣ ਕਹਿ ਰਹੇ ਨੇ ਕਿ ਨਹੀਂ, ਇਹ ਪੰਜ ਸਿੰਘਾਂ ਦਾ ਹੁਕਮ ਹੈ। ਪੰਜਾਂ ਸਿੰਘਾਂ ਦੇ ਵਿੱਚ ਬੈਠੇ ਨੇ ਬਾਬਾ ਦੀਪ ਸਿੰਘ ਸ਼ਹੀਦ, ਜੱਸਾ ਸਿੰਘ ਜੀ ਰਾਮਗੜੀਆ, ਸਰਦਾਰ ਕਰਮ ਸਿੰਘ ਸ਼ਹੀਦ, ਹਰੀ ਸਿੰਘ ਹਜੂਰੀਆ ਅਤੇ ਭਾਈ ਬੁੱਧ ਸਿੰਘ। ਪੰਜ ਸਿੰਘ ਬੈਠੇ ਨੇ। ਨਵਾਬ ਕਪੂਰ ਸਿੰਘ ਨੇ ਹੱਥ ਜੋੜ ਕੇ ਕਿਹਾ, ਖਾਲਸਾ ਜੀ, ਜੇਕਰ ਤੁਸੀਂ ਮੇਰੇ ਦਿਲ ਦੀ ਪੁੱਛੋ ਤਾਂ ਮੈਂ ਨਵਾਬੀ ਨਹੀਂ ਚਾਹੁੰਦਾ, ਪਰ ਜੇ ਇਹ ਪੰਥ ਦਾ ਹੁਕਮ ਹੈ ਤੇ ਚਾਰ ਸ਼ਤਕਾਂ ਦੇ ਸਦਕਾ ਇਹ ਮੈਨੂੰ ਖਿੜੇ ਮੱਥੇ ਪਰਵਾਣਾ। ਮੇਰੀਆਂ ਚਾਰ ਸ਼ਰਤਾਂ ਨੇ। ਉਹ ਜਿਹੜੀਆਂ ਚਾਰ ਸ਼ਰਤਾਂ ਨੇ, ਇੱਕ ਸ਼ਰਤ ਦਾ ਸੰਬੰਧ ਉਸਦੇ ਨਿੱਜ ਦੇ ਨਾਲ ਹੈ, ਇੱਕ ਸ਼ਰਤ ਦਾ ਸੰਬੰਧ ਉਸਦੇ ਦੁਸ਼ਮਣ ਦੇ ਨਾਲ ਹੈ, ਇੱਕ ਸੰਬੰਧ ਸ਼ਰਤ ਦਾ ਸੰਬੰਧ ਉਸਦੇ ਗੁਰੂ ਦੇ ਨਾਲ ਹੈ, ਇੱਕ ਸ਼ਰਤ ਦਾ ਸੰਬੰਧ ਉਸਦੇ ਪੰਥ ਦੇ ਨਾਲ ਹੈ। ਗੱਲਾਂ ਛੋਟੀਆਂ ਨਹੀਂ ਹੈ। ਨਵਾਬ ਕਪੂਰ ਸਿੰਘ ਦੀ ਰੌਸ਼ਨ ਦਿਮਾਗੀ ਵੇਖਿਓ, ਚਾਰ ਸ਼ਰਤਾਂ ਰੱਖ ਦਿੱਤੀਆਂ ਨੇ। ਪਹਿਲੀ ਸ਼ਰਤ ਕਿ ਤੁਸੀਂ ਆਪਣੇ ਨਵਾਬ ਜ਼ਕਰੀਆ ਖਾਨ ਨੂੰ ਕਹਿ ਦਿਓ ਕਿ ਹਰਿਮੰਦਰ ਸਾਹਿਬ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ ਸਾਰੇ ਗੁਰਧਾਮਾਂ 'ਤੇ ਦਰਸ਼ਨ ਕਰਨ ਅਤੇ ਇਕੱਠ ਕਰਨ ਦੀ ਖੁੱਲ੍ਹ ਸਿੰਘਾਂ ਨੂੰ ਹੋਣੀ ਚਾਹੀਦੀ ਹੈ। ਇਹ ਸੀ ਪੰਥ ਦੀ ਮੰਗ। ਦੂਸਰੀ ਗੱਲ, ਜਿੰਨੀ ਵੀ ਜ਼ਗੀਰ ਦੀ ਆਮਦਨ ਹੋਵੇਗੀ ਸਾਰੀ ਗੁਰੂ ਦੀ ਗੋਲਕ ਦੇ ਵਿੱਚ ਜਾਵੇਗੀ, ਇਹ ਨਾ ਮੇਰੀ ਨਾ ਕਿਸੇ ਜਥੇ ਦੀ ਨਿੱਜੀ ਜ਼ਗੀਰ ਹੋਵੇਗੀ। ਗੁਰੂ ਦੀ ਮੰਗ। ਤੀਸਰੀ, ਜਿਹੜੀ ਮੈਨੂੰ ਨਵਾਬੀ ਦਿੱਤੀ ਜਾਵੇਗੀ ਇਹ ਉਦੋਂ ਦਿੱਤੀ ਜਾਵੇਗੀ ਮੈਨੂੰ ਨਵਾਬੀ ਦੇਣ ਤੋਂ ਪਹਿਲਾਂ ਇਹ ਜਿਹੜੇ ਪੰਜ ਸਿੰਘ ਬੈਠੇ ਨੇ ਇਹਨਾਂ ਦੇ ਚਰਨਾਂ ਨੂੰ ਛੁਹਾਈ ਜਾਵੇਗੀ। ਪੰਥ ਦੀ ਮੰਗ। ਅਤੇ ਮੈਨੂੰ ਨਵਾਬੀ ਮਿਲਣ ਤੋਂ ਬਾਅਦ ਜਿਹੜੀ ਮੈਂ ਘੋੜਿਆਂ ਦੇ ਤਬੇਲੇ ਦੇ ਵਿੱਚ ਲਿੱਧ ਚੁੱਕਣ ਦੀ ਸੇਵਾ ਕਰਦਾ ਅਤੇ ਸੰਗਤ ਦੇ ਵਿੱਚ ਪੱਖੇ ਦੀ ਸੇਵਾ ਕਰਦਾ ਇਹ ਵਾਪਸ ਨਹੀਂ ਲਈ ਜਾਵੇਗੀ। ਸਿੱਖ ਦੀ ਮੰਗ ਵੇਖੀ, ਨਿੱਜੀ ਤੌਰ 'ਤੇ ਮੇਰੇ ਕੋਲ ਸੇਵਾ ਨਹੀਂ ਲਈ ਜਾਵੇਗੀ, ਜ਼ਗੀਰ ਦੀ ਜਿਹੜੀ ਆਮਦਨ ਹੈ ਗੁਰੂ ਦੀ ਗੋਲਕ 'ਚ ਆਵੇਗੀ, ਨਵਾਬੀ ਪੰਜ ਸਿੰਘਾਂ ਦੇ ਸ਼ਹਾਕ ਕੇ ਫਿਰ ਮੇਰੀ ਝੋਲੀ 'ਚ ਪਾਈ ਜਾਵੇਗੀ ਅਤੇ ਜਿਹੜੇ ਖਾਲਸਾ ਪੰਥ ਦੇ ਦਰਸ਼ਨ ਦੀਦਾਰ ਦੇ ਅਸਥਾਨ ਨੇ ਉਹ ਖੋਲ੍ਹੇ ਜਾਣਗੇ। ਚਾਰ ਮੰਗਾਂ, ਚੌਵਾਂ ਮੰਗਾਂ ਦਾ ਸੰਬੰਧ ਇੰਝ ਲੱਗਦਾ ਹੈ ਕਿ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਵਾਲਾ ਹੋਵੇ। ਕਿੰਨੀ ਰੌਸ਼ਨ ਦਿਮਾਗੀ ਉਸ ਦਿਨ ਹੈ। ਨਵਾਬੀ ਜਿਹੜੀ ਸੀ ਉਹ ਸਵੀਕਾਰ ਕੀਤੀ ਗਈ। ਇਹ 1733 ਦੀ ਗੱਲ ਹੈ। 1733 ਦੇ ਵਿੱਚ ਨਵਾਬੀ ਸਵੀਕਾਰ ਕਰਨ ਤੋਂ ਬਾਅਦ ਸਿੰਘਾਂ ਨੇ ਆਪਣੇ ਆਪ ਨੂੰ ਜਥਿਆਂ ਦੇ ਰੂਪ 'ਚ ਜਥੇਬੰਦ ਕੀਤਾ। ਸਭ ਤੋਂ ਪਹਿਲਾਂ ਦੋ ਜਥੇ ਬਣਾਏ ਗਏ, ਤਰਨਾ ਦਲ ਔਰ ਬੁੱਢਾ ਦਲ। ਖਿਆਲ ਕਰਿਓ, ਜਦੋਂ ਤਰਨਾ ਦਲ ਬਣਾਇਆ ਗਿਆ ਉਹਦੇ ਵਿੱਚ ਨੌਜਵਾਨ ਲਏ ਗਏ। ਨੌਜਵਾਨਾਂ ਦਾ ਕੰਮ ਸੀ ਗੁਰੀਲਾ ਲੜਾਈਆਂ ਲੜਨੀਆਂ, ਛਾਪੇਮਾਰੀ ਕਰਨੀ ਅਤੇ ਆਪਣੇ ਮੁਖਬਰਾਂ ਨੂੰ ਸੋਧ ਕੇ ਕੌਮ ਦੇ ਉੱਪਰ ਹੋਈਆਂ ਵਧੀਕੀਆਂ ਦਾ ਬਦਲਾ ਲੈਣਾ। ਬੁੱਢਾ ਦਲ ਦਾ ਕੰਮ ਸੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਅਤੇ ਉਹਨਾਂ ਨੌਜਵਾਨਾਂ ਦੇ ਵਾਸਤੇ ਇੱਕ ਬੇਸ ਕੈਂਪ ਦਾ ਕੰਮ ਕਰਨਾ। ਹੁਣ ਇੱਕ ਖਿਆਲ ਕਰਿਓ, ਅੱਜ ਅਸੀਂ ਵੇਹਨੇ ਨਾ ਫੈਡਰੇਸ਼ਨਾਂ ਦੇ ਪ੍ਰਧਾਨ, ਲਿਖਿਆ ਹੁੰਦਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਪੋਤਰਿਆਂ ਵਾਲੇ ਹੋ ਗਏ ਨੇ, ਪ੍ਰਧਾਨੀਆਂ ਛੱਡਣ ਨੂੰ ਜੀ ਨਹੀਂ ਕਰਦਾ। ਬੱਚੇ ਜਿਹੜੇ ਨੇ
ਉਹ ਵੀ ਸਟੂਡੈਂਟ ਕਾਲਜਾਂ 'ਚੋਂ ਪੜ੍ਹ ਪੜ੍ਹ ਕੇ ਉਹ ਵੀ ਵਿਦਿਆਰਥੀ ਪੁਣਾ ਛੱਡ ਚੁੱਕੇ ਨੇ, ਅਜੇ ਵੀ ਬਜ਼ੁਰਗ ਹੋ ਗਏ ਨੇ, ਚਿੱਟੀਆਂ ਦਾੜੀਆਂ, ਅਜੇ ਵੀ ਨਾਲ ਲਿਖਿਆ ਹੁੰਦਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ। ਪਰ ਜਦੋਂ 41 ਸਾਲ ਦਾ ਕੌਮ ਦਾ ਜਰਨੈਲ ਨਵਾਬ ਕਪੂਰ ਸਿੰਘ ਜਥੇ ਬਣਾਉਂਦਾ ਤੇ ਆਪ ਤਰਨਾ ਦਲ 'ਚ ਨਹੀਂ ਜਾਂਦਾ, ਬੁੱਢਾ ਦਲ 'ਚ ਜਾਂਦਾ, ਆਪ ਬੁੱਢਾ ਦਲ 'ਚ ਜਾਂਦੇ ਨੇ। ਤੇ ਸਾਰੀਆਂ ਇਹਨਾਂ ਦੋਹਾਂ ਹੀ ਜਥਿਆਂ ਦੀ ਜਿਹੜੀ ਲਿਖਤੀ ਤੌਰ 'ਤੇ ਜਿੰਨੀ ਵੀ ਕਾਰਜਸ਼ੀਲਤਾ ਹੈ ਉਸ ਨੂੰ ਲਿਖਣ ਦਾ ਸੰਬੰਧ ਦਿੱਤਾ ਜਾਂਦਾ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ। ਇਸ ਸਮੇਂ ਦੇ ਵਿੱਚ ਖਾਲਸਾ ਪੰਥ ਦੁਬਾਰਾ ਆਪਣੇ ਗੁਰਧਾਮਾਂ ਦੀ ਉਸਾਰੀ ਕਰਦਾ ਹੈ, ਪਿੰਡਾਂ ਦੇ ਵਿੱਚ ਅੰਮ੍ਰਿਤ ਪ੍ਰਚਾਰ ਕੀਤਾ ਜਾਂਦਾ ਹੈ, ਜਗ੍ਹਾ ਜਗ੍ਹਾ 'ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਹੈ। ਔਰ ਉਹਨਾਂ ਸਮਿਆਂ ਦੇ ਵਿੱਚ ਇਹ ਗੱਲ ਵੱਖਰੀ ਹੈ ਕਿ ਅੱਜ ਕਿਤੇ ਅਸੀਂ ਵੀ ਦੋਸ਼ੀ ਹਾਂ, ਨਿਰਮਲਿਆਂ ਨੂੰ ਆਪਣੀ ਸਿੱਖੀ ਦੇ ਦਾਇਰੇ 'ਚ ਦੂਰ ਕਰ ਦਿੱਤਾ। ਇਹ ਜਿਹੜਾ ਸਮਾਂ ਹੈ 1733 ਤੋਂ ਲੈ ਕੇ 1738 ਸੰਘ ਦਾ ਸਮਾਂ, ਇਹਨਾਂ ਸਮਿਆਂ ਦੇ ਵਿੱਚ ਨਿਰਮਲਿਆਂ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਘਨੱਈਆ ਮਿਸਲ ਦਾ ਸਰਦਾਰ ਵੀ ਨਿਰਮਲਿਆਂ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛੱਕ ਕੇ ਸਿੱਖੀ 'ਚ ਆਇਆ। ਨਿਸ਼ਾਨ ਵਾਲੀਆ ਮਿਸਲ ਦਾ ਸਰਦਾਰ ਵੀ ਨਿਰਮਲਿਆਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਰਮ ਦੇ ਦਾਇਰੇ 'ਚ ਆਇਆ। ਉਹਨਾਂ ਨੇ ਉਸ ਸਮੇਂ ਸਿੱਖੀ ਦੇ ਪ੍ਰਚਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਨਿਭਾਇਆ। ਖੈਰ, ਸਿੱਖਾਂ ਨੇ ਆਪਣੇ ਛੋਟੇ ਛੋਟੇ ਜਿਹੜੇ ਇਲਾਕੇ ਸੀ ਉਹਨਾਂ ਦੇ ਵਿੱਚ ਆਪਣਾ ਰਾਜ ਪ੍ਰਬੰਧ ਸਥਾਪਿਤ ਕੀਤਾ। ਪਰ ਸਿੱਖ ਰਾਜ ਲੈ ਕੇ ਚੈਨ ਦੇ ਨਾਲ ਨਹੀਂ ਬੈਠੇ, ਕਿਉਂਕਿ ਨਿਸ਼ਾਨਾ ਕੀ ਸੀ? ਹਮ ਰਾਖਤ ਪਾਤਸ਼ਾਹੀ ਦਾਵਾ। ਨਵਾਬੀ ਤਾਂ ਪੰਜਾਂ ਪਿਆਰਿਆਂ ਨੇ ਹੁਕਮ ਕਰ ਦਿੱਤਾ, ਸਰਦਾਰ ਕਪੂਰ ਸਿੰਘ ਨੂੰ ਨਵਾਬੀ ਪ੍ਰਵਾਨ ਕਰਨੀ ਪਈ, ਪਰ ਇਹ ਨਿਸ਼ਾਨਾ ਨਹੀਂ ਸੀ। ਸਿੱਖਾਂ ਨੇ ਬੇਸ਼ੱਕ ਪੰਜਾਬ ਦੇ ਵਿੱਚ ਉਸ ਨਵਾਬੀ ਨੂੰ ਕਾਇਮ ਕੀਤਾ, ਪਰ ਸਿੱਖਾਂ ਨੇ ਪੰਜਾਬ ਦੇ ਇਲਾਕੇ ਤੋਂ ਬਾਹਰ ਜਾ ਕੇ ਉਹਨਾਂ ਇਲਾਕਿਆਂ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਦਿੱਲੀ ਦੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ। ਅਤੇ ਦਿੱਲੀ ਦੀ ਜਿਹੜੀ ਹਕੂਮਤ ਸੀ ਉਹ ਹੁਣ ਜ਼ਕਰੀਆ ਖਾਨ ਦੇ ਪ੍ਰਤੀ ਸ਼ੱਕੀ ਹੋ ਗਈ। ਉਹਨਾਂ ਨੇ ਜ਼ਕਰੀਆ ਖਾਨ ਨੂੰ ਲਿਖਿਆ ਕਿ ਤੂੰ ਸਿੱਖਾਂ ਦੇ ਨਾਲ ਜਿਹੜੀ ਸੰਧੀ ਕੀਤੀ ਹੈ, ਰਾਜ ਦਿੱਤਾ, ਇਸ ਤੋਂ ਨਜ਼ਰ ਆ ਰਿਹਾ ਹੈ ਕਿ ਹੁਣ ਤੇਰੀ ਜਿਹੜੀ ਅੱਖ ਹੈ ਦਿੱਲੀ ਦੇ ਤਖ਼ਤ ਵੱਲ ਹੈ। ਉਸਨੇ ਕਿਹਾ ਕਿ ਸਿੱਖ ਪੰਜਾਬ ਨੂੰ ਛੱਡ ਕੇ ਹੁਣ ਦਿੱਲੀ ਦੇ ਇਲਾਕਿਆਂ ਵੱਲ ਵੱਧ ਰਹੇ ਨੇ, ਸਾਨੂੰ ਲੱਗਦਾ ਹੈ ਤੇਰੀ ਸ਼ਹਿ ਹੋਵੇਗੀ। ਉਸ ਚਿੱਠੀ ਦੇ ਵਿੱਚ ਲਿਖਿਆ ਕਿ ਤੇਰਾ ਪਿਛੋਕੜ ਤਹਿਰਾਨ ਦਾ ਹੈ, ਤੂੰ ਤਹਿਰਾਨ ਦਾ ਲੈਣ ਵਾਲਾ ਹੈ, ਇਸ ਕਰਕੇ ਹੋ ਸਕਦਾ ਹੈ ਤੂੰ ਉੱਧਰਲੇ ਕਿਸੇ ਵੱਡੇ ਅਮੀਰ ਨੂੰ ਹਿੰਦੁਸਤਾਨ ਦੇ ਉੱਪਰ ਹਮਲੇ ਕਰਨ ਦਾ ਸੱਦਾ ਦਿੰਦਾ ਹੋਵੇ, ਇਸ ਕਰਕੇ ਸਾਨੂੰ ਤੇਰੀ ਨੀਅਤ 'ਤੇ ਸ਼ੱਕ ਹੈ। ਜ਼ਕਰੀਆ ਖਾਨ ਨੇ ਜਦੋਂ ਪੰਜਾਬ ਦੀ ਨਵਾਬੀ ਆਪਣੇ ਹੱਥੋਂ ਜਾਂਦੀ ਵੇਖੀ ਤਾਂ 1735 ਦੇ ਵਿੱਚ ਸਿੱਖਾਂ ਦੀ ਉਸ ਜ਼ਗੀਰ ਨੂੰ ਫਿਰ ਜ਼ਬਤ ਕਰ ਲਿਆ। ਇਹ 33 ਤੋਂ ਲੈ ਕੇ 35 ਦੇ ਅੱਧਲੇ ਸਮੇਂ ਤੱਕ ਜਿਹੜੀ ਨਵਾਬੀ ਸੀ ਕੋਲ ਰਹੀ, ਪਰ ਨਵਾਬੀ ਨਾ ਸਿੱਖਾਂ ਦੇ ਨਾਲ ਸਰਦਾਰ ਕਪੂਰ ਸਿੰਘ ਦੇ ਨਾਲ ਜੁੜਿਆ ਰਿਹਾ। ਹੁਣ ਸਿੱਖਾਂ ਨੂੰ ਫਿਰ ਜਗ੍ਹਾ ਜਗ੍ਹਾ ਦੇ ਉੱਪਰ ਕਤਲੇਆਮ ਹੋਣੇ ਸ਼ੁਰੂ ਹੋ ਗਏ। ਇਹਨਾਂ ਕਤਲੇਆਮਾਂ ਦੇ ਦੌਰਾਨ ਜਿਹੜੇ ਸਾਡੇ ਇਤਿਹਾਸਕ ਸਰੋਤ ਦੱਸਦੇ ਨੇ, 18 ਤਰ੍ਹਾਂ ਦੇ ਤਸੀਹੇ ਸੀ ਜਿਹੜੇ ਸਿੱਖਾਂ ਨੂੰ ਦਿੱਤੇ। ਵੈਸੇ ਤਕਰੀਬਨ ਕਿਸੇ ਨੂੰ ਮਕਤਲ ਦੇ ਵਿੱਚ ਕਤਲ ਕਰਨ ਦੇ ਵਾਸਤੇ ਇੰਨੇ ਕੀ ਤਸੀਹੇ ਨੇ, ਉਹਦੇ ਜਿਸਮ ਦੇ ਵਿੱਚ ਕਿੱਲ ਠੋਕ ਦੇਣੇ, ਉਹਨਾਂ ਨੂੰ ਫਾਂਸੀ ਦੇ ਦੇਣੀ, ਹਾਥੀ ਦੇ ਪੈਰ ਥੱਲੇ ਲਿਤਾੜ ਦੇਣਾ, ਘੋੜਿਆਂ ਦੇ ਪਿੱਛੇ ਘਸੀਟ ਘਸੀਟ ਕੇ ਮਾਰ ਦੇਣਾ, ਉਹਨਾਂ ਨੂੰ ਜ਼ਮੀਨ 'ਚ ਗੱਢ ਕੇ ਉੱਪਰ ਖੂਨ ਪਾ ਕੇ ਜੰਗਲੀ ਕੁੱਤੇ ਛੱਡ ਦੇਣੇ ਜਿਹੜੇ ਉਹਨਾਂ ਨੂੰ ਨੋਚ ਨੋਚ ਕੇ ਖਾਂਦੇ, ਉਹਨਾਂ ਦੇ ਪੇਟ ਚਾਕ ਕਰ ਦੇਣੇ, ਬੰਦ ਬੰਦ ਕੱਟ ਦੇਣਾ, ਸਿਰ ਤੋਂ ਖੋਪਰ ਉਤਾਰ ਦੇਣੇ, ਖੱਲਾਂ ਲੁਹਾ ਦੇਣੀਆਂ। ਇਸ ਤੋਂ ਇਲਾਵਾ ਜਿੰਨੇ 18 ਤਰ੍ਹਾਂ ਦੇ ਤਸੀਹੇ ਸੀ, ਇਹ 18ਵੀਂ ਸਦੀ ਦੇ ਵਿੱਚ ਸਿੱਖਾਂ ਦੇ ਉੱਪਰ ਵਰਤੇ। ਔਰ ਖਿਆਲ ਰੱਖਿਓ, ਇਸ ਬਿਪਤਾ ਭਰੇ ਸਮੇਂ ਦੇ ਵਿੱਚ ਖਾਲਸਾ ਫਿਰ ਵੀ ਚੜ੍ਹਦੀ ਕਲਾ 'ਚ ਰਿਹਾ। ਇੰਨੀ ਚੜ੍ਹਦੀ ਕਲਾ ਕਿ ਉਸ ਵੇਲੇ ਦੀਆਂ ਜਿਹੜੀਆਂ ਲੋਕ ਬੋਲੀਆਂ ਸੀ, ਜਿਹੜੇ ਉਸ ਸਮੇਂ ਦੇ ਲੋਕ ਗੀਤ ਸੀ, ਜਿਹੜੇ ਬੀਬੀਆਂ ਚਰਖੇ ਕੱਤਦੀਆਂ ਤ੍ਰਿੰਝਣਾਂ 'ਚ ਬਹਿ ਕੇ ਗਾਇਆ ਕਰਦੀਆਂ ਸੀ, ਉਹ ਵੀ ਸਿੱਖਾਂ ਦੇ ਇਖਲਾਕ ਦੀ ਕਦਰ ਕਰਦੀਆਂ ਨੇ। ਆਏ ਨੇ ਨਿਹੰਗ ਬੂਹਾ ਖੋਲਦੇ ਨਿਸ਼ਾਨ, ਇਹ ਸਿੱਖ ਦਾ ਕ੍ਰਿਕਟ। ਇਹ ਗੱਲ ਵੱਖਰੀ ਹੈ, ਅੱਜ ਸਾਨੂੰ ਵਾਚਣਾ ਪਵੇਗਾ ਕਿ ਅੱਜ ਸੱਭਿਆਚਾਰ ਦੇ ਨਾਮ ਦੇ ਉੱਪਰ ਜਿਵੇਂ ਦੇ ਗੀਤ ਬੋਲੇ ਜਾ ਰਹੇ ਨੇ ਨਾ, ਸਾਡਾ ਦਸਤਾਰਾਂ ਵਾਲਿਆਂ ਦਾ ਸਿਰ ਵੀ ਸ਼ਰਮ ਨਾਲ ਚੁੱਕ ਜਾਂਦਾ ਹੈ। ਜਦੋਂ ਕਿਹਾ ਜਾਂਦਾ ਹੈ ਰਹੀਂ ਬਚ ਕੇ ਨਹੀਂ ਰੰਗਲੇ ਦੁਪੱਟੇ ਵਾਲੀਏ, ਆ ਗਏ ਪੱਗਾਂ ਪੋਚਵੀਆਂ ਵਾਲੀ, ਬੜੀ ਸ਼ਰਮ ਦੀ ਗੱਲ। ਕਦੀ ਉਹ ਜ਼ਮਾਨਾ ਸੀ ਕਿ ਗੈਰ ਸਿੱਖ ਵੀ ਕਹਿੰਦੇ ਸੀ ਕਿ ਆਏ ਨੇ ਨਿਹੰਗ ਬੂਹੇ ਖੋਲ ਦੋ ਨਿਹੰਗ ਨਿਸ਼ੰਗ, ਕੋਈ ਡਰ ਨਹੀਂ, ਸਿੱਖ ਆਏ ਨੇ ਰਾਤ ਨੂੰ ਘਰ ਦੇ ਵਿੱਚ,
ਇਹਨਾਂ ਤੋਂ ਤੁਹਾਡੇ ਘਰ ਦੀ ਇੱਜ਼ਤ ਨੂੰ, ਅਜ਼ਮਤ ਨੂੰ, ਆਬਰੂ ਨੂੰ ਕੋਈ ਖਤਰਾ ਨਹੀਂ। ਇਹ ਤੁਹਾਡੀਆਂ ਧੀਆਂ ਨੂੰ ਆਪਣੀਆਂ ਧੀਆਂ ਸਮਝਣ ਵਾਲੇ ਲੋਕ ਨੇ। ਇੰਨਾ ਉੱਚਾ ਕਿਰਦਾਰ ਸੀ ਸਿੱਖੀ ਦਾ। ਤੇ ਕੀ ਉਹਨਾਂ ਸਿੱਖਾਂ ਦੇ ਪਰਿਵਾਰ ਨਹੀਂ ਸੀ ਜਿਹੜੇ ਜੰਗਲਾਂ 'ਚ ਦਿਨ ਕੱਟੀ ਕਰ ਰਹੇ ਸੀ? ਪਰ ਉਹਨਾਂ ਦੇ ਕੋਲ ਕੀ ਸੀ? ਉਹਨਾਂ ਦੇ ਕੋਲ ਸੀ ਗੁਰੂ ਦਾ ਵਿਸ਼ਵਾਸ, ਉਹਨਾਂ ਦੇ ਕੋਲ ਸੀ ਗੁਰੂ ਵੱਲੋਂ ਬਖਸ਼ੀ ਹੋਈ ਚੜ੍ਹਦੀ ਕਲਾ ਦੀ ਭਾਵਨਾ, ਉਹਨਾਂ ਦੇ ਕੋਲ ਸੀ ਗੁਰੂ ਦੇ ਵੱਲੋਂ ਬਖਸ਼ਿਆ ਹੋਇਆ ਉੱਚਾ ਆਚਰਣ, ਉਹਨਾਂ ਦੇ ਕੋਲ ਸੀ ਖਾਲਸਾ ਪੰਥ ਦੇ ਵਿੱਚ ਆਪਸੀ ਭਰਾਤਰੀ ਭਾਈਚਾਰੇ ਦਾ ਪਿਆਰ। ਜਿਸ ਤਰ੍ਹਾਂ ਲਤੀਫ ਲਿਖਦਾ ਹੈ ਨਾ ਕਿ ਸਿੰਘ ਸਾਹਮਣੇ ਸ਼ਹੀਦ ਹੋਇਆ ਪਿਆ ਹੋਵੇ ਤੇ ਸਿੰਘ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਸੀ ਆਉਂਦੇ, ਪਰ ਸਿੱਖ ਦੇ ਸਾਹਮਣੇ ਕੋਈ ਨਿਰਦੋਸ਼ ਮਰਿਆ ਪਿਆ ਹੋਵੇ ਤੇ ਸਿੱਖ ਦੀਆਂ ਅੱਖਾਂ ਹੰਝੂਆਂ ਦੇ ਨਾਲ ਸਰਸ਼ਾਰ ਹੋ ਜਾਂਦੀਆਂ ਸੀ। ਇਹ ਸੀ ਸਿੱਖ ਦਾ ਮਨੁੱਖਤਾ ਦੇ ਨਾਲ ਪਿਆਰ। ਤੇ ਕੀ ਉਹਦੇ ਪਰਿਵਾਰਾਂ ਦੇ ਵਿੱਚ ਪਿਆਰ ਨਹੀਂ ਸੀ? ਜਿਹੜੇ ਤ੍ਰਿੰਝਣਾਂ 'ਚ ਗਾਏ ਜਾਂਦੇ ਉਦੋਂ ਦੇ ਗੀਤ ਨੇ ਨਾ, ਉਹ ਕਿਤੇ ਪੜ੍ਹੀਏ ਹੈਰਾਨ ਹੋ ਜਾਈਦਾ। ਤ੍ਰਿੰਝਣਾਂ ਦੇ ਵਿੱਚ ਬੀਬੀਆਂ ਇੱਕ ਦੂਜੀ ਨੂੰ ਪੁੱਛਦੀਆਂ ਨੇ, ਤੇਰਾ ਪਤੀ ਤੈਨੂੰ ਮਿਲਣ ਨਹੀਂ ਆਇਆ? ਤੇ ਉਹਦਾ ਜਵਾਬ ਹੈ, ਆਇਆ ਸੀ ਰਾਤੀ ਸੌਂ ਗਿਆ ਸਬਾਤੀ, ਆਇਆ ਸੀ ਹਨੇਰੇ ਉੱਠ ਚੱਲਿਆ ਸਵੇਰੇ, ਮੈਂ ਪਿੱਛਾ ਸਿੰਘ ਜੀ ਕੀ ਔਗਣ ਨੇ ਮੇਰੇ, ਮੈਨੂੰ ਤਾਂ ਮਿਲਿਆ ਹੀ ਨਹੀਂ। ਰਾਤ ਆਇਆ ਸੀ ਮੈਦਾਨੇ ਜੰਗ ਦੇ ਵਿੱਚੋਂ ਥੱਕਿਆ ਟੁੱਟਿਆ ਤੇ ਦੁਸ਼ਮਣ ਦੀ ਸੂਹ ਲੈਣ ਦੇ ਵਾਸਤੇ ਕੋਠੇ ਚੜ੍ਹ ਕੇ ਸੌਂ ਗਿਆ। ਹਨੇਰੇ ਆਇਆ ਸੀ ਸਵੇਰੇ ਤੁਰ ਗਿਆ, ਉਹਨੇ ਤੇ ਬੱਚਿਆਂ ਦੇ ਮੂੰਹ ਵੀ ਨਹੀਂ ਚੁੰਮੇ, ਉਹਨੇ ਮੈਨੂੰ ਕਿੱਥੇ ਮਿਲਣਾ ਸੀ? ਇੰਨਾ ਉੱਚਾ ਇਖਲਾਕ, ਇੰਨਾ ਉੱਚਾ ਕਰੈਕਟਰ, ਤੇ ਫਿਰ ਵੀ ਜੰਗਲਾਂ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ ਜਾ ਰਹੀ ਹੈ। 1736 ਦੀ ਜਿਹੜੀ ਦੀਵਾਲੀ ਹੈ ਉਹ ਸਿੱਖਾਂ ਨੇ ਫਿਰ ਅੰਮ੍ਰਿਤਸਰ ਮਨਾਉਣ ਦਾ ਫੈਸਲਾ ਕੀਤਾ। ਇਹ ਸਾਰੇ ਜਥੇ ਜਿਹੜੇ ਨੇ ਜਦੋਂ ਪੰਜਾਬ ਦੇ ਵਿੱਚ ਜ਼ਕਰੀਆ ਖਾਨ ਨੇ ਸਖਤੀ ਕਰ ਦਿੱਤੀ, ਸ਼ੀਨਿਆਂ ਦਾ ਕਰਮਾ ਰੰਧਾਵਾ ਹੰਧਾਲੀਏ ਜੰਡਿਆਲੀਏ ਲਖਪਤ ਰਾਏ ਜਸਪਤ ਰਾਏ ਸਾਹਿਬ ਰਾਏ ਇਹ ਸਾਰੇ ਜਦੋਂ ਸ਼ਿਕਾਰੀ ਬਣ ਕੇ ਸਿੱਖਾਂ ਦਾ ਜਗ੍ਹਾ ਜਗ੍ਹਾ ਦੇ ਉੱਪਰ ਸ਼ਿਕਾਰ ਕਰ ਰਹੇ ਨੇ, ਸਿੱਖ ਮਾਲਵੇ ਵੱਲੋਂ ਨਿਕਲ ਗਏ। ਉੱਥੇ ਮਾਲਵੇ ਜਾ ਕੇ ਸਰਦਾਰ ਨਵਾਬ ਕਪੂਰ ਸਿੰਘ ਦੇ ਹੱਥੋਂ ਬਾਬੇ ਆਲੇ ਨੇ ਅੰਮ੍ਰਿਤ ਛਕਿਆ, ਜਿਹੜੇ ਬਾਬਾ ਆਲਾ ਸਿੰਘ ਬਣੇ ਪਟਿਆਲੇ ਦੇ ਮਹਾਰਾਜੇ ਖਾਨਦਾਨ ਦੇ ਵਿੱਚੋਂ। ਸਿੱਖ ਫਿਰ ਉੱਥੋਂ ਵਾਪਸ ਆਏ ਅੰਮ੍ਰਿਤਸਰ ਦੀਵਾਲੀ ਮਨਾਉਣ ਦੇ ਵਾਸਤੇ। 1736 ਦੀ ਦੀਵਾਲੀ ਸਿੱਖਾਂ ਨੇ ਅੰਮ੍ਰਿਤਸਰ ਮਨਾਈ, ਪਰ ਉਸ ਦੀਵਾਲੀ ਨੂੰ ਮਨਾਉਣ ਦੇ ਵਾਸਤੇ ਵੀ ਸਿੰਘਾਂ ਦਾ ਕਈ ਗਸ਼ਤੀ ਫੌਜਾਂ ਦੇ ਨਾਲ ਟਾਕਰਾ ਹੋਇਆ, ਕਈ ਜਗ੍ਹਾ 'ਤੇ ਮੁਕਾਬਲਾ ਹੋਇਆ, ਕਈ ਸਿੰਘ ਸ਼ਹੀਦ ਹੋਏ। ਇੱਕ ਸਾਲ ਫਿਰ ਸਿੰਘਾਂ ਦਾ ਇਸੇ ਤਰ੍ਹਾਂ ਜੰਗਲਾਂ 'ਚ ਲੰਘਿਆ, ਇਸੇ ਤਰ੍ਹਾਂ ਆਪਣੀ ਜ਼ਿੰਦਗੀ ਬਸਰ ਕਰਦੇ ਰਹੇ, ਖੰਨੇ ਖੰਨੇ ਪ੍ਰਸ਼ਾਦੇ 'ਤੇ ਗੁਜ਼ਾਰਾ ਕਰਨਾ। ਜਿਹੜੇ ਉਸ ਵੇਲੇ ਦੇ ਹਾਲਾਤ ਨੇ ਉਹ ਕਹਿੰਦੇ ਨੇ ਕਿ ਟੁੱਟੜਾ ਸਾ ਟੇਗੜੂ ਪਾਟੜੂ ਮਿਆਨ ਜਾ ਕੇ ਟੂਟ ਪਾਟ ਖਾਵਣੇ ਕੋ ਡਾਢੇ ਉਸਤਾਦ ਜੀ, ਪਾਟੇ ਹੋਏ ਕਸ਼ਹਿਰੇ, ਇੱਕ ਇੱਕ ਕੰਬਲ, ਖੁੰਡੀਆਂ ਕਿਰਪਾਨਾਂ, ਟੁੱਟੇ ਮਿਆਨ, ਭੁੱਖ ਦੇ ਨਾਲ ਮਰੇ ਹੋਏ ਘੋੜੇ ਤੇ ਘੋੜਿਆਂ ਦੀਆਂ ਪਿੱਠਾਂ ਦੇ ਉੱਪਰ ਉਹਨਾਂ ਦੀ ਜ਼ਿੰਦਗੀ ਬਤੀਤ ਹੋ ਰਹੀ ਸੀ। ਲਤੀਫ ਲਿਖਦਾ ਕਿ ਸ਼ਾਇਦ ਉਹਨਾਂ ਦਿਨਾਂ ਦੇ ਵਿੱਚ ਕਿਸੇ ਸਿੱਖ ਨੂੰ ਕਿਸੇ ਨੇ ਜ਼ਮੀਨ 'ਤੇ ਪਿੱਠ ਲਾ ਕੇ ਸੁੱਤਾ ਨਹੀਂ ਵੇਖਿਆ, ਘੋੜਿਆਂ 'ਤੇ ਸੌਂ ਲੈਣਾ ਅਤੇ ਘੋੜਿਆਂ 'ਤੇ ਜ਼ਿੰਦਗੀ ਬਸਰ ਕਰ ਲੈਣਾ, ਤੇਗਾਂ ਦੀਆਂ ਨੋਕਾਂ ਦੇ ਨਾਲ ਆਪਣਾ ਇਤਿਹਾਸ ਸਿਰਜਿਆ। ਮੈਨੂੰ ਯਾਦ ਨੇ ਉਹ ਸ਼ਬਦ ਜਿਹੜੇ ਸੀਤਲ ਜੀ ਨੇ ਲਿਖੇ ਸੀ ਨਾ, ਕਹਿੰਦੇ ਸੀ ਕਿ ਆਈ ਨਵਾਬੀ ਦੀ ਪੇਸ਼ਕਸ਼ ਨੂੰ ਸਿੰਘਾਂ ਨੇ ਇੱਕ ਗੱਲ ਕਹੀ ਸੀ ਉਸਦੇ ਏਲਚੀ ਨੂੰ, ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸਨੂੰ ਰਣ ਵਿੱਚ, ਹੱਥ ਤੇਗ ਉਠਾ ਕੇ ਸ਼ਰਤਾਂ ਲਿਖਾਂਗੇ ਰੱਤ ਨਾਲ, ਗੱਲ ਬੰਨੇ ਲਾ ਕੇ ਰਾਜ ਕਰਾਂਗੇ ਆਪਣਾ ਖੈਬਰ ਕੋਲ ਜਾ ਕੇ, ਸ਼ਾਹ ਨਜਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਅਸੀਂ ਉਹ ਸ਼ੇਰ ਸੀ, ਅਸੀਂ ਉਸ ਮਰਦੇ ਕਾਮਲ ਗੁਰੂ ਨਾਨਕ ਸਾਹਿਬ ਦੇ ਸਿੱਖ ਸੀ ਜਿਹੜੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਰਹੇ। ਇੱਕ ਸਾਲ ਦਾ ਸਮਾਂ ਫਿਰ ਬਤੀਤ ਹੋਇਆ ਅਤੇ ਹੁਣ ਭਾਈ ਮਨੀ ਸਿੰਘ 1737 ਨੂੰ ਭਾਈ ਮਨੀ ਸਿੰਘ ਨੇ ਜ਼ਕਰੀਆ ਖਾਨ ਨੂੰ ਸੁਨੇਹਾ ਭੇਜਿਆ ਹੈ ਕਿ ਅਸੀਂ ਦੀਵਾਲੀ ਦੇ ਉੱਪਰ ਇਕੱਠੇ ਹੋਣਾ ਚਾਹੁੰਦੇ ਹਾਂ, ਸਰਬੱਤ ਖਾਲਸਾ ਸਦਣਾ ਚਾਹੁੰਦੇ ਹਾਂ, ਅਗਲੀ ਰਣਨੀਤੀ ਤਿਆਰ ਕਰਨਾ ਚਾਹੁੰਦੇ ਹਾਂ। ਉਹਦੇ ਵਾਸਤੇ ਤਾਂ ਸਿਰਫ ਦੀਵਾਲੀ ਦੀ ਇਜਾਜ਼ਤ ਲਈ ਗਈ ਸੀ, ਪਰ ਭਾਈ ਮਨੀ ਸਿੰਘ ਦੇ ਮਨ ਦੀ ਮੰਸ਼ਾ ਸੀ ਕਿ ਖਾਲਸੇ ਦੇ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇ। ਇਜਾਜ਼ਤ ਦੇ ਦਿੱਤੀ, ਪਰ ਅੰਦਰੋਂ ਉਸਨੇ ਇੱਕ ਸ਼ਰਾਰਤ ਭਰੀ ਆਪਣੇ ਮਨ ਦੇ ਵਿੱਚ ਤਜਵੀਜ਼ ਬਣਾ ਰੱਖੀ ਸੀ। ਇੱਕ ਪਾਸੇ ਉਸਨੇ ਮਨੀ ਸਿੰਘ ਹੁਣਾਂ ਨੂੰ ਇਜਾਜ਼ਤ ਦੇ ਦਿੱਤੀ ਅਤੇ ਕਹਿ ਦਿੱਤਾ ਕਿ ਤੁਸੀਂ 10,000 ਮੋਹਰਾਂ
उस दे नजराने वजो मैनू भेट कर देवो उसते इवज दे विच मैं तुहानू हरिमंदर साहब सरबत खालसा सदन की इजाजत देवां। 5000 मोहरां पेशगी लै लईआं ते उह 5000 मोहरां उसने लखपत राय नूं कहा जाके कि मनी सिंह ने सिखां दा इकट्ठ सदना है, सारे सरदार आए होणगे। ख्याल करियो जे किते उह भाणा वापर जांदा जिन्हां दे विच सरदार मनी सिंह, सरदार जस्सा सिंह रामगढ़िया, सरदार आलूवालिया, सरदार दरबारा सिंह, हरी सिंह हजूरिया, हरी सिंह भंगी, नवाब कपूर सिंह, सरदार करम सिंह शहीद, सरदार थराज सिंह, ये सारे सिंह, बाबा बुढ़ा सिंह, इन्हां सारिआं इकट्ठे होना सी। यह गल भाई मनी सिंह तक पहुँच गई कि लखपत राय नूं बहुत वड्डी फौज तोपां रैकले ते जंबूरे दे के अमृतसर वल तोरिया जा रहा। जकरिया खान की साजिश है जदों सारे सिख सरदार ते सिख संगतां उत्थे इकट्ठियां होणगियां हमला करके सारिआं नूं खत्म कर दिता जाए। भाई मनी सिंह ने उस वेले तैयार बर तैयार सिंघां नूं गश्ती चिट्ठियां दे के सिंघां दे जथियां वल तोरिया कि जिथे जिथे सिंह ने उत्थे उत्थे रुक जाण, जकरिया खान की नीयत दे विच खोट है, इत्थे इकट्ठे ना होयो। जिन्ने क जथियां तक स्नेह पहुंचे तकरीबन सिख सरदारां दे जथे रुक गए, कुछ जिहड़े छोटे जथे सी उह पहुंच भी गए। जथे पहुंचे लखपत राय ने होर कई जरनैलां नूं लै के हमला कर दिता। परिक्रमा दे विच सिख शहीद होए, जूझ दे सिख शहीद होए, दिवाली का मेला ना लग सकिया, सरबत खालसा ना हो सकिया। हुण जकरिया खान का दूत एलची फिर सुनेहा लैके आउंदा कासिम, 5000 मोहरां रहिंदियां ने पेश कीतियां जाए। भाई मनी सिंह ने जवाब दिता, यह किवें हो सकता है, तुसी धोखा कीता, तुसी सिंघां नूं सद्दण दे वास्ते सानूं इजाजत दित्ती पर तुहाडी फौज ने सिंघां दा नुकसान कीता, इस करके पैसे नहीं दिते जाणगे। कुछ सिंघां ने पेशकश भी कीती कि भाई मनी सिंह जी असी पैसे दे दिंदे आ, तुहाडा नुकसान हो सकता। उन्हां कहा नहीं, सतगुर सिक्खी संघ निभे सीस केसन के साथ, नहीं, जान बचाउण दे वास्ते हुण नजराना नहीं देना। जेकर इसने सिखां नूं सरबत खालसा करन दी इजाजत दित्ती हुंदी नजराना जरूर दे दिंदे, इसदे पैसे जरूर भर दिंदे, पर हुण नहीं देना। भाई मनी सिंह नूं गिरफ्तार करके लाहौर लिजाया गया। भाई मनी सिंह नूं बंद बंद कट के शहीद करन दा हुक्म सुना दिता गया। हुण ख्याल करियो, भाई मनी सिंह दे नाल तीन उन्हां दे खास सिंह ने, सरदार दीवान सिंह, सरदार भूपत सिंह, सरदार गुलजारा सिंह, ते इस तो अलावा 11 सिंह होर ने जिन्हां नूं उस दिन शहीद किया गया जिस दिन भाई मनी सिंह नूं शहीद किया गया। सब तो पहला दीवान सिंह हुणां नूं चखड़ी ते चाड़ के शहीद किया गया, सरदार भूपत सिंह नूं आरे दे नाल चीरिया गया, सरदार गुलजार सिंह नूं एक रस्सी दे नाल पुट्ठा टंग दिता गया ते उहदे गिट्टियां दे दुआले गोल चीरा ला के उहदे मास नूं खिंचिया गया, जिहनूं आपां इतिहास पढ़दे हुंदे सी पुट्ठियां खन्नां लहाउणियां, सरदार गुलजारा सिंह दी लाई गई। जिसम दे उपर सारी खल जिहड़ी सी, जिस तरां कद्दू नूं छिल्लिया जांदा है, करेले नूं छिल्लिया जांदा है, जिसम दे उपर चमड़ी नूं ला दित्ता गया। पर साडे स्रोतां दे विच उस फिजा दे विच अकाल 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 दे नारे गूंजदे हुए सिंह शहीदियां प्राप्त करदे रहे। मनी सिंह जी का बंद बंद कट्टिया जा रहा है। पर ख्याल करियो, इतिहासिक स्रोत एक गल कहिंदे ने, कहिंदे ने मंसूर दी जदों बांह कट्टी ना ते मंसूर दे मुख दे विच्चों एक गल निकली सी। मंसूर ने कहा सी, या खुदा, मैनू ते पता ही नहीं सी इश्क दी नमाज़ पढ़न तो पहला खून दे नाल वज़ू करना पैंदा। पर पंथ प्रकाश दा लिखारी लिखता है, कहिंदा लोकां नूं मंसूर याद है पर कित मनी सिंह की शहादत नेख्यो मंसूर भुल जाएगा। मंसूर मंसूर इं जग कह, कग मंसूर मंसूर की गल कर रहे हैं। मंसूर मंसूर इम जग कह, जिन हथ काट्यो एक सट, जिदा एक सट के नाल हथ कटिया गया सी, ते उन्हें कहा सी खुदा खून के नाल वजू कर लगा। कहिंदा मनी सिंह अनेक सट सहयो, जिन बंद बंद काट्यो कप। कहिंदा उस मनी सिंह नूं याद रखो जिसका कला कला बंद कट्टिया गया, मंसूर दे ते एक फट वजा, दुनिया नूं उह याद है। ते मनी सिंह दी शहादत नूं वेख के मंसूर भुल जाएगा, क्योंकि मंसूर ते कह रहा है कि ए खुदा तेरी इबादत दे विच मरना पै गया,
ਤੇ ਮਨੀ ਸਿੰਘ ਕਹਿ ਰਹੇ ਨੇ ਨਹਿ ਕਿਛ ਜਨਮੇ ਨਹਿ ਕਿਛ ਮਰੇ ਆਪਨ ਚਰਿਤ ਆਪ ਹੀ ਕਰੇ। ਕਿੰਨਾ ਉੱਚਾ ਵਿਰਸਾ ਭਾਈ ਮਨੀ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਖਾਲਸੇ ਦੇ ਉੱਪਰ ਫਿਰ ਉਹੀ ਸਖਤੀਆਂ ਦਾ ਦੌਰ। 9 ਜੁਲਾਈ 1738 ਨੂੰ ਭਾਈ ਮਨੀ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ, 37 ਨੂੰ ਮਾਫ ਕਰਨਾ। ਉਸ ਤੋਂ ਬਾਅਦ ਖਾਲਸੇ ਦੇ ਉੱਪਰ ਫਿਰ ਸਖਤੀਆਂ ਦਾ ਉਹੀ ਦੌਰ। ਪਿੰਡਾਂ ਦੇ ਵਿੱਚੋਂ ਕੱਢ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ। ਸਿੰਘਣੀਆਂ ਦੇ ਉੱਪਰ ਵੀ ਬੜੇ ਝੱਖੜ ਝੁੱਲੇ। ਮਾਵਾਂ ਦੇ ਅੱਖਾਂ ਦੇ ਸਾਹਮਣੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ। ਪਰ ਸਿੱਖਾਂ ਨੇ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਉਹ ਸਮਾਂ ਜਿਹੜਾ ਸੀ ਉਹ ਕੱਢਿਆ। 1739 ਦੇ ਵਿੱਚ ਖੁਰਾਸਾਨ ਦੇ ਨੇੜੇ ਦਾ ਰਹਿਣ ਵਾਲਾ ਨਾਦਰ ਸ਼ਾਹ, ਜਿਸ ਦਾ ਜਨਮ 1699 ਦੇ ਵਿੱਚ ਹੋਇਆ ਸੀ, ਕੁਲੀ ਖਾਨ ਦਾ ਪੁੱਤਰ ਸੀ, ਹਿੰਦੁਸਤਾਨ ਦੇ ਉੱਪਰ ਹਮਲਾ ਕਰਨ ਦੇ ਵਾਸਤੇ ਆ ਗਿਆ। ਨਾਦਰ ਸ਼ਾਹ 1739 ਦੇ ਵਿੱਚ ਨਾਦਰ ਸ਼ਾਹ ਨੇ ਹਿੰਦੁਸਤਾਨ 'ਤੇ ਪਹਿਲਾ ਹਮਲਾ ਕੀਤਾ। ਜਦੋਂ ਉਹ ਪੰਜਾਬ ਪਹੁੰਚਿਆ, ਉਸ ਦੀ ਮੁਲਾਕਾਤ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਜ਼ਕਰੀਆ ਖਾਨ ਦੇ ਨਾਲ ਹੋਈ। ਜ਼ਕਰੀਆ ਖਾਨ ਨੇ ਉਸਨੂੰ ਬੇਨਤੀ ਕੀਤੀ, ਮੈਂ ਤੇਰੀ ਅਧੀਨਗੀ ਕਬੂਲ ਕਰਦਾ, ਪਰ ਤੁਹਾਨੂੰ ਮੇਰੀ ਮਦਦ ਕਰਨੀ ਪਵੇਗੀ, ਮੈਨੂੰ ਸਿੱਖਾਂ ਨੇ ਬਹੁਤ ਤੰਗ ਕੀਤਾ। ਨਾਦਰ ਸ਼ਾਹ ਅਤੇ ਜ਼ਕਰੀਆ ਖਾਨ ਦੀ ਆਪਸੀ ਸੁਲਾਹ ਹੋਈ ਅਤੇ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ 3 ਕਰੋੜ ਰੁਪਈਆ ਬਤੌਰ ਨਜ਼ਰਾਨਾ ਪੇਸ਼ ਕੀਤਾ। ਪੰਜਾਬ ਨੂੰ ਫਤਿਹ ਕਰਕੇ ਜ਼ਕਰੀਆ ਖਾਨ ਦੀ ਈਨ ਮਨਾ ਕੇ ਨਾਦਰ ਸ਼ਾਹ ਦਿੱਲੀ ਨੂੰ ਤੁਰ ਪਿਆ। 1 ਮਾਰਚ 1739 ਨੂੰ ਨਾਦਰ ਸ਼ਾਹ ਦਿੱਲੀ ਪਹੁੰਚਿਆ। ਦਿੱਲੀ ਪਹੁੰਚ ਕੇ ਉਸ ਵੇਲੇ ਦੇ ਬਾਦਸ਼ਾਹ ਨੂੰ ਫਤਿਹ ਕੀਤਾ। ਉਸ ਬਾਦਸ਼ਾਹ ਦੀ ਬੇਟੀ ਦੇ ਨਾਲ ਆਪਣੇ ਬੇਟੇ ਨਾਸਰ ਉਲ ਖਾਨ ਦਾ ਰਿਸ਼ਤਾ ਕੀਤਾ। ਜਿਸ ਦਿਨ ਉਸਦੀ ਬਾਦਸ਼ਾਹੀ ਦਾ ਖੁਤਬਾ ਪੜ੍ਹਿਆ ਜਾਣਾ ਸੀ, 10 ਮਾਰਚ 1739 ਮਸਜਿਦ ਦੇ ਵਿੱਚ ਖੁਤਬਾ ਪੜ੍ਹਿਆ ਜਾਣ ਲੱਗਾ, ਕਿਸੇ ਨੇ ਅਫਵਾਹ ਉਡਾ ਦਿੱਤੀ ਕਿ ਨਾਦਰ ਸ਼ਾਹ ਨੂੰ ਕਤਲ ਕਰ ਦਿੱਤਾ ਗਿਆ। ਦਿੱਲੀ ਦੇ ਰਾਜੇ ਦੇ ਸਿਪਾਹੀਆਂ ਨੇ ਨਾਦਰ ਸ਼ਾਹ ਦੇ ਕੁਛ ਸਿਪਾਹੀ ਕਤਲ ਕਰ ਦਿੱਤੇ। ਜਦੋਂ ਨਾਦਰ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ, ਉਸਨੇ ਕਮਰੂਦੀਨ ਨੂੰ ਸੱਦਿਆ, ਦਿੱਲੀ ਦੇ ਨਵਾਬ ਨੂੰ। ਦਿੱਲੀ ਦੇ ਨਵਾਬ ਨੂੰ ਸੱਦ ਕੇ ਉਸਨੇ ਕਿਹਾ ਕਿ ਮੇਰੀ ਮੌਤ ਦੀ ਝੂਠੀ ਖਬਰ ਕਿਉਂ ਉਡਾਈ ਹੈ? ਅਜੇ ਇਹ ਗੱਲ ਕਰ ਹੀ ਰਹੇ ਸੀ, ਇੱਕ ਦੂਰ ਤੋਂ ਤੋੜੇਦਾਰ ਬੰਦੂਕ ਦੀ ਗੋਲੀ ਚੱਲੀ, ਨਾਦਰ ਸ਼ਾਹ ਦੇ ਨੇੜਿਓਂ ਦੀ ਲੰਘ ਗਈ। ਨਾਦਰ ਸ਼ਾਹ ਨੂੰ ਬਹੁਤ ਗੁੱਸਾ ਚੜਿਆ। ਉਹਨੇ ਉਸੇ ਵੇਲੇ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਦਿੱਲੀ ਦੇ ਵਿੱਚ ਜਨਤਕ ਤੌਰ 'ਤੇ ਕਤਲੇਆਮ ਦਾ ਹੁਕਮ ਦੇ ਦਿੱਤਾ, ਜਿਹਨੂੰ ਅਸੀਂ ਇਤਿਹਾਸ ਦੇ ਵਿੱਚ ਨਾਦਰ ਸ਼ਾਹੀ ਕਤਲੇਆਮ ਕਹਿੰਦੇ। ਇੱਕ ਦਿਨ ਦੇ ਵਿੱਚ ਦਿੱਲੀ ਦੀਆਂ ਸੜਕਾਂ ਦੇ ਉੱਪਰ 1,22,000 ਲੋਕਾਂ ਨੂੰ ਕਤਲ ਕੀਤਾ। ਦਿੱਲੀ ਦੀਆਂ ਸੜਕਾਂ ਲਹੂ ਲੁਹਾਨ ਹੋ ਗਈਆਂ, ਮਿੱਚ ਦੇ ਨਾਲ, ਲਹੂ ਦੇ ਨਾਲ, ਸਿਰਾਂ ਦੇ ਨਾਲ, ਧੜਾਂ ਦੇ ਨਾਲ ਦਿੱਲੀ ਦੇ ਬਾਜ਼ਾਰ ਭਰ ਗਏ। ਜਗ੍ਹਾ ਜਗ੍ਹਾ ਦੇ ਉੱਪਰ ਗਿਰਜ਼ਾਂ ਅਤੇ ਕਾਂ ਮਨੁੱਖਾਂ ਦੀਆਂ ਲਾਸ਼ਾਂ ਦਾ ਮਾਸ ਨੋਚ ਰਹੇ ਸਨ। ਇਹੋ ਜਿਹਾ ਨਜ਼ਾਰਾ ਨਾਦਰ ਸ਼ਾਹ ਨੇ ਦਿੱਲੀ 'ਚ ਪੇਸ਼ ਕਰ ਦਿੱਤਾ। ਦਿੱਲੀ ਦੇ ਨਵਾਬ ਨਾਦਰ ਸ਼ਾਹ ਦੇ ਅੱਗੇ ਆ ਕੇ ਨਤਮਸਤਕ ਹੋਏ, 7 ਸਲਾਮਾਂ ਕੀਤੀਆਂ, ਕਤਲੇਆਮ ਬੰਦ ਕਰਨ ਦੀ ਬੇਨਤੀ ਕੀਤੀ। ਕਤਲੇਆਮ ਬੰਦ ਕਰਨ ਦੇ ਇਵਜ਼ ਵਜੋਂ ਨਾਦਰ ਸ਼ਾਹ ਨੇ ਉਹਨਾਂ ਕੋਲੋਂ 20 ਕਰੋੜ ਰੁਪਈਆ ਲਿਆ, 70 ਕਰੋੜ ਦੇ ਗਹਿਣੇ ਗੱਟੇ ਅਤੇ ਹੀਰੇ ਜਵਾਹਰਾਤ ਲਏ, 10,000 ਦੇ ਕਰੀਬ ਹਾਥੀ ਅਤੇ ਘੋੜੇ ਅਤੇ ਊਠ, ਇਸ ਤੋਂ ਇਲਾਵਾ ਕਈ ਕਾਰੀਗਰ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰਤਾਂ ਗੋਲੀਆਂ ਬਣਾਉਣ ਦੇ ਵਾਸਤੇ, ਅਤੇ 2200 ਲੜਕੀ ਕੁਆਰੀ ਨਾਦਰ ਸ਼ਾਹ ਦਿੱਲੀ ਨੂੰ ਲੈ ਕੇ ਤੁਰ ਪਿਆ। ਉੱਧਰੋਂ ਨਾਦਰ ਸ਼ਾਹ ਅਖਨੂਰ ਦੇ ਨੇੜੇ ਪਹੁੰਚਿਆ, ਇੱਧਰ ਜੰਗਲਾਂ 'ਚ ਵਸਦੇ ਖਾਲਸੇ ਨੂੰ ਪਤਾ ਲੱਗਾ ਕਿ ਨਾਦਰ ਸ਼ਾਹ ਦਿੱਲੀ ਦੀ ਲੁੱਟਮਾਰ ਕਰਕੇ ਵਾਪਸ ਗਜ਼ਨੀ ਨੂੰ ਜਾ ਰਿਹਾ, ਖੁਰਾਸਾਨ ਵੱਲ ਨੂੰ ਜਾ ਰਿਹਾ। ਖਾਲਸੇ ਨੇ ਜਥਿਆਂ ਨੂੰ ਇਕੱਠ ਕੀਤਾ, ਇਕੱਠਿਆ ਕਰਕੇ ਖਾਲਸੇ ਦੇ ਜਰਨੈਲਾਂ ਨੇ ਖਾਲਸੇ ਨੂੰ ਇੱਕ ਵੰਗਾਰ ਪਾਈ ਹੈ, ਅਸੀਂ ਮੈਦਾਨੇ ਜੰਗ ਦੇ ਵਿੱਚ ਜੂਝ ਰਹੇ ਸੀ ਆਪਣੀ ਇੱਜ਼ਤ, ਆਪਣੀ ਅਜ਼ਮਤ ਅਤੇ ਆਪਣੇ ਵਜ਼ੂਦ ਨੂੰ ਕਾਇਮ ਰੱਖਣ ਦੇ ਵਾਸਤੇ, ਅਸੀਂ ਬੜਾ ਖੂਨ ਡੋਲਿਆ ਪੰਜਾਬ ਦੀ ਧਰਤੀ ਦੇ ਉੱਪਰ ਆਪਣੇ ਸ਼ਹੀਦਾਂ ਦੀਆਂ ਉਹਨਾਂ ਆਤਮਾਵਾਂ ਨੂੰ ਸ਼ਾਂਤੀ ਦੇਣ ਦੇ ਵਾਸਤੇ ਅਤੇ ਗੁਰੂ ਪਾਤਸ਼ਾਹ ਦੀ ਸਿੱਖੀ ਨੂੰ ਜ਼ਿੰਦਾ ਰੱਖਣ ਦੇ ਵਾਸਤੇ ਬੜਾ ਖੂਨ ਡੋਲਿਆ, ਪਰ ਅੱਜ ਮਨੁੱਖਤਾ ਨੂੰ ਸਾਡੀ ਲੋੜ ਹੈ। ਅੱਜ ਇੱਕ ਬਾਹਰੋਂ ਆਇਆ ਲੁਟੇਰਾ ਹਿੰਦੁਸਤਾਨ ਦੀਆਂ ਬੱਚੀਆਂ ਨੂੰ ਬੰਦੀ ਬਣਾ ਕੇ ਲੈ ਕੇ ਜਾ ਰਿਹਾ, ਅਸੀਂ ਉਸ ਨਾਲ ਮੁਕਾਬਲਾ ਕਰਨਾ। ਬੜੇ ਥੋੜ੍ਹੇ ਸਿੰਘ ਗਿਣਤੀ ਦੇ ਵਿੱਚ ਅਖਨੂਰ ਤੋਂ ਅੱਗੇ ਗੋਇੰਦਵਾਲ ਵਾਲੇ ਪਾਸੇ ਨੂੰ ਨਾਦਰ ਸ਼ਾਹ ਜਦੋਂ ਕਾਫਲੇ ਨੂੰ ਲੈ ਕੇ ਪਹੁੰਚਿਆ, ਸਿੱਖਾਂ ਨੇ ਹਮਲਾ ਕਰ ਦਿੱਤਾ। ਮੈਦਾਨੇ ਜੰਗ ਪੱਕ ਗਿਆ, ਕਈ ਸਿੰਘ ਸ਼ਹੀਦ ਹੋਏ, ਤੇਗ 'ਤੇ ਤੇਗ ਖੜਕੀ, ਤੀਰਾਂ ਦੀ ਵਰਖਾ ਹੋ ਗਈ, ਤੋਪਾਂ ਚੱਲੀਆਂ, ਘੋੜੇ ਡਿੱਗਦੇ ਸੀ
ਹਾਥੀ ਅੰਬਾਰੀਆਂ ਸਮੇਤ ਡਿੱਗ ਰਹੇ ਸੀ। ਅਖੀਰ ਫਤਿਹ ਨੇ ਖਾਲਸੇ ਦੇ ਕਦਮ ਚੁੰਮੇ। ਉਸ ਸਮੇਂ ਕਹਿੰਦੇ ਕੋਈ ਵੀ ਸਿੱਖ ਜਰਨੈਲ ਇਹੋ ਜਿਹਾ ਨਹੀਂ ਸੀ ਜਿਹਦੇ ਜਿਸਮ ਤੇ ਕਿਰਪਾਨ ਦਾ ਫੱਟ ਨਾ ਹੋਵੇ। ਥੋੜੀ ਜਿਹੀ ਗਿਣਤੀ ਦੇ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਜਰਨੈਲ ਦਾ ਮੁਕਾਬਲਾ ਕਰਨਾ ਕਿਤੇ ਆਮ ਸਿੱਖਾਂ ਦੀ ਗੱਲ ਸੀ? ਬੜੇ ਬਹਾਦਰ ਸੀ ਉਹ ਯੋਧੇ ਜਿਹੜੇ ਹਰ ਵੇਲੇ ਆਪਣੀ ਰਚਨਾ ਦੇ ਉੱਪਰ ਇਸ ਗੱਲ ਨੂੰ ਰੱਖਦੇ ਸੀ, ਧੰਨ ਜੀਓ ਤਹਿ ਕੋ ਜਗ ਤੇ ਮੁੱਖ ਤੇ ਹਰ ਚਿੱਤ ਮੇਂ ਜੁੱਧ ਵਿਚਾਰ। ਉਹ ਸਿੰਘ ਮੈਦਾਨੇ ਜੰਗ ਦੇ ਵਿੱਚ ਲੜੇ, 2200 ਲੜਕੀ ਹਿੰਦੂਆਂ ਦੀ ਖੋਹ ਕੇ ਘਰੋਂ ਘਰ ਵਾਪਸ ਪਹੁੰਚਾਈ। ਸਾਰੀਆਂ ਲੜਕੀਆਂ ਉਹਦੇ ਕੋਲ ਵਾਪਸ ਲਈਆਂ, ਘਰੋਂ ਘਰ ਪਹੁੰਚਾਈਆਂ, ਭਾਵੇਂ ਕਿ ਕੁਛ ਲੜਕੀਆਂ ਨੂੰ ਪਰਿਵਾਰਾਂ ਨੇ ਇਹ ਕਹਿ ਕੇ ਰੱਖਣ ਤੋਂ ਵੀ ਇਨਕਾਰ ਕਰ ਦਿੱਤਾ ਪਿਓ ਨੇ ਭਰਾਵਾਂ ਨੇ ਕਿ ਨਹੀਂ ਇਹ ਹੁਣ ਪਠਾਣਾਂ ਦੀ ਸੇਜ ਤੇ ਰਹਿ ਆਈ ਹੈ, ਇਸ ਨੂੰ ਅਸੀਂ ਆਪਣੇ ਘਰ 'ਚ ਪਨਾਹ ਨਹੀਂ ਦੇਣੀ। ਪਰ ਖਾਲਸੇ ਨੇ ਫਿਰ ਵੀ ਭੈਣਾਂ ਬਣਾ ਕੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਵਾਪਸ ਭੇਜਿਆ। ਇਹ ਖਾਲਸੇ ਦਾ ਇਖਲਾਕ ਸੀ, ਇਹ ਗੁਰੂ ਪੰਥ ਦਾ ਇਖਲਾਕ ਸੀ। ਹੁਣ ਨਾਦਰ ਸ਼ਾਹ ਬੜਾ ਹੈਰਾਨ ਹੈ ਕਿ ਜਿਸ ਨਾਦਰ ਸ਼ਾਹ ਨੂੰ ਰਸਤੇ ਦੇ ਵਿੱਚ ਕੋਈ ਮੰਗੋਲੀਆ ਦਾ ਇਨਸਾਨ ਨਾ ਰੋਕ ਸਕਿਆ, ਜਿਸ ਨੂੰ ਦਰਾਏ ਖੈਬਰ ਦੇ ਪਠਾਨ ਨਾ ਰੋਕ ਸਕੇ, ਜਿਸ ਨੂੰ ਜ਼ਕਰੀਆ ਖਾਨ ਨਾ ਰੋਕ ਸਕਿਆ, ਜਿਸ ਨੂੰ ਦਿੱਲੀ ਦਾ ਬਾਦਸ਼ਾਹ ਨਾ ਰੋਕ ਸਕਿਆ, ਉਸ ਨਾਦਰ ਸ਼ਾਹ ਨੂੰ ਸਿੱਖਾਂ ਨੇ ਹਰਾ ਦਿੱਤਾ। ਨਾਦਰ ਸ਼ਾਹ ਜਦੋਂ ਪੰਜਾਬ ਲਾਹੌਰ ਪਹੁੰਚਿਆ ਹਾਰ ਹੋਣ ਤੋਂ ਬਾਅਦ, ਤੇ ਜ਼ਕਰੀਆ ਖਾਨ ਨੂੰ ਇੱਕ ਸਵਾਲ ਕਰਦਾ, ਕਹਿੰਦਾ ਇਹ ਕਿਹੜੇ ਲੋਕ ਸੀ ਜਿਨ੍ਹਾਂ ਮੈਨੂੰ ਲੁੱਟ ਲਿਆ? ਬਾਦਸ਼ਾਹ ਇਹ ਉਹੀ ਸੀ ਜਿਨ੍ਹਾਂ ਦੀ ਮੈਂ ਗੱਲ ਕੀਤੀ ਸੀ। ਨਾਦਰ ਸ਼ਾਹ ਕਹਿੰਦਾ ਮੈਨੂੰ ਇਹਨਾਂ ਦੇ ਘਰ ਤੇ ਦੱਸ। ਕਹਿੰਦਾ ਕਿਹੜਾ ਘਰ ਦੱਸਾਂ, ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ, ਇਹਨਾਂ ਦਾ ਕੋਈ ਨਾਮ ਤੇ ਦੱਸ। ਕਹਿੰਦਾ ਸਾਰਿਆਂ ਨੂੰ ਸਿੰਘ ਕਹਿੰਦੇ। ਇਹਨਾਂ ਦੀ ਕੋਈ ਜਾਤ ਤੇ ਦੱਸ, ਇਹਨਾਂ ਨੂੰ ਖਾਲਸੇ ਕਹਿੰਦੇ। ਇਹਨਾਂ ਦਾ ਕੋਈ ਪਿੰਡ ਤੇ ਦੱਸ, ਕਹਿੰਦਾ 100-100 ਕੋਹ ਤੇ ਘੋੜਿਆਂ ਦੀਆਂ ਕਾਠੀਆਂ ਤੇ ਸਫ਼ਰ ਕਰ ਲੈਂਦੇ, ਮੈਂ ਕਿਹੜਾ ਪਿੰਡ ਦੱਸਾਂ। ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਦੱਸਿਆ, ਕਹਿੰਦਾ ਕਿ ਨਾਮ ਸਿੰਘ ਔਰ ਮਜ਼ਹਬ ਖਾਲਸਾ, ਛੋਡੀ ਸਗਲ ਜਗਤ ਕੀ ਲਾਲਸਾ, ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦੀਓ ਹੈ, ਲੰਗਰ ਹੈ ਤੋ ਆਪ ਖਲੇ ਹੈ, ਨਹੀਂ ਤੋ ਲੰਗਰ ਮਸਤ ਬਤੇ ਹੈ। ਉਸ ਤੋਂ ਅੱਗੇ ਕਹਿੰਦਾ ਕਿ ਇਹ ਇਸ ਤਰ੍ਹਾਂ ਦੇ ਨੇ ਕਿ ਮੈਦਾਨੇ ਜੰਗ ਦੇ ਵਿੱਚ ਜੂਝਣ ਲੱਗੇ ਕਦੀ ਹਜੇ ਹਾਰ ਸਵੀਕਾਰ ਨਹੀਂ ਕਰਦੇ। ਇਹਨਾਂ ਦਾ ਨਾਮ ਸਿੰਘ ਹੈ, ਜਾਤ ਖਾਲਸਾ ਤਾਂ ਹੈ, ਅਤੇ ਦੁਨੀਆਂ ਦੇ ਨਾਲੋਂ ਇਹਨਾਂ ਦੇ ਨਾਲ ਕੋਈ ਰਿਸ਼ਤਾ ਹੀ ਤੋੜ ਲਿਆ। ਕਹਿੰਦਾ ਕਿ ਸ਼ੈਨ ਸ਼ਾਹ ਖੁਦ ਹੀ ਕੋ ਭਾਖਤ, ਕਾਣ ਨਾ ਕਾਹੂ ਕੀ ਇਹ ਰਾਖਤ। ਕਹਿੰਦਾ ਕਿਸੇ ਤੋਂ ਡਰਦੇ ਨਹੀਂ, ਆਪਣੇ ਆਪ ਨੂੰ ਆਪੇ ਬਾਦਸ਼ਾਹ ਕਹਿੰਦੇ ਨੇ। ਹੁਣ ਖਿਆਲ ਕਰਿਓ, ਸਿੱਖ ਦਾ ਕਿਰਦਾਰ ਦੁਸ਼ਮਣ ਦੱਸ ਰਿਹਾ, ਕੋਈ ਸਿੱਖ ਨਹੀਂ ਦੱਸ ਰਿਹਾ, ਦੁਸ਼ਮਣ ਦੱਸ ਰਿਹਾ ਸਿੱਖਾਂ ਦਾ ਸ਼ਿਕਾਰ ਕਰਨ ਵਾਲਾ, ਸਿੱਖਾਂ ਨੂੰ ਕੋਹ ਕੋਹ ਕੇ ਮਾਰਨ ਵਾਲਾ ਜ਼ਕਰੀਆ ਖਾਨ ਨਾਦਰ ਸ਼ਾਹ ਨੂੰ ਦੱਸ ਰਿਹਾ ਹੈ। ਕਹਿੰਦਾ ਹੈ ਕਿ ਨਾਮ ਸਿੰਘ ਔਰ ਜਾਤ ਖਾਲਸਾ, ਛੋਡੀ ਸਕਲ ਜਗਤ ਕੀ ਲਾਲਸਾ, ਮੁਰਸ਼ਿਦ ਇਨਕਾ ਵਲੀ ਪਿਓ ਹੈ, ਇਨਕੋ ਆਬੇ ਹਯਾਤ ਦੀਓ ਹੈ, ਇਹਨਾਂ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਇਹੋ ਜਿਹਾ ਅੰਮ੍ਰਿਤ ਦਾ ਸਰੋਵਰ ਦੇ ਦਿੱਤਾ, ਮਰਨ ਵਾਲੇ ਹੋਏ ਹੁੰਦੇ ਨੇ ਫੱਟ ਖਾ ਕੇ, ਫਿਰ ਇਸ਼ਨਾਨ ਕਰਕੇ ਨਿਤਨੇਮ ਕਰਕੇ ਮੈਦਾਨੇ ਜੰਗ ਜਾ ਕੇ ਜੂਝਣ ਲੱਗ ਪਈਏ। ਮੁਰਸ਼ਿਦ ਇਨਕਾ ਵਲੀ ਪਿਓ ਹੈ, ਇਨਕੋ ਆਬੇ ਹਯਾਤ ਦੀਓ ਹੈ। ਕਹਿੰਦਾ ਕਿ ਜੇ ਦੇਤ ਆਵਾਜ਼ਾ ਭੁੱਖਾ ਕੋਈ, ਕਹਿੰਦਾ ਇਹੋ ਜਿਹੇ ਨੇ ਲੰਗਰ ਬਣਾਉਂਦੇ ਨੇ ਤੇ ਆਵਾਜ਼ ਦਿੰਦੇ ਨੇ, ਦੇਤ ਆਵਾਜ਼ਾ ਭੁੱਖਾ ਕੋਈ, ਛਕੋ ਤਿਆਰ ਦੇਗ ਗੁਰ ਹੋਈ, ਗੁਰੂ ਦਾ ਲੰਗਰ ਤਿਆਰ ਹੈ, ਜਿੰਨੇ ਆ ਕੇ ਛਕਣਾ ਛਕ ਲਓ। ਉਸ ਵੇਲੇ ਨਾਦਰ ਸ਼ਾਹ ਦੇ ਮੂੰਹ ਚੋਂ ਇੱਕ ਗੱਲ ਲਿਖੀ ਹੈ, ਕਹਿੰਦਾ ਅਜ਼ੀ ਕੌਮੇ ਬੂਏ ਬਾਦਸ਼ਾਹੀ ਆਮਦ। ਜ਼ਕਰੀਆ ਖਾਨ, ਜੇ ਇਹ ਗੱਲਾਂ ਸੱਚੀਆਂ ਨੇ ਨਾ, ਫਿਰ ਮੈਨੂੰ ਇਸ ਕੌਮ ਦੇ ਕਿਰਦਾਰ ਦੇ ਵਿੱਚੋਂ ਬਾਦਸ਼ਾਹੀ ਦੀ ਬੋ ਆਉਂਦੀ। ਫਾਰਸੀ ਦੇ ਸ਼ਬਦ ਨਾਦਰ ਸ਼ਾਹ ਕਹਿ ਰਿਹਾ ਸਾਡੇ ਵਡੇਰਿਆਂ ਦੇ ਬਾਰੇ, ਅਜ਼ੀ ਕੌਮ ਬੂਏ ਬਾਦਸ਼ਾਹੀ ਆਮਦ। ਜਿਸ ਕੌਮ ਦਾ ਕਿਰਦਾਰ ਇੰਨਾ ਉੱਚਾ ਹੈ, ਅਤੇ ਸੱਚ ਜਾਣੀ ਮੈਨੂੰ ਇਸ ਕੌਮ ਦੇ ਵਿੱਚੋਂ ਬਾਦਸ਼ਾਹੀ ਦੀ ਬੋ ਆਉਂਦੀ ਹੈ। ਇਹਨਾਂ ਨੂੰ ਦਬਾ ਦੇ, ਇਹਨਾਂ ਨੂੰ ਖਤਮ ਕਰ ਦੇ, ਇਹਨਾਂ ਦਾ ਨਾਮੋ ਨਿਸ਼ਾਨ ਸੰਸਾਰ ਤੋਂ ਮਿਟਾ ਦੇ। 1749 ਦੇ ਵਿੱਚ ਅਬਦਾਲੀ 'ਤੇ ਚਲਾ ਗਿਆ, ਅਤੇ ਜ਼ਕਰੀਆ ਖਾਨ ਨੇ ਹੁਣ ਇੱਕ ਨਿਸ਼ਾਨਾ ਮਿੱਥ ਲਿਆ ਕਿ ਜਿੰਨਾ ਚਿਰ ਤੱਕ ਨਾਦਰ ਸ਼ਾਹ ਨੇ ਦੁਬਾਰਾ ਵਾਪਸ ਆਉਣਾ ਹੈ, ਮੈਂ ਪੰਜਾਬ ਦੇ ਵਿੱਚ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣਾ। ਕਿਉਂਕਿ ਹੁਣ ਜ਼ਕਰੀਆ ਖਾਨ ਦੀ ਹਕੂਮਤ ਦਿੱਲੀ ਦੇ ਥੱਲੇ ਨਹੀਂ ਸੀ ਰਹੀ, ਹੁਣ ਉਹ ਨਾਦਰ ਸ਼ਾਹ ਦੇ ਥੱਲੇ ਸੀ। ਉਸਨੇ ਨਾਜ਼ਰ ਥਾਂ ਨੂੰ 3 ਕਰੋੜ ਇੱਕ ਵਾਰੀ ਨਜ਼ਰਾਨਾ ਭੇਟ ਕੀਤਾ, 1 ਕਰੋੜ ਦੂਸਰੀ ਵਾਰੀ ਨਜ਼ਰਾਨਾ ਭੇਟ ਕੀਤਾ, ਹੁਣ ਉਹਦੇ ਥੱਲੇ ਹੈ। ਉਸਨੇ ਫਿਰ ਆਪਣੀਆਂ ਗਸ਼ਤੀ ਫੌਜਾਂ ਨੂੰ, ਆਪਣੇ ਚੌਧਰੀਆਂ ਨੂੰ, ਆਪਣੇ ਅਹਿਲਕਾਰਾਂ ਨੂੰ ਜਨਤਕ ਤੌਰ 'ਤੇ ਹੁਕਮ ਦੇ ਦਿੱਤੇ ਕਿ ਜਿੱਥੇ ਵੀ ਸਿੱਖ ਮਿਲਦਾ ਹੈ, ਜਿੱਥੇ ਵੀ ਸਿੱਖ ਲੱਭਦਾ ਹੈ, ਇਸ ਨੂੰ ਕਤਲ ਕਰ ਦਿਓ, ਇਸ ਨੂੰ ਖਤਮ ਕਰ ਦਿਓ,
ਇਹਨਾਂ ਦੇ ਘਰ ਘਾਟ ਉਜਾੜ ਦਿਓ, ਇਹਨਾਂ ਦੇ ਗੁਰਧਾਮ ਢਾ ਦਿਓ, ਇਹਨਾਂ ਦੇ ਬੱਚਿਆਂ ਨੂੰ ਖਤਮ ਕਰ ਦਿਓ, ਇਹਨਾਂ ਦੀਆਂ ਬੀਬੀਆਂ ਨੂੰ ਖਤਮ ਕਰ ਦਿਓ। ਨਾਦਰ ਸ਼ਾਹ ਦੀ ਆਮਦ ਤੱਕ ਦੁਬਾਰਾ ਪੰਜਾਬ ਦੀ ਧਰਤੀ ਦੇ ਉੱਪਰ ਸਿੱਖਾਂ ਦਾ ਨਾਮੋ ਨਿਸ਼ਾਨ ਨਹੀਂ ਬਚਣਾ ਚਾਹੀਦਾ। ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਸਿੰਘ ਸੇਵਾ ਕਰਦੇ ਸੀ ਘੋ ਘੋ ਕੇ ਮਾਰ ਦਿੱਤੇ ਗਏ, ਪਿੰਡਾਂ ਦੇ ਵਿੱਚ ਜਿਹੜੇ ਸਿੰਘ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਖਾਲਸਾ ਜਿਹੜਾ ਸੀ ਕੁਝ ਛੰਭਾਂ ਦੇ ਵਿੱਚ ਚਲਾ ਗਿਆ, ਕੁਝ ਬੀਕਾਨੇਰ ਵਾਲੇ ਪਾਸੇ ਚਲੇ ਗਏ, ਕੁਝ ਖਾਲਸੇ ਹੋਰ ਇਲਾਕਿਆਂ ਦੇ ਵਿੱਚ ਖੀਲੇ ਪੁੱਲੇ ਸੀ, ਅਤੇ ਕੁਝ ਖਾਲਸੇ ਦੇ ਸਿੰਘ ਸੂਹੀਆਂ ਦੇ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਘੁੰਮਦੇ ਅਤੇ ਜਗ੍ਹਾ ਜਗ੍ਹਾ ਜਾ ਕੇ ਪਤਾ ਕਰਦੇ ਕਿ ਕਿਹੜੇ ਕਿਹੜੇ ਲੋਕ ਸਿੱਖਾਂ ਦਾ ਸ਼ਿਕਾਰ ਕਰ ਰਹੇ ਨੇ, ਕਿਹੜੇ ਕਿਹੜੇ ਕਤਲੇਆਮ ਕਰ ਰਹੇ ਨੇ। ਕਿਉਂਕਿ ਬੇਸ਼ੱਕ ਇਹ ਸਭ ਕੁਝ ਵਾਪਰ ਰਿਹਾ ਸੀ, ਪਰ ਸਿੱਖਾਂ ਨੂੰ ਇਹ ਵੀ ਪਤਾ ਸੀ ਕਿ ਸਾਡਾ ਨਿਸ਼ਾਨਾ ਕੀ ਹੈ, ਹਮ ਰਾਖਤ ਪਾਤਸ਼ਾਹੀ ਦਾ ਵਾ, ਅਸੀਂ ਕਦੀ ਪੰਜਾਬ ਦੇ ਰਾਜੇ ਬਣਨਾ ਹੈ। ਇਹ ਗੱਲ ਵੱਖਰੀ ਹੈ ਕਿ ਸਿੱਖ ਨੇ ਗੁਰੂ ਦੇ ਉਸ ਸਿਧਾਂਤ ਨੂੰ ਟਾਈਮ ਐਂਡ ਸਪੇਸ, ਸਮਾਂ ਅਤੇ ਸਥਾਨ ਦੇ ਦਾਇਰੇ ਤੋਂ ਬਹੁਤ ਉੱਚਾ ਲੈ ਗਿਆ ਸੀ। ਸਿੱਖ ਇਹ ਸੋਚ ਕੇ ਨਹੀਂ ਸੀ ਕਰ ਰਿਹਾ ਕਿ ਮੈਂ ਰਾਜ ਲੈਣਾ ਅਤੇ ਉਹਦਾ ਪ੍ਰਧਾਨ ਮੰਤਰੀ ਵੀ ਮੈਂ ਹੋਵਾਂ, ਨਹੀਂ, ਸਿੱਖ ਦੀ ਭਾਵਨਾ ਨਹੀਂ ਸੀ। ਅੱਜ ਸਿੱਖ ਰਾਜ ਦੀ ਵੀ ਗੱਲ ਕਰਦਾ ਹੈ ਅਤੇ ਕਹਿੰਦਾ ਰਾਜ ਕੱਲ੍ਹ ਮਿਲੇ ਅਤੇ ਪਰਸੋਂ ਮੈਂ ਰਾਸ਼ਟਰਪਤੀ ਹੋਵਾਂ, ਉਦੋਂ ਸਿੱਖ ਦੀ ਇਹ ਭਾਵਨਾ ਨਹੀਂ ਸੀ। ਸਿੱਖ ਦੀ ਇਹ ਭਾਵਨਾ ਸੀ ਕਿ ਰਾਜ ਦੀ ਵਿਚਾਰਧਾਰਾ ਦੇ ਵਾਸਤੇ ਮਰਨਾ ਹੈ, ਹਮ ਰਾਖਤ ਪਾਤਸ਼ਾਹੀ ਦਾਵਾ, ਜੇ ਪਾਤਸ਼ਾਹੀ ਦਾ ਦਾਅਵਾ ਰੱਖਣਾ ਹੈ ਤਾਂ ਮੇਰੇ ਕੋਲ ਇੱਕੋ ਨਿਸ਼ਾਨਾ ਹੈ, ਦੇਹੇ ਪਵਿੱਤਰ ਹੋਏ ਸ਼ਸਤਰ ਲਗਾਏ, ਮੇਰਾ ਤਨ ਜਿਹੜਾ ਸ਼ਸਤਰ ਲੱਗਣ ਦੇ ਨਾਲ ਸ਼ਹੀਦ ਹੋਣਾ ਚਾਹੀਦਾ, ਮੇਰੀ ਕੌਮ ਨੂੰ ਫਿਰ ਰਾਜ ਮਿਲੇਗਾ। ਅੱਜ ਵਰਗੀਆਂ ਗੱਲਾਂ ਨਹੀਂ ਸੀ। ਕੌਮ ਦੇ ਕੋਲ ਇੱਕ ਦ੍ਰਿੜਤਾ ਸੀ, ਕੌਮ ਦੇ ਕੋਲ ਸਮਰਪਣ ਕਰਨ ਦਾ ਗੁਣ ਸੀ, ਅੱਜ ਸਾਡੀ ਕੌਮੀਅਤ ਦੇ ਵਿੱਚੋਂ ਹੌਲੀ ਹੌਲੀ ਉਹ ਖਤਮ ਹੁੰਦਾ ਜਾ ਰਿਹਾ ਹੈ। ਸਾਰੇ ਇਲਾਕਿਆਂ ਦੇ ਉੱਪਰ ਦੁਬਾਰਾ ਫੌਜ ਦਾ ਕਬਜ਼ਾ ਹੋ ਗਿਆ। ਹਰਿਮੰਦਰ ਸਾਹਿਬ ਦੇ ਉੱਪਰ ਮੰਡਿਆਲੇ ਪਿੰਡ ਦੇ ਚੌਧਰੀ ਮੀਰ ਮਸਾਲੂਦੀਨ, ਜਿਸ ਨੂੰ ਮੱਸਾ ਰੰਗੜ ਦੇ ਨਾਂ ਨਾਲ ਜਾਂਦੇ ਆ, ਇਹਦੀਆਂ ਤਿੰਨ ਪੀੜ੍ਹੀਆਂ ਪਿੱਛੇ ਚਲੇ ਜਾਈਏ ਤੇ ਇਹ ਰਾਜਪੂਤ ਹਿੰਦੂ ਪਰਿਵਾਰ ਦੇ ਵਿੱਚੋਂ ਮੁਸਲਮਾਨ ਬਣਿਆ ਸੀ। ਇਸ ਦਾ ਪੜਦਾਦਾ ਮੰਡਿਆਲੇ ਪਿੰਡ ਦਾ ਰਹਿਣ ਵਾਲਾ ਸੀ। ਇਸ ਨੂੰ ਇਸ ਇਲਾਕੇ ਦਾ ਚੌਧਰੀ ਬਣਾ ਦਿੱਤਾ ਗਿਆ ਕਿ ਤੂੰ ਜੋ ਕਰਨਾ ਹੈ ਕਰ, ਤੂੰ ਮਨ ਮਰਜ਼ੀ ਕਰ ਸਕਦਾ, ਤੂੰ ਹਰਿਮੰਦਰ ਸਾਹਿਬ ਦੇ ਵਿੱਚ ਜੋ ਚਾਹੇ ਕਰ ਸਕਦਾ, ਤੂੰ ਇਸ ਇਲਾਕੇ ਦੇ ਸਿੱਖਾਂ ਨੂੰ ਖਤਮ ਕਰ ਸਕਦਾ, ਤੂੰ ਜਿੰਨੇ ਸਿੱਖਾਂ ਦੇ ਸਿਰ ਵੱਢ ਕੇ ਭੇਜੇਗਾ, ਕਦੀ ਤੇ ਤੂੰ ਸੂਬਾ ਲਾਹੌਰ ਨੂੰ ਨਜ਼ਰਾਨੇ ਭੇਜਦਾ ਸੀ, ਹੁਣ ਸੂਬਾ ਲਾਹੌਰ ਤੈਨੂੰ ਹੁਕਮ ਦੇ ਰਿਹਾ ਕਿ ਤੂੰ ਜਿੰਨੇ ਸਿੱਖਾਂ ਦੇ ਸਿਰ ਵੱਢ ਕੇ ਭੇਜੇਗਾ ਤੈਨੂੰ ਓਨੇ ਹੀ ਪੈਸੇ ਮਿਲਣਗੇ। ਹੁਕਮ ਜ਼ਾਰੀ ਕਰ ਦਿੱਤਾ ਗਿਆ। ਮੱਸੇ ਰੰਗੜ ਨੇ, ਕਰਮੇ ਸ਼ੀਨੇ ਨੇ, ਰਾਮੇ ਰੰਧਾਵੇ ਨੇ, ਨਸ਼ਹਿਰੇ ਦੇ ਸਾਹਿਬ ਰਾਏ ਨੇ, ਹਿੰਦਾਲੀਆਂ ਨੇ, ਲਖਪਤ ਰਾਏ ਨੇ, ਉਸਦੇ ਭਤੀਜੇ ਦੁਨੀ ਚੰਦ ਨੇ ਵਾਢੀਆਂ ਪਾ ਦਿੱਤੀਆਂ ਸਿੱਖਾਂ ਦੀਆਂ। ਜਿੱਥੇ ਵੀ ਸਿੱਖ ਨਜ਼ਰ ਆਉਂਦਾ ਕੱਟ ਵੱਢ ਕੇ ਸਿਰ ਜਿਹੜੇ ਸੀ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਪੇਸ਼ ਕੀਤੇ ਜਾਣ ਲੱਗੇ। ਮੱਸਾ ਰੰਗੜ ਨੇ ਹੋਰ ਹੱਦ ਕਰ ਦਿੱਤੀ ਜਦੋਂ ਉਸਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸਰੂਪ ਦੀ ਬੇਅਦਬੀ ਕਰਨ ਤੋਂ ਬਾਅਦ ਸਰੂਪ ਚੁਕਵਾ ਲਿਆ, ਉੱਥੇ ਆਪ ਤਖ਼ਤ ਲਾ ਕੇ ਬੈਠ ਗਿਆ, ਰਾਗ ਰੰਗ ਦੇ ਵਾਸਤੇ ਢੋਲਕੀਆਂ ਛੈਣੇ ਮੰਗਵਾ ਲਏ ਅਤੇ ਉਸਨੇ ਬੇਸਵਾਵਾਂ ਕੰਜਰੀਆਂ ਨਚਾਉਣੀਆਂ ਸ਼ੁਰੂ ਕਰ ਦਿੱਤੀਆਂ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਇਹ ਖਬਰ ਖਾਲਸੇ ਤੱਕ ਪਹੁੰਚੀ। ਸਭ ਤੋਂ ਪਹਿਲਾਂ ਭਾਈ ਬਲਾਕੀ ਸਿੰਘ, ਕੁਝ ਸਰੋਤਾਂ 'ਚ ਨਾਮ ਬਿਜਲਾ ਸਿੰਘ ਵੀ ਲਿਖਿਆ, ਪਰ ਭਾਈ ਬਲਾਕੀ ਸਿੰਘ ਨੂੰ ਜਦੋਂ ਪਤਾ ਲੱਗਾ ਖੂਨ ਖੌਲ ਉੱਠਿਆ, ਹੰਝੂਆਂ ਦੇ ਨਾਲ ਭਰੇ ਹੋਏ ਨੇਤਰਾਂ ਦੇ ਨਾਲ ਪੰਨ ਮਕਾਉਂਦੇ ਹੋਏ ਭਾਈ ਬਲਾਕੀ ਸਿੰਘ ਪਹੁੰਚੇ ਨੇ ਖਾਲਸੇ ਦੇ ਕੋਲ ਬੁੱਢਾ ਚੌੜ ਰਾਜਸਥਾਨ ਦੇ ਵਿੱਚ। ਉੱਥੇ ਪੰਥ ਦੇ ਮਹਾਨ ਜਰਨੈਲ ਬੈਠੇ ਨੇ, ਬਾਬਾ ਬੁੱਢਾ ਸਿੰਘ ਹੋਣੀ, ਬਾਕੀ ਕੌਮ ਦੇ ਜਥੇਦਾਰ ਉੱਥੇ ਬੈਠੇ ਨੇ। ਉੱਥੇ ਬੈਠੇ ਨੇ ਸਰਦਾਰ ਹਰਾ ਸਿੰਘ ਦੇ ਸਪੁੱਤਰ ਸਰਦਾਰ ਮਹਿਤਾਬ ਸਿੰਘ। ਜਾ ਕੇ ਸਾਰੀ ਵਾਰਤਾ ਸੁਣਾਈ ਹੈ ਉਹਨਾਂ ਨੇ। ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਸਰਦਾਰ ਮਹਿਤਾਬ ਸਿੰਘ ਨੇ ਬਲਾਕੀ ਸਿੰਘ ਨੂੰ ਕਿਹਾ, ਉਹ ਬਲਾਕੀ ਸਿੰਘ ਤੂੰ ਹਰਿਮੰਦਰ ਸਾਹਿਬ ਦੀ ਹੋਈ ਬੇਅਦਬੀ ਨੂੰ ਵੇਖ ਕੇ ਉੱਥੇ ਮਰ ਕਿਉਂ ਨਾ ਗਿਆ, ਤੂੰ ਇੱਥੇ ਕੀ ਦੱਸਣਾ ਹੈ। ਪਰ ਇਹ ਗੱਲ ਗਲਤ ਹੈ। ਬਲਾਕੀ ਸਿੰਘ ਦਾ ਕੰਮ ਉੱਥੇ ਲੜਨਾ ਨਹੀਂ ਸੀ। ਬਲਾਕੀ ਸਿੰਘ ਸਿੱਖਾਂ ਦਾ ਇੰਟੈਲੀਜੈਂਟ ਵਿੰਗ ਸੀ, ਉਹ ਸੂਹੀਆ ਸੀ, ਉਹਦਾ ਕੰਮ ਹੀ ਇਹ ਸੀ ਜਾ ਕੇ ਖਬਰ ਦੇਣੀ। ਸੋ ਬਲਾਕੀ ਸਿੰਘ ਨੇ ਖਾਲਸਾ ਪੰਥ ਨੂੰ ਖਬਰ ਦਿੱਤੀ ਅਤੇ ਉਸੇ ਵੇਲੇ ਤਿਆਰ ਹੋਏ ਨੇ ਭਾਈ ਮਹਿਤਾਬ ਸਿੰਘ ਮੀਰਾ ਕੋਟ। ਉਹਨਾਂ ਨੇ ਕਿਹਾ ਕਿ ਮੀਰ ਮੰਨੂ ਦੇ ਇਸ ਮੱਸਾ ਰੰਗੜ ਦੇ ਕੀਤੀ ਹੋਈ ਕਰਨੀ ਦਾ ਫਲ ਭੁਗਤਾਉਣ ਦੇ ਵਾਸਤੇ ਖਾਲਸਾ ਜੀ ਮੈਂ ਜਾ ਰਿਹਾ। ਖਾਲਸਾ ਪੰਥ ਨੇ ਅਰਦਾਸ ਕੀਤੀ। ਅਰਦਾਸ ਕਰਨ ਦੇ ਸਮੇਂ ਰਾਮਗੜੀਆ ਖਾਨਦਾਨ ਦੇ ਵਿੱਚੋਂ ਮਾੜੀ ਕੰਬੋਕੇ ਦੇ ਰਹਿਣ ਵਾਲੇ ਸਰਦਾਰ ਸੁੱਖਾ ਸਿੰਘ ਵੀ ਨਾਲ ਤਿਆਰ। ਇਹਨਾਂ ਦੋਹਾਂ ਸਿੰਘਾਂ ਦਾ ਥੋੜ੍ਹਾ ਜਿਹਾ ਜ਼ਿਕਰ ਕਰਨਾ ਜ਼ਰੂਰੀ ਹੈ।
ਇਹ ਅਪ੍ਰੈਲ 1640 ਦੀ ਗੱਲ ਹੈ। ਅਪ੍ਰੈਲ 1640 ਨੂੰ ਇਹ ਦੋਵੇਂ ਸਿੰਘ ਬੁੱਢਾ ਜੋੜ ਤੋਂ ਤਿਆਰ ਹੋਏ ਨੇ। ਸਰਦਾਰ ਮਹਿਤਾਬ ਸਿੰਘ ਮੀਰਾਂਕੋਟ, ਜਿਨ੍ਹਾਂ ਦਾ ਪਿੰਡ ਅੰਮ੍ਰਿਤਸਰ ਦੇ ਨੇੜੇ ਮੀਰਾਂਕੋਟ ਸੀ, ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਹਰਾ ਸਿੰਘ ਭੰਗੀ ਸੀ, ਇਹਨਾਂ ਦੇ ਬੇਟੇ ਦਾ ਨਾਮ ਰਾਇਆ ਸਿੰਘ ਸੀ, ਰਾਏ ਸਿੰਘ ਦੇ ਬੇਟੇ ਦਾ ਨਾਂ ਰਤਨ ਸਿੰਘ ਸੀ, ਰਤਨ ਸਿੰਘ ਦੇ ਬੇਟੇ ਦਾ ਨਾਂ ਭਗਵਾਨ ਸਿੰਘ ਸੀ, ਅਤੇ ਉਸੇ ਖਾਨਦਾਨ ਦੇ ਵਿੱਚੋਂ ਅੱਗੇ ਹੋਏ ਨੇ ਜਨਰਲ ਸ਼ਬੇਕ ਸਿੰਘ ਜਿਹੜੇ 1984 'ਚ ਸ਼ਹੀਦ ਹੋਏ। ਇਹ ਉਹੀ ਖਾਨਦਾਨ। ਖੈਰ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਗੇ ਦੇ ਰਹਿਣ ਵਾਲੇ 12 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤ ਛਕ ਲਿਆ। ਜਦੋਂ ਅੰਮ੍ਰਿਤ ਛਕ ਲਿਆ ਨਾ, ਅਤੇ ਲਾਗੇ ਇਲਾਕੇ ਦੇ ਪਠਾਨ ਨੂੰ ਪਤਾ ਲੱਗਾ ਕਿ ਸੁੱਖਾ ਸਿੰਘ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ, ਉਸਨੇ ਉਸੇ ਵੇਲੇ ਇਹਨਾਂ ਦੇ ਘਰ ਦੇ ਉੱਪਰ ਗਸ਼ਤੀ ਫੌਜ ਲੈ ਕੇ ਹਮਲਾ ਕਰ ਦਿੱਤਾ। ਜਦੋਂ ਘਰ ਆਇਆ, ਸੁੱਖਾ ਸਿੰਘ ਘਰ ਨਹੀਂ ਸੀ, ਪਰ ਉਹ ਵਾਰਨਿੰਗ ਦੇ ਕੇ, ਚੇਤਾਵਨੀ ਦੇ ਕੇ ਚਲਾ ਗਿਆ ਇਸ ਦੀ ਮਾਂ ਨੂੰ ਕਿ ਇਹ ਬੁਜ ਉਸਦੇ ਜਿਹੜੇ ਸ਼ਬਦ ਵਰਤੇ, ਬੁੱਢੜੀਏ ਤੇਰਾ ਪੁੱਤ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ, ਜੇਕਰ ਉਹ ਸਿੱਖ ਹੀ ਬਣਿਆ ਰਿਹਾ ਤਾਂ ਕੱਲ੍ਹ ਤੱਕ ਅਸੀਂ ਉਸਨੂੰ ਖਤਮ ਕਰ ਦੇਵਾਂਗੇ, ਜੇ ਆਪਣੇ ਪੁੱਤ ਦੀ ਜਾਨ ਚਾਹੁੰਦੀ ਹੈ ਤਾਂ ਉਹਨੂੰ ਕਹਿ ਸਿੱਖੀ ਛੱਡ ਦੇ। ਕਈ ਵਾਰ ਮਨੁੱਖ ਡੋਲ ਜਾਂਦਾ, ਕਈ ਵਾਰ ਮਨੁੱਖ ਪੁੱਤਰ ਮੋਹ ਦੇ ਵਿੱਚ ਵੀ ਡੋਲ ਜਾਂਦਾ। ਸਾਰੇ ਮਨੁੱਖ ਇੱਕੋ ਜਿਹੇ ਨਹੀਂ ਹੁੰਦੇ ਕਿ ਪੁੱਤਰ ਦੀ ਲਾਸ਼ ਜਾਂ ਪੁੱਤਰ ਦੇ ਕਤਲ ਨੂੰ ਅੱਖਾਂ ਸਾਹਮਣੇ ਵੇਖ ਸਕਣ। ਮਾਂ ਡੋਲ ਗਈ। ਸੁੱਖਾ ਸਿੰਘ ਜਦੋਂ ਰਾਤ ਨੂੰ ਘਰ ਆਇਆ ਤੇ ਸੁੱਤੇ ਪਏ ਸੁੱਖਾ ਸਿੰਘ ਦੇ ਕੇਸ ਕਤਲ ਕਰ, ਸਵੇਰੇ ਉੱਠਿਆ, ਜਦੋਂ ਕੇਸਾਂ ਨੂੰ ਹੱਥ ਮਾਰ ਕੇ ਵੇਖਿਆ ਸਿਰ 'ਤੇ ਕੇਸ ਨਹੀਂ ਸੀ। ਇੰਨਾ ਰੋਇਆ ਕਿ ਰੋ ਰੋ ਕੇ ਸਾਰਾ ਜਿਸਮ ਹੰਝੂਆਂ ਦੇ ਨਾਲ ਭਿੱਜ ਗਿਆ। ਇੰਨਾ ਦੁਖੀ ਹੋਇਆ, ਜਾ ਕੇ ਖੂਹ 'ਚ ਛਾਲ ਮਾਰ ਦਿੱਤੀ। ਜਦੋਂ ਖੂਹ 'ਚ ਛਾਲ ਮਾਰੀ, ਪਿੰਡ ਨੂੰ ਪਤਾ ਲੱਗਾ ਕਿ 13-12 ਸਾਲ ਦਾ ਨੌਜਵਾਨ ਇਸ ਗੱਲੋਂ ਨਾਰਾਜ਼ ਹੋ ਕੇ ਖੂਹ 'ਚ ਛਾਲ ਮਾਰ ਗਿਆ। ਖੂਹ 'ਚੋਂ ਕੱਢਿਆ ਅਤੇ ਇੱਕ ਬਜ਼ੁਰਗ ਨੇ ਇੱਕ ਗੱਲ ਕਹੀ ਹੈ, ਸੁੱਖਾ ਸਿੰਘ ਜੇ ਮਰਨਾ ਹੀ ਹੈ ਫਿਰ ਦੁਸ਼ਮਣਾਂ ਨੂੰ ਮਾਰ ਕੇ ਕਿਉਂ ਨਹੀਂ ਮਰਦਾ। ਉਸੇ ਵੇਲੇ ਘਰ ਛੱਡ ਦਿੱਤਾ। ਘਰ ਛੱਡ ਕੇ ਪਹੁੰਚਿਆ ਸਰਦਾਰ ਸ਼ਾਮ ਸਿੰਘ ਹੁਣਾਂ ਦੇ ਕੋਲ। ਸਰਦਾਰ ਸ਼ਾਮ ਸਿੰਘ ਦੇ ਜਥੇ 'ਚ ਜਾ ਕੇ ਦੁਬਾਰਾ ਅੰਮ੍ਰਿਤਪਾਨ ਕੀਤਾ। ਉਸ ਜਥੇ ਦੇ ਵਿੱਚ ਹੀ ਇਹ ਗੁਰੂ ਕਾ ਸਿੱਖ ਜਵਾਨ ਹੋਇਆ। ਉੱਥੇ ਇਸ ਦਾ ਆਨੰਦ ਕਾਰਜ ਹੋਇਆ। ਇੱਕ ਘਟਨਾ ਹੋਰ ਵਾਪਰੀ। ਸਰਦਾਰ ਸੁੱਖਾ ਸਿੰਘ ਦੇ ਘਰ ਇੱਕ ਬੱਚੀ ਨੇ ਜਨਮ ਲਿਆ। ਬੇਟੀ ਦੀ ਜਨਮ ਲੈਂਦਿਆਂ ਹੀ ਮੌਤ ਹੋ ਗਈ ਅਤੇ ਕਿਸੇ ਨੇ ਖਾਲਸਾ ਪੰਥ ਦੇ ਕੋਲ ਇਹ ਸ਼ਿਕਾਇਤ ਕਰ ਦਿੱਤੀ ਕਿ ਬੇਟੀ ਨੂੰ ਆਪ ਮਾਰਿਆ ਗਿਆ। ਖਿਆਲ ਕਰਿਓ, ਜੰਗਲਾਂ ਦੇ ਵਿੱਚ ਸਿੰਘ ਨੇ, ਪਰ ਕੌਮੀ ਅਖਲਾਕ ਗੁਰੂ ਨੇ ਕਿਹਾ ਸੀ ਕੁੜੀ ਮਾਰ ਦੇ ਨਾਲ ਰਿਸ਼ਤਾ ਨਹੀਂ ਰੱਖਣਾ, ਅਤੇ ਖਾਲਸੇ ਨੇ ਉਸੇ ਵੇਲੇ ਫੈਸਲਾ ਲੈ ਲਿਆ, ਜਿੰਨਾ ਚਿਰ ਤੱਕ ਇਹ ਸਿੱਧ ਨਹੀਂ ਹੁੰਦਾ ਕਿ ਸੁੱਖਾ ਸਿੰਘ ਕੁੜੀ ਮਾਰ ਨਹੀਂ ਹੈ, ਉਹਨਾਂ ਚਿਰ ਤੱਕ ਜਥੇ ਦੇ ਵਿੱਚ ਇਸਨੂੰ ਕੋਈ ਰਿਸ਼ਤਾ ਨਹੀਂ ਰੱਖਿਆ ਜਾਵੇਗਾ। ਐਕਸਕਮਿਊਨੀਕੇਟ ਕਰ ਦਿੱਤਾ ਸਰਦਾਰ ਸੁੱਖਾ ਸਿੰਘ। ਸਰਦਾਰ ਸੁੱਖਾ ਸਿੰਘ ਰਿੰਗਾ ਜਥੇ ਦੇ ਨਾਲ ਹੈ, ਘਰ ਨਹੀਂ ਰਹਿੰਦਾ, ਪਰ ਜਦੋਂ ਜਥਾ ਤੁਰਦਾ ਉਹ ਥੋੜ੍ਹਾ ਪਿੱਛੇ ਤੁਰਦਾ। ਜਦੋਂ ਸਿੰਘ ਲੰਗਰ ਤਿਆਰ ਕਰਦੇ ਨੇ, ਆਪ ਛਕਦੇ ਨੇ, ਉੱਚੀ ਆਵਾਜ਼ ਦੇ ਦਿੰਦੇ ਨੇ ਲੰਗਰ ਤਿਆਰ ਹੈ ਆ ਕੇ ਛਕ ਲਓ, ਅਤੇ ਸਰਦਾਰ ਸੁੱਖਾ ਸਿੰਘ ਦਾ ਲੰਗਰ ਇੱਕ ਭਾਂਡੇ 'ਚ ਪਾ ਕੇ ਰੁੱਖ 'ਤੇ ਟੰਗ ਦਿੰਦੇ ਨੇ। ਅਖੀਰ ਇੱਕ ਦਿਨ ਕੀ ਹੋਇਆ, ਇੱਕ ਗਸ਼ਤੀ ਫੌਜ ਦੇ ਨਾਲ ਮੁਕਾਬਲਾ ਹੋਇਆ। ਇੱਕ ਬੜੀ ਆਰਮਰ ਡਰੈਸ ਦੇ ਵਿੱਚ, ਬੜੀ ਸੰਜੋਅ ਦੇ ਵਿੱਚ ਢੱਕਿਆ ਹੋਇਆ ਪਠਾਨ, ਜਿਹੜਾ ਕਈ ਸਿੰਘਾਂ ਨੂੰ ਕਤਲ ਕਰ ਰਿਹਾ ਸੀ, ਸਰਦਾਰ ਸੁੱਖਾ ਸਿੰਘ ਉਹਦੇ ਮੁਕਾਬਲੇ 'ਤੇ ਜਾ ਕੇ ਖੜਾ ਹੋਇਆ। ਇੰਨੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਕਿ ਇੱਕ ਨੇਜਾ ਮਾਰਿਆ ਉਹਦੇ ਮੂੰਹ ਦੇ ਵਿੱਚ, ਜਿਹੜਾ ਸੰਜੋਅ ਨੂੰ ਚੀਰਦਾ ਹੋਇਆ ਗਲ ਦੇ ਆਰ ਪਾਰ ਹੋ ਗਿਆ ਅਤੇ ਉਸਨੂੰ ਜ਼ਮੀਨ 'ਤੇ ਸੁੱਟ ਦਿੱਤਾ। ਖਾਲਸੇ ਨੇ ਉਸੇ ਵੇਲੇ ਸੁੱਖਾ ਸਿੰਘ ਨੂੰ ਗਲ ਦੇ ਨਾਲ ਲਾਇਆ ਅਤੇ ਉਹਨੂੰ ਕਿਹਾ, ਅਸੀਂ ਤੈਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ, ਤੂੰ ਸੰਜੋਅ ਦੇ ਨਾਲ ਢੱਕੇ ਹੋਏ ਇੱਕ ਪਠਾਨ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਅਤੇ ਸਰਦਾਰ ਸੁੱਖਾ ਸਿੰਘ ਨੇ ਕਿਹਾ, ਜੇ ਤੁਸੀਂ ਮੇਰੇ ਨਾਲ ਇੰਨਾ ਹੀ ਪਿਆਰ ਜਿਤਾਉਂਦੇ ਹੋ ਤਾਂ ਮੇਰੇ 'ਤੇ ਜਿਹੜਾ ਕੁੜੀ ਮਾਰ ਦਾ ਦੋਸ਼ ਲੱਗਾ ਉਸ ਨੂੰ ਛੱਡ ਦਿਓ। ਉਸ ਨੂੰ ਛੱਡ ਕੇ ਦੁਬਾਰਾ ਪੰਥ ਦੇ ਵਿੱਚ ਸ਼ਾਮਲ ਕੀਤਾ ਗਿਆ। ਇਹ ਸੀ ਸਰਦਾਰ ਸੁੱਖਾ ਸਿੰਘ ਜਿਹੜਾ ਸਰਦਾਰ ਮਹਿਤਾਬ ਸਿੰਘ ਦੇ ਨਾਲ ਤੁਰਿਆ। ਘੋੜਿਆਂ ਦੇ ਉੱਪਰ ਸਵਾਰ ਹੋ ਕੇ ਇਹ ਸਿੰਘ ਦੋਵੇਂ ਪਹੁੰਚੇ ਨੇ ਅੰਮ੍ਰਿਤਸਰ ਦੇ ਨੇੜੇ। ਇੱਕ ਪਿੰਡ ਦੇ ਵਿੱਚ ਪਹਿਲਾਂ ਰੁਕ ਕੇ ਇਹਨਾਂ ਨੇ ਕੁਛ ਠੀਕਰੀਆਂ, ਕੁਛ ਲੋਹੇ ਦੇ ਟੁਕੜੇ ਇਕੱਠੇ ਕਰਕੇ ਬੋਰੀਆਂ ਦੇ ਵਿੱਚ ਭਰੇ। ਮੁਸਲਮਾਨੀ ਚੌਧਰੀਆਂ ਦਾ ਰੂਪ ਧਾਰਨ ਕਰਕੇ ਇਹ ਦੋਵੇਂ ਸਿੰਘ ਹਰਿਮੰਦਰ ਸਾਹਿਬ ਪਹੁੰਚੇ ਨੇ। ਇਹ ਗੱਲ ਹੈ ਜਿੱਦਣ ਹਰਿਮੰਦਰ ਸਾਹਿਬ ਪਹੁੰਚਦੇ ਨੇ 6 ਮਈ 1740 ਦੀ ਗੱਲ। 6 ਮਈ 1740 ਨੂੰ ਇਹ ਦੋਵੇਂ ਸਿੰਘ ਪਹੁੰਚਦੇ ਨੇ ਹਰਿਮੰਦਰ ਸਾਹਿਬ, ਅਤੇ ਸਭ ਤੋਂ ਪਹਿਲਾਂ ਆ ਕੇ ਅਰਦਾਸ ਕਰਕੇ ਪਾਤਸ਼ਾਹ ਦੇ ਕੋਲੋਂ ਗੁਸਤਾਖੀ ਦੀ ਖਿਮਾ ਮੰਗਦੇ ਨੇ। ਕਿਹੜੀ ਗੁਸਤਾਖੀ ਕਰ ਦਿੱਤੀ ਨੇ?
ਗੁਸਤਾਖੀ ਇਹ ਕੀਤੀ ਕਿ ਜੇ ਇਹ ਸਿੰਘ ਘੋੜੇ ਪਿੱਛੇ ਛੱਡ ਕੇ ਤੇ ਜੋੜੇ ਲਾ ਕੇ ਜਾਂਦੇ ਮੁਸਲਮਾਨਾਂ ਨੇ ਸਮਝਣਾ ਸੀ ਸਿੱਖ ਹੈ। ਲਾਚੀ ਬੇਰੀ ਤੱਕ ਇਹ ਸਿੱਖ ਘੋੜੇ ਨਾਲ ਲੈ ਕੇ ਗਏ ਤੇ ਜੋੜੇ ਪਾ ਕੇ ਗਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਮੁਸਲਮਾਨਾਂ ਨੂੰ ਕਿ ਇਹ ਵੀ ਮੁਸਲਮਾਨ। ਲਾਚੀ ਬੇਰੀ ਦੇ ਨਾਲ ਘੋੜੇ ਬੰਨ ਕੇ ਇਹ ਸਿੰਘ ਅੰਦਰ ਗਏ ਨੇ। ਫਿਰ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਜਾ ਰਹੇ ਨੇ, ਪਾਤਸ਼ਾਹ ਅੱਜ ਮਜਬੂਰੀ ਬਣ ਗਈ ਹੈ, ਜਿਸ ਅਸਥਾਨ 'ਤੇ ਕਦੀ ਤੇਰਾ ਪ੍ਰਕਾਸ਼ ਸੁਸ਼ੋਭਿਤ ਸੀ ਅੱਜ ਸਾਨੂੰ ਖੂਨ ਡੋਲਣਾ ਪੈਣਾ। ਪਾਤਸ਼ਾਹ ਮਜਬੂਰੀ ਬਣ ਗਈ ਹੈ, ਮਾਫ਼ ਕਰੀ ਤੇਰੇ ਗੁਰੂ ਧਰ ਦੀ, ਤੇਰੇ ਉਸ ਪਵਿੱਤਰ ਹਰਿਮੰਦਰ ਦੀ, ਤੇਰੇ ਸਿੱਖਾਂ ਦੇ ਉਸ ਦਿਲ ਦੀ ਜਿਹੜੀ ਹੋ ਰਹੀ ਬੇਅਦਬੀ ਹੈ ਉਹਨੂੰ ਧੋਣ ਦੇ ਵਾਸਤੇ ਸਾਨੂੰ ਇਹ ਖੂਨ ਡੋਲਣਾ ਪੈਣਾ, ਪਾਤਸ਼ਾਹ ਮਾਫ਼ ਕਰੀ। ਗਏ ਅੰਦਰ ਜਾ ਕੇ ਜਿਹੜਾ ਨਜ਼ਾਰਾ ਵੇਖਿਆ ਅੱਖਾਂ ਦੇ ਵਿੱਚ ਹੰਝੂ ਆ ਗਏ। ਕੰਜਰੀਆਂ ਨੱਚ ਰਹੀਆਂ ਸੀ, ਤਬਲੇ ਵਾਲੇ ਤਬਲੇ ਵਜਾ ਰਹੇ ਸੀ, ਇੱਕ ਹੁੱਕਾ ਲੈ ਕੇ ਮੱਸਾ ਰੰਗੜ ਪੀ ਰਿਹਾ ਸੀ, ਲਾਗੇ ਸ਼ਰਾਬ ਦੀ ਸੁਰਾਹੀ ਪਈ ਸੀ। ਅੱਖਾਂ ਦੇ ਵਿੱਚ ਹੰਝੂ, ਸੀਨੇ ਦੇ ਵਿੱਚ ਜੋਸ਼, ਟੌਲੇ ਫੜਕ ਰਹੇ ਨੇ, ਸ਼ਮਸ਼ੀਰਾਂ ਦੇ ਦਸਤਿਆਂ ਦੇ ਉੱਪਰ ਹੱਥ ਨੇ, ਕਿਹੜੇ ਵੇਲੇ ਬੇਮਿਆਨ ਕੀਤੀਆਂ ਜਾਣ। ਉਸੇ ਵੇਲੇ ਉਹ ਬੋਰੀ ਜਿਹੜੀ ਸੀ ਠੀਕਰੀਆਂ ਨਾਲ ਭਰੀ ਹੋਈ ਜਾ ਕੇ ਅੱਗੇ ਰੱਖੀ, ਇੱਕਦਮ ਨਾਚ ਰੁਕ ਗਿਆ। ਮੱਸਾ ਰੰਗੜ ਕਹਿੰਦਾ, ਕੌਣ ਹੋ, ਕਿੱਥੋਂ ਆਏ ਹੋ? ਪਿੰਡ ਦੇ ਚੌਧਰੀ ਹਾਂ ਜੀ, ਲੁੱਟਮਾਰ ਕੀਤੀ ਸੀ, ਸਿੰਘਾਂ ਦਾ ਖਜ਼ਾਨਾ ਲੁੱਟ ਕੇ ਤੁਹਾਨੂੰ ਭੇਟ ਕਰਨ ਆਏ। ਅੱਖਾਂ ਨੂੰ ਚਾਹ ਚੜ ਗਿਆ ਮੱਸਾ ਰੰਗੜ ਦੀਆਂ, ਮਸਾਲੂ ਦੀਨ ਦੀਆਂ ਅੱਖਾਂ ਨੂੰ। ਇੱਕਦਮ ਵੇਖਣ ਦੇ ਵਾਸਤੇ ਬੋਰੀ ਵੱਲ ਸਿਰ ਠਾਂ ਕੀਤਾ, ਇੱਕ ਸਿੰਘ ਨੇ ਕਿਰਪਾਨ ਮਾਰੀ, ਸਿਰ ਤੱਕ ਦੁੱਜਦਾ ਕਰਕੇ ਰੱਖ ਦਿੱਤਾ। ਉਸ ਸਿਰ ਨੂੰ ਨੇਚੇ 'ਤੇ ਟੰਗ ਕੇ ਇਹ ਗੁਰੂ ਦੇ ਲਾਲ ਪਹੁੰਚੇ ਨੇ ਉਸ ਥਾਂ 'ਤੇ ਬੁੱਢਾ ਜੌੜ ਦੇ ਵਿੱਚ। ਅਤੇ ਜਦੋਂ ਖਾਲਸਾ ਪੰਥ ਨੇ ਵੇਖਿਆ ਕਿ ਸਿੰਘਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਗੜ ਦਾ ਸਿਰ ਵੱਢ ਕੇ ਬਦਲਾ ਲੈ ਲਿਆ, ਉਸੇ ਵੇਲੇ ਇੱਕ ਜ਼ਕਾਰਾ ਫਿਜ਼ਾ ਦੇ ਵਿੱਚ ਗੂੰਜਿਆ। ਉਹ ਜ਼ਕਾਰਾ ਸੀ, ਬੋਲੇ ਸੋ ਨਿਹਾਲ, ਮੱਸਾ ਰੰਗੜ ਦਾ ਪਰਿਵਾਰ ਜਾ ਕੇ ਰੋਇਆ ਜ਼ਕਰੀਆ ਖਾਨ ਦੇ ਕੋਲ। ਤੂੰ ਤਾਂ ਉਸਨੂੰ ਇੰਨੀ ਖੋਲ੍ਹ ਦਿੱਤੀ ਸੀ ਅਤੇ ਅੱਜ ਤਾਂ ਉਸਦਾ ਧੜ ਸਾਡੇ ਘਰ ਵਾਪਸ ਆਇਆ ਦਫ਼ਨ ਕਰਨ ਦੇ ਵਾਸਤੇ, ਉਹਦਾ ਤਾਂ ਸਿਰ ਵੀ ਸਿੰਘ ਲਾਹ ਕੇ ਲੈ ਗਏ। ਉਸੇ ਵੇਲੇ ਜ਼ਕਰੀਆ ਖਾਨ ਨੇ ਇੱਕ ਹੁਕਮ ਦਿੱਤਾ। ਜ਼ਕਰੀਆ ਖਾਨ ਨੇ ਕਿਹਾ ਕਿ ਮਹਿਤਾਬ ਸਿੰਘ ਦਾ ਜਿਹੜਾ ਪਰਿਵਾਰ ਹੈ ਉਸਨੂੰ ਖਤਮ ਕਰ ਦਿੱਤਾ ਜੀ। ਮੀਰਾਂਕੋਟ ਦੇ ਵਿੱਚ ਮਹਿਤਾਬ ਸਿੰਘ ਦਾ ਪਰਿਵਾਰ, ਜਿਨ੍ਹਾਂ 'ਚ ਕੁਝ ਛੋਟਾ ਜਿਹਾ ਬੱਚਾ ਸੀ ਸਰਦਾਰ ਰਾਏ ਸਿੰਘ, ਉਹ ਰਹਿੰਦਾ ਸੀ। ਜਦੋਂ ਗਸ਼ਤੀ ਫੌਜਾਂ ਪਿੰਡ ਗਈਆਂ ਤਾਂ ਪਤਾ ਲੱਗਾ ਕਿ ਪਰਿਵਾਰ ਪਿੰਡੋਂ ਜਾ ਚੁੱਕਾ ਹੈ। ਪਰਿਵਾਰ ਗਿਆ ਨਹੀਂ ਸੀ, ਸਰਦਾਰ ਮਹਿਤਾਬ ਸਿੰਘ ਦਾ ਇੱਕ ਦੋਸਤ ਸੀ ਨੱਥਾ ਖਹਿਰਾ। ਇੱਕ ਖਿਆਲ ਕਰਿਓ, ਕਈ ਵਾਰੀ ਇਸ ਇੱਕ ਕਹਾਵਤ ਬਣਾ ਲਈ ਹੈ ਅਤੇ ਜਦੋਂ ਕਹਾਵਤਾਂ ਦਾ ਪਿਛੋਕੜ ਨਾ ਪਤਾ ਹੋਵੇ ਨਾ ਤਾਂ ਗੁਰੂ ਸਵਾਰਿਓ ਮੈਂ ਸੋਚਦਾ ਅਰਥਾਂ ਦੇ ਅਨਰਥ ਹੋ ਜਾਂਦੇ ਨੇ। ਇੱਕ ਕਹਾਵਤ ਸਾਡੀ ਜ਼ਬਾਨ 'ਤੇ ਆਮ ਚੜ੍ਹੀ ਹੈ, ਐਰਾ ਗੈਰਾ ਨੱਥੂ ਖਹਿਰਾ। ਇਹ ਕਹਾਵਤ ਪਤਾ ਕੀ ਸੀ ਕਿ ਐਰਾ ਗੈਰਾ ਨੱਥੂ ਖਹਿਰਾ ਨਹੀਂ ਹੋ ਸਕਦਾ। ਅਸੀਂ ਕਹਾਵਤ ਬਣਾ ਲਈ ਐਰਾ ਗੈਰਾ ਨੱਥੂ ਖਹਿਰਾ, ਕਹਾਵਤ ਸੀ ਕਿ ਐਰਾ ਗਹਿਰਾ ਨੱਥੂ ਖਹਿਰਾ ਨਹੀਂ ਬਣ ਸਕਦਾ, ਨੱਥੂ ਖਹਿਰਾ ਕੋਈ ਕੋਈ ਮਾਂ ਜੰਮਦੀ ਹੈ। ਮਹਿਤਾਬ ਸਿੰਘ ਦਾ ਦੋਸਤ ਨੱਥੂ ਖਹਿਰਾ, ਨੱਥੂ ਖਹਿਰੇ ਨੂੰ ਜਾ ਕੇ ਨਵਾਬ ਨੇ ਪੁੱਛਿਆ, ਗਸ਼ਤੀ ਫੌਜਾਂ ਦੇ ਕਮਾਂਡਰ ਨੇ, ਕਿ ਪਤਾ ਲੱਗਾ ਮਹਿਤਾਬ ਸਿੰਘ ਦਾ ਪੁੱਤ ਰਾਏ ਸਿੰਘ ਛੋਟਾ ਜਿਹਾ ਤੇਰੇ ਘਰ ਲੁਕਿਆ। ਕਹਿੰਦਾ, ਨਹੀਂ ਮੇਰੇ ਘਰ ਨਹੀਂ। ਇੱਕ ਵਾਰੀ ਤਾਂ ਕਮਾਂਡਰ ਵਾਪਸ ਚਲਾ ਗਿਆ, ਸੂ ਫਿਰ ਮਿਲ ਗਈ ਕਿ ਇਹਨੇ ਉਸਨੇ ਪੁੱਤ ਨੂੰ ਆਪਣੇ ਘਰ ਲੁਕਾਇਆ ਹੋਇਆ। ਜਦੋਂ ਦੁਬਾਰਾ ਫੌਜਾਂ ਹਮਲਾਵਰ ਹੋਈਆਂ ਤੇ ਸਰਦਾਰ ਨੱਥਾ ਖਹਿਰਾ ਆਪਣੇ ਦੋ ਭਤੀਜੇ, ਇੱਕ ਭਰਾ, ਇੱਕ ਨੌਕਰ ਤੇ ਇੱਕ ਸਰਦਾਰ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਲੈ ਕੇ ਪਿੰਡੋਂ ਬਾਹਰ ਨਿਕਲਿਆ। ਫੌਜਾਂ ਨੇ ਘੇਰਿਆ, ਮੁਕਾਬਲਾ ਹੋਇਆ। ਉਸ ਮੁਕਾਬਲੇ ਦੇ ਵਿੱਚ ਨੱਥਾ ਖਹਿਰਾ ਸ਼ਹੀਦ ਹੋਇਆ, ਪੁੱਤਰ ਸ਼ਹੀਦ ਹੋਇਆ, ਭਰਾ ਸ਼ਹੀਦ ਹੋਇਆ, ਦੋਸਤ ਸ਼ਹੀਦ ਹੋਇਆ ਤੇ ਬਚਾਇਆ ਆਪਣੇ ਦੋਸਤ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ। ਉਹ ਸੀ ਨੱਥੂ ਖਹਿਰਾ ਜਿਹਦੀ ਅਸੀਂ ਕਹਾਵਤ ਬਣਾ ਦਿੱਤੀ, ਐਰਾ ਗੈਰਾ ਨੱਥੂ ਖਹਿਰਾ। ਨੱਥੂ ਖਹਿਰਾ ਉਹ ਸੀ ਜਿਸਨੇ ਦੋਸਤ ਦੇ ਨਾਲ ਦੋਸਤੀ ਨੂੰ ਨਿਭਾਉਂਦਿਆਂ ਆਪਣੇ ਪੁੱਤਰ ਭਤੀਜੇ ਤੇ ਭਰਾ ਨੂੰ ਕੁਰਬਾਨ ਕਰ ਦਿੱਤਾ, ਸਰਦਾਰ ਰਾਏ ਸਿੰਘ ਨੂੰ ਬਚਾਇਆ। ਸਰਦਾਰ ਰਾਏ ਸਿੰਘ ਦੇ ਸਰੀਰ 'ਤੇ ਜ਼ਖਮਾਂ ਦੇ ਫੱਟ ਸੀ। ਇੱਕ ਬੀਬੀ ਨੇ ਚੁੱਕ ਕੇ ਉਹਨੂੰ ਆਪਣੇ ਘਰ 'ਚ ਲਿਆਂਦਾ, ਜ਼ਰਾ ਦੇ ਕੋਲੋਂ ਜ਼ਖਮ ਸਵਾਏ ਅਤੇ ਇਸ ਤਰ੍ਹਾਂ 6 ਮਈ 1740 ਨੂੰ ਹਰਿਮੰਦਰ ਸਾਹਿਬ ਦੀ ਬੇਅਦਬੀ ਲੈਣ ਵਾਲ ਬੇਅਦਬੀ ਦਾ ਬਦਲਾ ਲੈ ਕੇ ਖਾਲਸਾ ਪੰਥ ਨੇ ਆਪਣੀਆਂ ਸ਼ਾਹੀ ਰਵਾਇਤਾਂ ਜਿਹੜੀਆਂ ਸੀ ਉਹਨਾਂ ਨੂੰ ਕਾਇਮ ਕੀਤਾ। ਸੋ ਇਹ ਅੱਜ ਦਾ ਵਿਸ਼ਾ ਸੀ ਕਿ ਅਸੀਂ 30 ਮਾਰਚ 1726 ਤੋਂ ਲੈ ਕੇ 6 ਮਈ
1740 तक सिखा ने किस तरह जिंदगी जिहड़ी है इन्हां हालातां दे विच बसर कीती है वो तुहाडे नाल सांझी कीती है। कल इस तों अगे घल्लूकारे जिहड़े ने उन्हां दा जिक्र करांगे। इन्नियां बेनतियां प्रवान कोई रसना वांझी ना रहे। आओ पाईए फतेह दी सांझ कच के आखियो वाहिगुरु जी का खालसा वाहिगुरु जी की फतेह।